ਅਸੀਂ ਸਮਝਿਆ ਬੱਚਾ ਗਬਰੇਟ ਮੁਟਿਆਰ ਇਹ ਸਾਰੇ ਬੇਵਕੂਫ ਨੇ ਅਸੀਂ ਹੀ ਇਹਨਾਂ ਦੱਸਣਾ ਜਾਂਦਾ ਮਾਪੇ ਕੀ ਕਰਦੇ ਨੇ ਮਾਪੇ ਦੋਸ਼ ਦਿੰਦੇ ਨੇ ਇਹ ਸੋਚਦੇ ਨੇ ਕਿ ਸਾਡਾ ਵੀ ਕੋਈ ਫਰਜ ਸੀ ਉਹ ਉਹ ਆਸਾਨ ਸਮਝਦੇ ਨੇ ਵੀ ਅਸੀਂ ਬੱਚਾ ਨੂੰ ਜੋ ਕੁਝ ਦੱਸਦਾ ਕੋਈ ਚਾਰ ਪੈਸੇ ਦਿੱਤੇ ਅਸੀਂ ਤਾਂ ਆਸਾਨ ਕਰਿਆ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਕਿ ਅਸੀਂ ਬੱਚੇ ਨੂੰ ਜਾਜੇ ਚੜਾਉਣਾ ਹੀ ਆ ਜਾਂ ਅਸੀਂ ਬੱਚੇ ਨੂੰ ਪੰਜਾਬ ਭਾਰਤ ਦੇ ਵਿੱਚ ਕਿਸੇ ਹੋਰ ਸ਼ਹਿਰ ਚ ਭੇਜਣਾ ਕਿਉਂ ਨਾ ਅਸੀਂ ਬੱਚੇ ਨੂੰ ਸਾਲ ਚੱਕ ਦਵਾਰੀ ਕਿਤੇ ਹੋਰ ਪਾਸੇ ਲੈ ਕੇ ਜਾਈਏ ਬੱਚੇ ਨੂੰ ਕਹੀ ਕਿ ਪਾਈ ਹੋਟਲ ਬੁੱਕ ਕਰਨਾ ਅਸੀਂ ਤੇਰੇ ਨਾਲ ਖੜੇ ਹਾਂ ਗਲਤ ਨੂੰ ਕਰ ਬੱਚਿਆਂ ਨੂੰ ਇੰਡੀਪੈਂਡੈਂਟ ਕੁਝ ਕਰਨਾ ਸਿਖਾਓ ਠੀਕ ਹੈ ਆਪ ਤਾਂ ਕਿਨਾਂ ਨਹੀਂ ਸਿਖਾਉਣਾ ਸਿਚੁਏਸ਼ਨ ਜੀ ਪੈਦਾ ਕਰੋ ਜਿਹਦੇ ਵਿੱਚ ਉਹਨੂੰ ਕਰਨਾ ਪਵੇ ਇਹ ਨਹੀਂ ਬਿਆਨ ਕਰ ਸਕਦੇ ਕਿੱਛ ਸੀ ਕਿਉਂ ਸੀ ਰੋਜੀ ਉਹਦਾ ਬਸਤੇ ਦੇਖੀ ਜੋ ਅੱਛਾ ਤੂੰ ਕੀ ਵੀਡੀਓ ਚ ਕੀ ਲਖਿਆ ਤੂੰ ਫੋਨ ਚ ਕੀ ਲਖਿਆ ਬਹੁਤਾ ਚੌਕੀਦਾਰਾਂ ਨਹੀਂ ਤੈਂ ਕਾਲ ਕੀ ਨੂੰ ਕਰਤੀ ਹੈ ਚੌਕੀਦਾਰਾਂ ਮੈਂ ਬਿਲਕੁਲ ਨਹੀਂ ਕਰਦਾ ਉਹ ਜੀਵਨ ਚ ਚੱਲਣ ਦੇ ਤੌਰ ਤਿਲ ਕੇ ਜਿਹੜੇ ਸੀ ਜਿਹੜੇ ਉਹਦੇ ਸਰੀਰਕ ਬਦਲਾਅ ਦੇ ਨਾਲ ਉਹਦੇ ਮਾਨਸਿਕ ਬਦਲਾਅ ਦੇ ਰੂਪ 'ਚ ਸਾਹਮਣੇ ਆਉਂਦੇ ਸੀ। ਜੀ। ਸਮਾਜਿਕ ਬਦਲਾਅ ਦੇ ਰੂਪ 'ਚ ਸਾਹਮਣੇ ਆਉਂਦੇ ਸੀ। ਉਹ ਉਦੋਂ ਵੀ ਆਉਂਦੇ ਸੀ ਅੱਜ ਵੀ ਆਉਂਦੇ ਨੇ। ਉਹ ਤਾਂ हट ਨਹੀਂ ਸਕਦਾ ਕੁਦਰਤੀ ਨਿਯਮ ਹੈ। ਹੂੰ ਹੂੰ। ਹੁਣ ਉਹਨਾਂ ਨੂੰ ਅੱਜ ਐਡਰੈਸ ਕਰਨ ਵਾਲਾ ਮੁਖਤੱਬ ਹੋਣ ਵਾਲਾ ਨਹੀਂ ਕੋਈ। ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਵੇਲੇ ਨੁਕਤੇ ਜਿਹੜੇ ਆ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਨੇ ਇੱਕ ਨੁਕਤਾ ਚੱਲਦਾ ਰਿਵਰਸ ਮਾਈਗ੍ਰੇਸ਼ਨ ਦਾ ਇੱਕ ਨੁਕਤਾ ਚੱਲਦਾ ਕਿ ਪੰਜਾਬ ਤੋਂ ਬਹੁਤ ਜ਼ਿਆਦਾ ਪ੍ਰਵਾਸ ਹੋ ਰਿਹਾ ਇੱਕ ਨੁਕਤਾ ਚੱਲਦਾ ਕਿ ਪ੍ਰਵਾਸ ਕਿਉਂ ਹੋ ਰਿਹਾ ਤੇ ਇੱਕ ਨੁਕਤਾ ਚੱਲਦਾ ਕਿ ਰਿਵਰਸ ਮਾਈਗ੍ਰੇਸ਼ਨ ਕਿਉਂ ਨਾ ਹੋਵੇ ਇਹ ਸਾਰੀਆਂ ਗੱਲਾਂ ਆਪਾਂ ਐ ਕਰਕੇ ਇੱਕ ਪਾਸੇ ਰੱਖਣੀਆਂ ਵਿੱਚੋਂ ਵਿੱਚੋਂ ਚੁਣ ਕੇ ਗੱਲਾਂ ਬਾਤਾਂ ਕਰਾਂਗੇ ਇੱਕ ਸਚਾਈ ਹੈ ਕਿ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਟੱਡੀ ਵੀਜ਼ੇ ਤੇ ਵਿਦੇਸ਼ ਜਾ ਰਹੇ ਆ ਇਸ ਸਾਲ ਵੀ ਗਏ ਆ ਤੇ ਅਗਲੇ ਸਾਲ ਵੀ ਜਾਣੇ ਆ ਇਹ ਸਥਿਤੀ ਰੁਕਣ ਦੇ ਕੋਈ ਅਸਰ ਨਹੀਂ ਕੋਈ ਇਹਦੇ ਹੱਕ 'ਚ ਹੋਵੇ ਕੋਈ ਉਹਦੇ ਵਿਰੋਧ 'ਚ ਹੋਵੇ ਉਹ ਇੱਕ ਵੱਖਰਾ ਮੁੱਦਾ ਹੈ ਸਭ ਤੋਂ ਵੱਡਾ ਰੌਲਾ ਕਿ ਜਦੋਂ ਵਿਦੇਸ਼ ਦੇ ਵਿੱਚੋਂ ਖਬਰਾਂ ਆਉਂਦੀਆਂ ਕਿ ਇੱਕ ਨੌਜਵਾਨ ਦੀ ਉੱਥੇ ਹੋ ਗਈ ਮੌਤ ਇੱਕ ਮੁਟਿਆਰ ਨੇ ਕਰ ਲਈ ਖੁਦਕੁਸ਼ੀ ਜਾਂ ਕਦੇ-ਕਦੇ ਇਦਾਂ ਦੀਆਂ ਰਿਪੋਰਟਸ ਸਾਹਮਣੇ ਆ ਜਾਂਦੀਆਂ ਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉੱਥੇ ਜਾ ਕੇ ਕਈ ਤਰ੍ਹਾਂ ਦੇ ਤਣਾਅ ਦਾ ਸ਼ਿਕਾਰ ਨੇ ਜਾਂ ਕਈ ਵਾਰੀ ਇਹ ਆਉਂਦਾ ਕਿ ਭਾਈ ਕਿਸੇ ਦਾ ਸ਼ੋਸ਼ਣ ਹੋ ਰਿਹਾ ਵਿੱਤੀ ਤੌਰ ਤੇ ਮਾਨਸਿਕ ਤੌਰ ਤੇ ਜਾਂ ਕਦੇ-ਕਦੇ ਖਬਰਾਂ ਸਰੀਰਕ ਤੌਰ ਦੇ ਉੱਤੇ ਸ਼ੋਸ਼ਣ ਦੀਆਂ ਵੀ ਨੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਭਾਰਤ ਤੋਂ ਬਾਹਰ ਭੇਜਣਾ ਚਾਹੇ ਉਹ ਮਜਬੂਰੀ ਵਾਸਤੇ ਚਾਹੇ ਉਹ ਸ਼ੌਕ ਹੈ ਚਾਹੇ ਉਹ ਇੱਕ ਪ੍ਰਕਿਰਿਆ ਦਾ ਹਿੱਸਾ ਹੈ ਜੋ ਮਰਜ਼ੀ ਕਹਿ ਲਈਏ ਤਾਂ ਉਸ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਮਾਂ-ਬਾਪ ਨੇ ਰੱਖਣਾ ਕਿਹੜੀਆਂ ਗੱਲਾਂ ਦਾ ਧਿਆਨ ਬੱਚਿਆਂ ਨੂੰ ਰੱਖਣਾ ਮਾਨਸਿਕ ਤੌਰ ਦੇ ਉੱਤੇ ਜਾਂ ਹਰ ਤਰੀਕੇ ਦੇ ਨਾਲ ਸਮਾਜਿਕ ਤੌਰ ਦੇ ਉੱਤੇ ਸਾਡੀ ਤਿਆਰੀ ਕਿਦਾਂ ਦੀ ਚਾਹੀਦੀ ਹੈ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੀ ਤਾਂ ਕੋਈ ਹیثیت ਨਹੀਂ ਪਈ ਕਿ ਅਸੀਂ ਆਪਣੇ ਤੌਰ ਦੇ ਉੱਤੇ ਗੱਲਬਾਤ ਕਰ ਸਕੀਏ ਕਿਉਂਕਿ ਸਾਡਾ ਤਜਰਬਾ ਥੋੜਾ ਅਸੀਂ ਵੱਖ-ਵੱਖ ਲੋਕਾਂ ਦੇ ਨਾਲ ਵਿਚਰਨ ਦੀ ਸਾਡੀ ਗਤੀ ਉਨੀ ਜ਼ਿਆਦਾ ਨਹੀਂ ਪਰ ਡਾਕਟਰ ਪਿਆਰੇ لال ਗਰਗ ਹੋਰਾਂ ਦੇ ਨਾਲ ਅਸੀਂ ਉਦੋਂ ਗੱਲਾਂ ਕਰਦੇ ਹੁੰਨੇ ਆ ਜਦੋਂ ਸਾਡੇ ਵਾਲੇ ਪਾਸਿਓਂ ਲੱਗਦਾ ਕਿ ਗੱਡਾ ਚਿੱਕੜ 'ਚ ਫਸ ਗਿਆ ਤੇ ਆਹ ਜਿਹੜਾ ਗੱਡਾ ਚਿੱਕੜ 'ਚ ਫਸਿਆ ਹੋਇਆ ਹੈ ਬਹੁਤੇ ਪੰਜਾਬੀਆਂ ਦਾ ਉਸ ਗੱਡੇ ਨੂੰ ਚਿੱਕੜ ਦੇ ਵਿੱਚੋਂ ਕੱਢਣ ਦੇ ਲਈ ਅਸੀਂ ਡਾਕਟਰ ਪਿਆਰੇ لال ਗਰਗੁਰਾ ਨੂੰ ਹਾਕ ਮਾਰੀ ਸੀ ਕਿ ਉਹ ਤਾਹਾਂ-ਤਾਹਾਂ ਕਰਕੇ ਸਾਡਾ ਗੱਡਾ ਜਿਹੜਾ ਉਹ ਚਿੱਕੜ 'ਚੋਂ ਬਾਹਰ ਕੱਢਣ ਡਾਕਟਰ ਸਤਿ ਸ੍ਰੀ ਅਕਾਲ ਸਤਿ ਸ਼ਕਾਲ ਜੀ ਠੀਕ ਠਾਕ ਹੋ ਬਿਲਕੁਲ ਠੀਕ ਹੁਣ ਗੱਡਾ ਸਾਡੇ ਮੈਂ ਐਨ ਅਨੰਦ ਜੀ ਆਪਣੀ ਮੁਲਾਕ ਤੇ ਡਾਕਟਰ ਸਰ ਗੱਡਾ ਸਾਡਾ ਚਿੱਕੜ ਚ ਸੱਚੀ ਫਸ ਗਿਆ ਕਿਉਂਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਵੀ ਵਿਚਰਦੇ ਆਂ ਤੇ ਉਥੇ ਬੂਟ ਭਰ ਜੋਾਕ ਹੁੰਦੇ ਆ ਜੀ ਜਾਨੀ ਜਿਹੜੇ ਵਿਦੇਸ਼ ਦੇ ਵਿੱਚ ਪੜਾਈ ਕਰਨ ਦੇ ਲਈ ਜਾਂਦੇ ਆ ਤੇ ਉਹਨਾਂ ਨੇ ਜਾਣਾ ਵੀ ਆ ਰੁਕਣਾ ਤਾਂ ਹੈ ਨਹੀਂ ਜੀ ਉਹਨੂੰ ਮਜਬੂਰੀ ਕਹਿ ਲਈਏ ਕੁਛ ਵੀ ਕਹਿ ਲਈਏ ਪਰ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਜੇਦੋਂ ਸਾਨੂੰ ਪਤਾ ਹੀ ਆ ਕਿ ਅਸੀਂ ਜਾਣਾ ਜੀ ਅਸੀਂ ਉਦਾਂ ਦੀ ਤਿਆਰੀ ਕਰ ਲਈਏ ਕਿਤੇ ਵਿਆਹ ਸ਼ਾਦੀ ਰੱਖਿਆ ਹੋਵੇ ਤਾਂ ਅਸੀਂ 6 ਮਹੀਨੇ ਪਹਿਲਾਂ ਕਿ ਸੂਟ ਸਵਾਣਾ ਕੋਟ ਪੈਂਟ ਸਵਾਣਾ ਜੀ ਕਿਹੜੇ ਬੈਗ ਚ ਕੱਪੜੇ ਪਾ ਕੇ ਲੈ ਜਾਣੇ ਕਿਹੜੇ ਗਵਾਂਡੀਆਂ ਤੋਂ ਵੀ ਮੰਗੀਦਾ ਤੇ ਕਿਹੜੀ ਬੱਸੇ ਜਾਣਾ ਹੈ ਕਿਹਦੇ ਨਾਲ ਜਾਣਾ ਹੈ ਕਿਹਦੇ ਨਾਲ ਮੁੜ ਕੇ ਆਉਣਾ ਉਹ ਸਾਰੀਆਂ ਚੀਜ਼ਾਂ ਕਈ ਵਾਰੀ ਇਹ ਵੀ ਕਹਿ ਲਈਦਾ ਗਵਾਂਡੀਆਂ ਦੇ ਕਮਰਾ ਬੁੱਕ ਰਹਿਣਾ ਅਸੀਂ ਤੁਹਾਡੇ ਰਹਿਣਾ ਜੀ ਤੇ ਅਰਤੂਰ ਹੁਣ ਸੌਖਾ ਹੋ ਜਾ ਬਿਲਕੁਲ ਠੀਕ ਛੋਟੇ ਕੰਮਾਂ ਲਈ ਸਾਡੀ ਤਿਆਰੀ ਵੱਡੀ ਹੁੰਦੀ ਹੈ ਪਰ ਜ਼ਿੰਦਗੀ ਦਾ ਜਿਹੜਾ ਸਭ ਤੋਂ ਅਹਿਮ ਫੈਸਲਾ ਉਹਦੇ ਲਈ ਸਾਡੀ ਤਿਆਰੀ ਮੈਨੂੰ ਲੱਗਦਾ ਛੋਟੀ ਹੁੰਦੀ ਹੈ ਪਹਿਲੀ ਗੱਲ ਕਿ ਤੁਸੀਂ ਇਸ ਨੁਕਤੇ ਨਾਲ ਸਹਿਮਤ ਹੋ ਜਾਂ ਨਹੀਂ ਸੋ ਜਦ ਅਸੀਂ ਦੇਖਦੇ ਆ ਕਿ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਾਸਤੇ ਯੋਜਨਾਬੰਦੀ ਜਿਹਨੂੰ ਅਸੀਂ ਕਹਿੰਦਾ ਇਵਨ ਮੈਂ ਤਾਂ ਫੈਮਿਲੀ ਪਲਾਨਿੰਗ ਜੇ ਕਹਿੰਦਾ ਰਿਹਾ ਵੀ ਤੁਸੀਂ ਫੈਮਿਲੀ ਪਲਾਨਿੰਗ ਨੂੰ ਇਹ ਨਾ ਕਹੋ ਵੀ ਬੱਚੇ ਘਟਾਉਣੇ ਨੇ ਜਾਂ ਆਪਰੇਸ਼ਨ ਕਰਾਉਣਾ ਹੈ ਜਾਂ ਅਸੀਂ ਕੋਈ ਹੋਰ ਤਰੀਕਾ ਵਰਤਣਾ ਹੈ ਤੁਸੀਂ ਕਹੋ ਸੀ ਪਰਿਵਾਰ ਦਾ ਇੱਕ ਵਿਉਂਤਬੰਦੀ ਕਰ ਲਈਏ ਕਿਉਂਕਿ ਵਿਉਂਤਬੰਦੀ ਦਾ ਹਰ ਇੱਕ ਚੀਜ਼ ਹੀ ਕਰਦੇ ਆ ਜਿਹਨੂੰ ਜ਼ਿਆਦਾ ਚਾਹੀਦਾ ਉਹ ਜ਼ਿਆਦਾ ਕਰ ਲਈ ਜਿਹਨੂੰ ਛੋਟਾ ਚਾਹੀਦਾ ਛੋਟਾ ਕਰ ਲਈ ਪਰ ਵਿਉਂਤ ਤਾਂ ਕਰੋ ਨਾ ਐਵੇਂ ਹੀ ਨਾ ਕਿਤੇ ਗਲਤ ਵਿੱਚ ਫਸ ਜਾਈਏ ਇੱਥੇ ਵੀ ਜਦ ਜਿਹੜਾ ਅਸੀਂ ਦੇਖਦੇ ਆਂ ਆਲੇ-ਦਾਲੇ ਜਿਵੇਂ ਪਹਿਲਾਂ ਕਹਿੰਨਾ ਵੀ ਐਨੜੀ ਕੁੜੀਆਂ ਦਾ ਫੱਟ ਫੱਟ ਕੁੜੀਆਂ ਦਾ ਉਹ ਰਿ ਵਿਆਹ ਕਰ ਦਿੰਦੇ ਮੁੰਡਿਆਂ ਦਾ ਵਿਆਹ ਕਰਨੇ ਬਾਹਰੋਂ ਵੈਸੇ ਦਾੜੀ ਤਾਂ ਉਹਦੇ ਬਾਹਰੋਂ ਆਉਣਾ ਰੇ ਸੀਗਾ ਪਹਿਲਾਂ ਤਾਂ ਇਹ ਸੀ ਵੀ ਦਾੜਾ ਬਰੋਂ ਹੁੰਦਾ ਸੀ ਚੱਟ ਮੰਗਣੀ ਫੱਟ ਵਿਆਹ ਹੁੰਦਾ ਸੀ ਹੁਣ ਗਾਦੇ ਹੋ ਗਈ ਵੀ ਆਈ ਲਾਈਟ ਦੇ ਉੱਤੇ ਸਭ ਕੁਝ ਹੋ ਗਿਆ ਸਾਰਾ ਤਾਂ ਭਾਈ ਤੁਸੀਂ ਖਰਚਾ ਕਰ ਦੋ ਕੁੜੀ ਵਾਹ ਚਲੀ ਜਾਊ ਜਾਂ ਮੁੰਡਾ ਵਾਰ ਚਲੇ ਜਾਊ ਕੁੜੀ ਉੱਥੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਨੇ ਇਹ ਜਿਹੜੇ ਤੋਂ ਤਰੀਕੇ ਨਾਲ ਉੱਥੇ ਜਾਣ ਦੇ ਇਹ ਜਦ ਅਸੀਂ ਫਟਾਫਟ ਕਰ ਦਿੰਨੇ ਆ ਤਾਂ ਉਹਦੇ ਵਿੱਚ ਜਿਵੇਂ ਕਹਿੰਦੇ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਪੂਰਾ ਹੋਣ ਨੂੰ ਤੇ ਜੇ ਤੁਸੀਂ ਉਸ ਨੂੰ ਕੱਚੇ ਵਾਢ ਦੋ ਤੇ ਉਹ ਗੜਬੜ ਹੋ ਜਾਂਦੀ ਹੈ ਜਿਵੇਂ ਜੇ ਕੋਈ ਕੱਚਾ ਅੰਬ ਖਾ ਲੇ ਨਾ ਮੂੰਹ ਛੱਡਿਆ ਜਾਂਦਾ ਜੀ ਇਹ ਹੁਣ ਸਾਡੇ ਜਿਹੜੇ ਮਾੜੇ ਮੋٹے ਮੂੰਹ ਛੱਡੇ ਜਾ ਰਹੇ ਨੇ ਸਾਰੇ ਤਾਂ ਨਹੀਂ ਹੈਗੇ ਕੱਚੇ ਪਰ ਕੋਈ ਕੋਈ ਕੱਚੇ ਹੈਗੇ ਨੇ ਜੀ ਤੇ ਉਹ ਜਦ ਅਸੀਂ ਚਬ ਜਾਂਨੇ ਆ ਨਾ ਖਾ ਜਾਂਨੇ ਆ ਉਦੋਂ ਫਿਰ ਉਦੋਂ ਤਾਂ ਪਤਾ ਨਹੀਂ ਲੱਗਦਾ ਇਹ ਬਾਅਦ ਚ ਮੂੰਹ ਵੱਡੇ ਦਾ ਪਤਾ ਲੱਗਦਾ ਕਿ ਇਹ ਤਾਂ ਕੰਮ ਗੜਬੜ ਹੋ ਗਈ ਫੇ ਕਈ ਕਿ ਹਫਤਾ ਹਫਤਾ ਸਾਡੇ ਵਰਗੇ ਡਾਕਟਰਾਂ ਕੋਲ ਤਰੇ ਰਹਿੰਦੇ ਕਿ ਜਨਾਬ ਇਹਦਾ ਇਲਾਜ ਕਰਾਓ ਇਹ ਵੀ ਆਉਂਦੇ ਨੇ ਤਾਂ ਹੀ ਮੈਂ ਕਿਹਾ ਸੋ ਇਸ ਕਰਕੇ ਗੱਭ ਤਾਂ ਠੀਕ ਹੈ ਹੁਣ ਆਪਾਂ ਨੂੰ ਦੇਖਣ ਦੀ ਕੀ ਲੋੜ ਆ ਬਾਦ ਸਾਹਿਬ ਵੀ ਹੋ ਕਿਉਂ ਹੈ ਕਾਰਨ ਕੀ ਤਾਂ ਕੋਈ ਹੋਏਗਾ ਐ ਤਾਂ ਹੈ ਨਹੀਂ ਵੀ ਲੋਕ ਪਾਗਲ ਨੇ ਬਲੂ ਗੰਨੂ ਪਤਾ ਨਹੀਂ ਜੀ ਕੋਈ ਕਾਰਨ ਹੈ ਮੈਂ ਆ ਪੰਬਲੇ ਵੀ ਜਦ ਦੇਖਿਆ ਮੈਂ ਇੱਕ ਦੂਜੀ ਵਾਰ ਹੀ ਗਿਆ ਸੀ ਅਮਰੀਕਾ ਵੈਸੇ ਮੈਂ ਪਹਿਲਾਂ ਜਾਂਦਾ ਜਾਂਦਾ ਨਹੀਂ ਸੀ ਮੈਂ ਪਾਸਪੋਰਟ ਵੀ ਨਹੀਂ ਬਣਾਇਆ ਸੀ 2020 ਬਣਾਇਆ ਠੀਕ ਹੈ ਜੀ ਤੇ ਉੱਥੇ ਜਾ ਕੇ ਜਦ ਮੈਂ ਦੇਖਦਾ ਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਗਏ ਹੋਏ ਨੇ ਉਹ ਥਾਂ ਥਾਂ ਤੇ ਮੈਂ ਜਿੱਥੇ ਹੀ ਜਾ ਕੇ ਗਿਆ ਉੱਥੇ ਬੜੇ ਅੱਛੀ ਤਰ੍ਹਾਂ ਹੋ ਸੈਟਲ ਹੋਏ ਹੋਏ ਨੇ ਹੂੰ ਹੂੰ ਉਹਨਾਂ ਦੇ ਬੱਚੇ ਵੀ ਠੀਕ ਸਾ ਕੰਮ ਕਰ ਰਹੇ ਨੇ ਕਿਤੇ 15 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਕਰ ਕੋਈ ਵੀ ਇਥੇ ਨਾਲੋਂ ਠੀਕ ਠਾਕ ਨੇ ਉਹਨਾਂ ਕੋਲੇ ਜੇ ਉੱਥੇ ਜਾ ਕੇ ਉਹੀ ਵਿਅਕਤੀ ਸਖਤ ਹੋ ਸਕਦੇ ਨੇ ਉਹਨੇ ਉਹ ਕੋਈ ਉਹਨਾਂ ਦਾ ਐਵੇਂ ਠੀਕ ਠੀਕ ਹੀ ਸਭਿਕ ਕਹਾਤਾ ਵਜੀ ਸੀ ਜੀ ਤਾਂ ਇਹ ਤੋਂ ਇੱਕ ਤਾਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਕਹਿੰਦੇ ਉੱਥੇ ਜਾਣਾ ਜੀ ਐਵੇਂ ਭੇਜ ਚਾਲ ਗਈ ਤਾਂ ਕਹਿ ਦਿੰਦੇ ਨੇ ਕਈ ਉਦਾਂ ਹੀ ਜੀ ਝੋਕਾ ਹੋ ਰਿਹਾ ਜੀ ਫਰਾਣਾ ਹੋ ਰਿਹਾ ਜਾਂ ਜੀ ਇਹ ਤਾਂ ਔਖੇ ਹੋ ਕੇ ਵੀ ਜਾਨ ਨੂੰ ਤਿਆਰ ਨੇ ਇਹ ਤਾਂ ਬੜੀਆਂ ਅਨੈਥੀਕਲ ਜੀ ਨੂੰ ਅਨੈਤਿਕ ਗੱਲਾਂ ਕਰਕੇ ਵੀ ਜਾਨ ਤਿਆਰ ਨੇ ਉਹ ਗੱਲਾਂ ਹੋਣਗੀਆਂ ਵਿੱਚ ਮੈਂ ਉਹਨਾਂ ਨੂੰ ਐ ਖਤਮ ਨਹੀਂ ਕਰਦਾ ਸਮਾਜ ਕਦੇ ਵੀ ਬੀਜਣਾ ਨਹੀਂ ਹੋਇਆ ਤੇ ਜੇ ਬੀਜਣਾ ਸੋਣਾ ਹੁੰਦਾ ਫਿਰ ਤਾਂ ਬ੍ਰਹਮ ਆਪਣੀ ਪੁੱਤਰੀ 'ਚ ਤੇ ਨਹੀਂ ਡੋਲਦਾ ਸੀ ਸੋ ਇਸ ਕਰਕੇ ਇਹ ਤਾਂ ਇਤਿਹਾਸ ਹੈ ਉਹਨੂੰ ਤਾਂ ਉਹਨੂੰ ਜੇ ਅਸੀਂ ਮੰਨ ਲਈ ਉਹਨੇਕ ਨੂੰ ਤਾਂ ਇਹ ਕੋਈ ਗੈਰ ਕੁਦਰਤੀ ਜੇ ਵਰਤਾਰਾ ਮੰਨਣਾ ਵੀ ਹੋਵੇ ਇਸ ਕਰਕੇ ਕੀ ਇਥੋਂ ਧੱਕਿਆ ਜਾ ਰਿਹਾ ਹੈ ਉਹੀ ਬੰਦਾ ਜਿਹੜਾ ਉੱਥੇ ਕੰਮ ਜਾਵਾ ਮੈਂ ਛੋਟੀ ਜਿਹੀ ਇੱਕ ਉਦਾਹਰਨ ਦੇਵਾਂਗਾ ਇਸੀ ਇੱਕ ਵਾਰੀ ਸਾਡੇ ਆਪਰੇਸ਼ਨ ਥੀਟਰ ਚ ਨਾ ਸਾਡੇ ਰੇ ਕਮੇਟਰ ਨੂੰ ਮੈਨੂੰ ਕਹਿਣ ਲੱਗੀ ਕਹਿੰਦੀ ਯਾਰ ਨਰਸਾਂ ਵਾਲੇ ਕਹਿੰਦੀ ਇਹ ਕੁੜੀਆਂ ਨੂੰ ਨਾ ਆਪਰੇਸ਼ਨ ਥੀਟਰ ਚ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਕੰਮ ਨਹੀਂ ਕਰਦੀਆਂ ਤੇ ਵਾਰਡ 'ਚ ਵੜਾ ਕਰਦੀਆਂ ਨੇ ਮੈਂ ਸੱਚੀ ਮੱਚੀ ਵਾਰਡ 'ਚ ਕਰਦੇ ਆ ਕਹਿੰਦੀ ਹਾਂ ਤੇ ਮੈਂ ਕਹਿੰਦਾ ਫਿਰ ਇਹ ਸੋਚੋ ਵੀ ਆਪਰੇਸ਼ਨ ਦੇ ਵਿੱਚ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੇ ਉੱਥੇ ਕੰਮ ਕਰਦੇ ਬਰੀ ਟੁਣੀ ਕਰਨੀ ਆ ਇਸੇ ਲਈ ਜਿਹੜੇ ਉੱਥੇ ਜਾ ਕੇ ਕਾਮਯਾਬ ਹੁੰਦੇ ਨੇ ਤੇ ਉਹ ਬੁਰੇ ਕਿਉਂ ਨਹੀਂ ਹੋ ਸਕਦੇ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਪੰਜਾਬ ਜਿਹਨੂੰ ਅਸੀਂ ਰੰਗਲਾ ਪੰਜਾਬ ਕਹਿੰਦੇ ਸੀ ਮੈਂ ਤਾਂ ਪੂਰੇ ਮੁਲਕ ਦੀ ਗੱਲ ਕਰਦਾ ਕੇਰਲਾ ਚੋਂ ਵੀ ਬਹੁਤ ਗਏ ਹੋਏ ਨੇ ਪਰ ਪੰਜਾਬ ਚ ਉਹ ਐਕਜ਼ੋਟ੍ਰਸ ਜਿਹੜਾ ਯੋ ਨਪਕਣਾ ਪ੍ਰਵਾਸ ਇਹ ਬਹੁਤ ਜ਼ਿਆਦਾ ਹੈ ਪਰ ਇਹ ਕੋ ਨਵੀਂ ਗੱਲ ਨਹੀਂ ਹੈ ਆ ਜਿਹੜੇ ਗਦਰੀ ਬਾਬਿਆਂ ਦੇ ਮੇਰੇ ਤੇ ਆਪ ਇਕੱਠੇ ਹੋਏ ਸੀ ਉਹ ਸਾਰੇ ਪ੍ਰਵਾਸ ਕਰਕੇ ਗਏ ਸੀ ਕਿਉਂਕਿ ਇੱਥੇ ਰੋਟੀ ਨਹੀਂ ਮਿਲਦੀ ਤੇ ਸਾਦੀ ਪਹਿਲਾਂ ਦੇ ਗਏ ਵੀ ਪੈਸਾ ਹੋਣ ਸੀਗੇ ਪੂਰਾ 115 ਸਾਲ ਪਹਿਲਾਂ ਠੀਕ ਹੈ ਗਏ ਵੀ ਪੈਸਾ ਕਮਾਉਣ ਸੀਗੇ ਉਹ ਗੱਲ ਵੱਖਰੀ ਹੈ ਉੱਥੇ ਜਾ ਕੇ ਹੋ ਜਿੱਡੇ ਵੱਡੇ ਹੀਰੋ ਬਣ ਗਏ ਸਾਰਾ ਕੁਝ ਛੱਡ ਛੜਾ ਆਲੂਆਂ ਦਾ ਬਾਸ ਆਲੂ ਛੱਡਿਆ ਸੋ ਇਹ ਜਿਹੜਾ ਪਾਰਟ ਸੀ ਇਹ ਜਿਹੜਾ ਹਿੱਸਾ ਹੈ ਉਹਦੇ ਚ ਇੱਕ ਗੱਲ ਮੈਂ ਦੇਖੀ ਜਿਹੜੀ ਇੱਥੇ ਆਪਣੇ ਕੰਮ ਆਉਣਾਗੀ ਉਹਨਾਂ ਨੇ ਉੱਥੇ ਬਾਬਾ ਜਵਾਲਾ ਸਿੰਘ ਛੱਟੀਆਂ ਨੇ ਇੱਕ ਸਕਾਲਰਸ਼ਿਪ ਸ਼ੁਰੂ ਕਰਿਆ ਉਸ ਸਮੇਂ ਉਸ ਸਮੇਂ ਜੀ ਆਪ ਦੇ ਖਰਚੇ ਸਾਰਾ ਉਹਨੇ ਕਦੇ ਬਾਬਾ ਜਵਾਲਾ ਸਿੰਘ ਛੱਟੀਆਂ ਨੇ ਕਰਨਾ ਸੀ ਠੀਕ ਹੈ ਤੇ ਉਹਦੇ ਚ ਕੋਈ ਜਾਤ ਕੋਈ ਧਰਮ ਦਾ ਸਵਾਲ ਨਹੀਂ ਸੀ ਤੇ ਉਹ ਸਕਾਲਰਸ਼ਿਪ ਵੀ ਬੱਚੇ ਜਿਹੜੇ ਇੱਥੇ ਆ ਕੇ ਪੜ੍ਹਨ ਦੇ ਲੋੜ ਜ਼ਰੂਰੀ ਹੈ ਜ਼ਰੂਰੀ ਹੈ ਵੀ ਪੜਾਉਣਾ ਹੈ ਆਪਾਂ ਨੇ ਤੇ ਚਾਰ ਬੱਚਾ ਨੂੰ ਪਹਿਲਾਂ ਜਿੰਨਾ ਸਕਾਲਰਸ਼ ਮਿਲਿਆ ਉਹਨਾਂ ਚ ਇੱਕ ਹਿੰਦੂ ਸੀ ਇੱਕ ਸਿੱਖ ਸੀ ਇੱਕ ਕੋਈ ਇਸਾਈ ਸੀ ਤੇ ਇੱਕ ਕੋਈ ਕਹਿੰਦਾ ਮੁਸਲਮਾਨ ਸੀ ਕੋਈ ਕਹਿੰਦਾ ਨਹੀਂ ਸੀ ਜੀ ਕੁਕੋ ਸਾਰੀ ਹਿਸਟਰੀ ਨਾਲ ਆਪਾਂ ਨੂੰ ਮਿਲਦੀ ਤੇ ਜੇ ਉਹ ਜਿਹੜੇ ਉੱਥੇ ਬਾਬੇ ਗਏ ਗਏ ਤਾਂ ਪੈਸੇ ਕਮਾਉਣ ਸੀਗੇ ਪਰ ਉਹ ਖੋਰ ਪਾਸੇ ਤੁਰ ਗਏ ਜੀ ਔਰ ਥੋੜੇ ਸਮਾਂ ਲੱਗੀ ਹਮ ਹਮ ਪਹਿਲਾਂ ਸੈਟਲ ਹੋ ਗਏ ਨਾ ਮੇਰਾ ਵੀ ਤੁਰ ਪਏ ਦੂਜੇ ਪਾਸੇ ਤੇ ਜਿਹੜੇ ਉਹਨਾਂ ਨੇ ਇੱਕ ਨਵਾਂ ਤਰੀਕਾ ਰੱਬਿਆ ਵੀ ਭਾਈ ਇਹ ਤਾਂ ਪੜ੍ਹਾਈ ਜ਼ਰੂਰੀ ਆ ਔਰ ਪੜ੍ਹਾਈ ਕਿਨੂੰ ਘਾਤ ਤਾਂ ਨਹੀਂ ਪੜਨ ਲੱਗੇ ਹੋ ਆਪ ਤਾਂ ਜਿੰਨਾਂ ਪੜ੍ਹੇ ਸੀ ਪੜ੍ਹੇ ਸੀ ਨਹੀਂ ਪੜ੍ਹੇ ਸੀ ਨਾ ਹੀ ਸੀ ਹਮ ਹਮ ਉਹਨਾਂ ਨੇ ਨੌਜਵਾਨਾਂ ਨੂੰ ਪੜਾਉਣਾ ਸ਼ੁਰੂ ਕਰਿਆ ਕਿਉਂਕਿ ਦੋ ਲੜਕੀਆਂ ਤਾਂ ਇਕੱਠੀ ਜਾਂਦੀਆਂ ਸੀ ਲੜਕਿਆਂ ਦਾ ਸਵਾਲ ਹੀ ਸੀ ਤੋ ਇਹ ਸੋ ਇਹ ਪਤਾ ਲੱਗਦਾ ਹੈ ਵੀ ਜਿਹੜੀ ਸਿੱਖਿਆ ਅਸੀਂ ਜੀਵਨ ਚ ਇਹ ਸਾਰੇ ਪਾਸੇ ਦੇਖਿਆ ਹੈ ਵੀ ਜੇ ਤੁਸੀਂ ਬਾਦ ਸਾਹਿਬ ਬੰਦੇ ਨੂੰ ਸਾਰੀ ਗੱਲ ਬੈਠ ਕੇ ਚਰਚਾ ਕਰ ਲੋ ਇੱਕ ਤਾਂ ਹੁੰਦਾ ਆਪਾਂ ਸਲਮਣ ਕਰ ਦਈਏ ਪਾਸ਼ਣ ਕਰ ਦਈਏ ਵੀ ਤੂੰ ਐ ਕਰਿਆ ਕਰ ਡੂਜ਼ ਐਂਡ ਡੋਂਟਸ ਕਈ ਕਰਨਾ ਨਾ ਸਕੂਲਾਂ ਚ ਵੀ ਕਰਦੇ ਐ ਡੂਜ਼ ਐਂਡ ਡੋਂਟਸ ਡੂਜ਼ ਐਂਡ ਡੋਂਟਸ ਨਾ ਟੀਨੇਜਰ ਤੇ ਨਹੀਂ ਕੰਮ ਕਰਦੇ ਠੀਕ ਹੈ ਜਿਹੜੀ ਇਹ ਅਲੜੋ-ਮੜ ਹੁੰਦੀ ਹੈ ਜੀ ਗਵਰਿਹਟ ਤੇ ਮਟਿਆਰਾ ਹਮ ਹ ਇਹਨਾਂ ਦੇ ਉੱਤੇ ਇਹ ਨਹੀਂ ਹੋ ਸਕਦਾ ਤੁਸੀਂ ਕਹੋ ਹਾਂ ਵੀ ਐ ਕਰਨਾ ਅਚ ਬੈਠਣਾ ਆਵਾਲ ਕੀਨੇ ਬਣਾਏ ਨੇ ਆ ਕਪੜੇ ਕਹੇ ਜੇ ਪਏ ਨੇ ਇਦਾਂ ਨਹੀਂ ਚੱਲਣਾ ਕੰਮ ਦੂਜਾ ਜਦੋਂ ਨੇ ਜਾਣਾ ਉਹਦੇ ਵਿੱਚ ਹੁਣ ਫਰਕ ਆ ਇੱਕ ਇਹ ਮੈਂ ਬਹਲੇ ਜਿਹਾ ਫਰਕ ਦੱਸਦਾ ਠੀਕ ਹੈ ਮਨੁੱਖੀ ਸ਼ਰੀਰ ਦਾ ਹਮ ਇਹ ਜਿਹੜਾ ਮਾਪਿਆਂ ਨੂੰ ਤੁਹਾਨੂੰ ਮੈਨੂੰ ਸਮਝਣ ਦੀ ਲੋੜ ਹੈ ਚਲੋ ਸਾਡਾ ਤਾਂ ਕੀਤਾ ਇਹ ਜੀ ਤੁਸੀਂ ਮੀਡੀਅ ਚੋਇਸ ਕਰਕੇ ਤੁਹਾਨੂੰ ਵੀ ਸਮਝਣਾ ਜ਼ਰੂਰੀ ਹੈ ਬਾਕੀ ਮਾਪਿਆਂ ਨੂੰ ਵੀ ਜ਼ਰੂਰੀ ਹੈ ਹਮ ਹਮ ਅਨਪੜ ਮਾਪਿਆਂ ਨੂੰ ਇੱਕ ਡੈਬ ਤੱਕ ਕਿਸੇ ਜ਼ਮਾਨੇ 'ਚ ਪਤਾ ਸੀ ਫਰਕ ਨਹੀਂ ਪਤਾ ਸੀ ਜੀ ਉਹਨਾਂ ਨੂੰ ਨਹੀਂ ਪਤਾ ਸੀ ਇਹ ਜਿਹੜਾ ਜੈਵ ਵਿਗਿਆਨ ਦੇ ਹਿਸਾਬ ਨਾਲ ਕੀ ਹੈ ਮਨੁੱਖੀ ਸਰੀਰ ਵਿਗਿਆਨ ਦੇ ਹਿਸਾਬ ਨਾਲ ਕੀ ਹੈ ਪਰ ਉਹਨਾਂ ਨੂੰ ਸੋਸ਼ਲ ਸਮਾਜ ਵਿਗਿਆਨ ਦੇ ਹਿਸਾਬ ਨਾਲ ਪਤਾ ਸੀ ਕਹਿੰਦੇ ਸੀ ਵੀ ਜਦ ਮਾਂ ਦੀ ਜੁੱਤੀ ਧੀ ਦੇ ਪੈਰ ਚਾਉਣ ਲੱਗਦੇ ਤੇ ਜਦ ਬਾਪ ਦੀ ਜੁੱਤੀ ਮੁੰਡੇ ਦੇ ਪੈਰ ਚਾਉਣ ਲੱਗਦੇ ਤਾਂ ਮੁੰਡੇ ਨੂੰ ਉਹ ਦੋਸਤ ਸਮਝੇ ਬਾਪ ਤੇ ਧੀ ਨੂੰ ਮਾਂ ਜਿਹੜੀ ਸਿੱਧੀ ਸਮਝੇ ਠੀਕ ਹੈ ਇਹਦਾ ਮਤਲਬ ਹੈ ਸਮਾਜਿਕ ਤੌਰ ਤੇ ਉਹਨੂੰ ਮਾਨਤਾ ਦੇਣੀ ਸੀ ਮਾਨਤਾ ਦੇਣੀ ਸੀ ਆਹ ਤਾਂ ਹੈ ਨਹੀਂ ਵੀ ਸਾਰੇ ਵੀ ਤੁਸੀਂ ਹਰ ਇੱਕ ਗੱਲ ਸੁਣਦੇ ਹੋ ਹਰ ਇੱਕ ਗੱਲ ਮੰਨਦੇ ਹੋ ਇਦਾਂ ਹੀ ਜਾਂ ਆਪਦੇ ਦੋਸਤ ਦੀ ਹਰ ਗੱਲ ਮੰਨਦੇ ਹੋ ਪਰ ਸੁਣਦੇ ਚਰਚਾ ਕਰਦੇ ਹੋ ਜੀ ਡਿਸਕਸ਼ਨ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਉਹ ਜਮਤਪੇੜੀ ਹੁੰਦੇ ਨੇ ਉਹ ਚ ਰਿਜ਼ਾਲਟ ਵੀ ਕਰਦੇ ਹੋ ਕਿਤੇ ਮੰਨ ਮੁਟਾਬ ਵੀ ਹੁੰਦਾ ਜੀ ਕਦੇ ਕਦੇ ਫਿਰ ਮੰਨਦੇ ਮਨਾਉਂਦੇ ਵੀ ਹਾਂ ਇਸੇ ਚੋਂ ਤਾਂ ਖਾਨ ਬਣਿਆ ਬਿਲਕੁਲ ਜੇ ਰੁੱਸੇ ਨੂੰ ਬਣਾਈਏ ਨਾ ਭੁੱਲੇ ਨੂੰ ਰਾ ਭਾਈਏ ਨਾ ਤਾਂ ਦੁਨੀਆ ਕਿਵੇਂ ਚੱਲੂ ਇਹ ਸਜੋ ਬਣਿਆ ਹਮ ਹਮ ਵੀ ਜਦ ਤੁਸੀਂ ਬੋਲਦੇ ਹੋ ਗੱਲ ਸੋ ਸਾਡੇ ਹੁਣ ਜਿਹੜਾ ਸਮੱਸਿਆ ਆ ਗਈ ਹੈ ਉਹ ਇਹ ਆ ਗਿਆ ਵੀ ਉਹ ਜਿਹੜਾ ਸਮਾਜਿਕ ਸਾਡਾ ਪ੍ਰਬੰਧ ਸੀ ਜੀ ਜਿਹੜਾ ਉਹ ਨੂੰ ਜਿਹੜਾ ਟੀਨੇਜਰ ਸੀ ਅਲੜ ਉਮਰ ਜੀ ਨੂੰ ਆਪਾਂ ਕਹਿੰਨਾ ਗਬਰੇਟ ਮੁਟਿਆਰ ਉਹ ਨੂੰ ਜਿਹੜੀ ਉਹਨੇ ਦੱਸਣਾ ਸੀ ਵੀ ਭਾਈ ਤੂੰ ਜੀਵਨ ਚ ਕਿਵੇਂ ਚੱਲਣਾ ਹੈ ਤੂੰ ਪੜਿਆ ਜਿੰਨਾ ਮਰਜ਼ੀ ਹੋਵੇ ਘੱਟ ਪੜਿਆ ਹੋਵੇ ਵੱਧ ਇਹਦਾ ਸਵਾਲ ਨਹੀਂ ਵੱਡਾ ਉਹ ਜੀਵਨ ਚ ਚੱਲਣ ਦੇ ਤੌਰ ਤਿਲਕੇ ਜਿਹੜੇ ਸੀ ਜਿਹੜੇ ਉਹਦੇ ਸਰੀਰਕ ਬਦਲਾਅ ਦੇ ਨਾਲ ਉਹਦੇ ਮਾਨਸਿਕ ਬਦਲਾਅ ਦੇ ਰੂਪ ਚ ਸਾਹਮਣੇ ਆਉਂਦੇ ਸੀ ਜੀ ਸਮਾਜਿਕ ਬਦਲਾਅ ਦੇ ਰੂਪ ਸਾਹਮਣੇ ਆਉਂਦੇ ਸੀ ਉਹ ਉਦੋਂ ਵੀ ਆਉਂਦੇ ਸੀ ਅੱਜ ਵੀ ਆਉਂਦੇ ਨੇ ਉਹ ਤਾਂ ਹਟ ਨਹੀਂ ਸਕਦਾ ਕੁਦਰਤੀ ਨਿਯਮ ਹੈ ਹੂੰ ਹੁਣ ਉਹਨਾਂ ਨੂੰ ਅੱਜ ਐਡਰੈਸ ਕਰਨ ਵਾਲਾ ਮੁਖਤੱਬ ਹੋਣ ਵਾਲਾ ਨਹੀਂ ਕੋਈ ਰਿਹਾ ਮੈਂ ਉਹਨਾਂ ਕਿਵੇਂ ਮਾਪੇ ਉਹਨਾਂ ਕੋਲ ਤਾਂ ਹੀ ਨਹੀਂ ਹੁੰਦਾ ਵੀ ਅਸੀਂ ਗੱਲਬਾਤ ਕਰ ਸਕੀਏ ਆਪਣੇ ਬੱਚਿਆਂ ਨਾਲ ਜਾਂ ਜ਼ੋਰਤ ਨਹੀਂ ਕਰਦੇ ਹੂੰ ਹੂੰ ਜਾਂ ਫਿਰ ਹੁਕਮ ਕਰਦੇ ਨੇ ਵੀ ਆਹ ਗੱਲ ਕਿਵੇਂ ਕਰੀਏ ਹਾਂ ਜੀ ਨਾ ਤਰੀਕਾ ਨਹੀਂ ਹੁੰਦਾ ਜਾਂ ਜਾਂ ਫਿਰ ਹੁਕਮੀ ਕਰਦੇ ਨੇ ਵੀ ਸਾਡੇ ਵੇਲੇ ਤਾਂ ਐ ਹੁੰਦਾ ਸੀ ਜੀ ਤੁਸੀਂ ਐ ਕਿਉਂ ਕਰਦੇ ਹੋ ਉਹ ਆਪਣੇ ਰੇੜੇ ਦੀਆਂ ਗੱਲਾਂ ਸੁਣਾ ਕੇ ਉਹਨਾਂ ਨੂੰ ਹੋਰ ਇਰੀਟੇਟ ਕਰੀ ਜਾਂਦੇ। ਉਹ ਅਪਲਾਈ ਕਰੀ ਜਾਂਦੇ ਉਹੀ ਚੀਜ਼। ਹਾਂ। ਉਹ ਨਹੀਂ ਅਪਲਾਈ ਕਰਨਾ ਚਾਹੁੰਦੇ ਨੇ। ਉਹ ਬੱਚੇ ਜ਼ਿਆਦਾ ਰਿਐਕਟ ਕਰਦੇ। ਹਮ। ਮੈਂ ਛੋਟੀ ਸੀ ਉਦੋਂ ਲੈਣਾ। ਅੱਜ ਸੇਰੇ ਸੇਰੇ ਨਾ ਤੁਰਿਆ ਜ਼ਿਆਦਾ ਸੀ। ਉੱਥੇ ਇੱਕ ਬੱਚਾ ਰੋਟੀ ਨਹੀਂ ਖਾ ਰਿਹਾ ਸੀ। ਹਾਂ। ਉਹ ਬੀਬੀ ਮਿਲਕਾ ਜੀ ਇੱਥੇ ਰੁਕ ਜੀ ਜਰਾ। ਅੱਛਾ ਕਹਿੰਦੀ ਆਹ ਦੇਖ ਲਓ ਮੈਂ ਇਹਨਾਂ ਨੂੰ ਫੜਾ ਦੇਣਾ ਉਹ ਬੱਚੇ ਨੂੰ ਕਹੇ। ਅੱਛਾ ਮੈਂ ਹੁਣ ਵਿਚ ਵਿਚਾਲੇ ਪੈ ਗਿਆ ਮੈਂ ਤਾਂ ਕਹਿਣਾ ਉਹਰੇ ਤਾਂ ਆਪਾਂ ਕਿਉਂਕਿ ਗੱਲੀ ਹੀ ਕਰ ਰਿਹਾ। ਜੀ। ਪੈਟਰ ਨੇ ਇਸਲਾਮ ਨੇ ਕਹਿੰਦਾ ਬੀਬੀ ਇਹ ਨਹੀਂ ਰੋਟੀਆਂ ਖਾਣੀ ਨੀ ਕੋਈ ਬੱਚਾ ਨਾ ਸਰ ਜਣਾ ਰੋਝ ਹੀ ਇਹ ਐਂ ਹੁੰਦਾ ਮਾਪੇ ਤੱਕੇ ਨਾ ਖਲਾਉਂਦੇ ਕਿਹਾ ਮੈਂ ਖਾਣੀ ਨਹੀਂ ਜੀ ਤੇ ਫਿਰ ਮੈਂ ਕਿਹਾ ਬਿਨਾ ਮੰਗੇ ਰਾਏ ਨਹੀਂ ਦੇਈ ਦੀ ਹੈ ਬਿਨ ਗਾਹ ਕੋ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹ ਕੇ ਜੇ ਮੈਂ ਦੇ ਤੋ ਗੁਣ ਲੱਖ ਬਕਾਏ ਗੁਰੂ ਨੇ ਇਹ ਕਿਹਾ ਤੇ ਫਿਰ ਮੈਂ ਉਹਨਾਂ ਨੂੰ ਰਾਏ ਤਾਂ ਨਹੀਂ ਦਿੱਤੀ ਨਾ ਖੜ ਜਰੂਰ ਗਿਆ ਵਿਚਾਰੇ ਇਹ ਹਮਝਾ ਰਾਜੀ ਹੋ ਗਏ ਵੀ ਅੱਜ ਇਹਦਾ ਸਰਜਾ ਹੈ ਸਰਜਾ ਸੋ ਜਿਹੜਾ ਜਿਹੜਾ ਸਾਡੇ ਅੱਜ ਸਮਾਚ ਹੋ ਗਿਆ ਅਸੀਂ ਸਮਝਿਆ ਬੱਚਾ ਗਬਰੇਟ ਮੋਟਿਆਰ ਇਹ ਸਾਰੇ ਬੇਵਕੂਫ ਨੇ ਅਸੀਂ ਹੀ ਇਹਨਾਂ ਨੂੰ ਦੱਸਣਾ ਚਾਹਤਾ ਇੱਕ ਸਾਡਾ ਪਹੁੰਚੇ ਹੋਗੀ ਠੀਕ ਹੈ ਦੂਜੀ ਪਹੁੰਚੇ ਹੋਗੀ ਬੇ ਤਾਂ ਕਿਸੇ ਦੀ ਸੁਣਦੀ ਨਹੀਂ ਇਹ ਤਾਂ ਮੰਨ ਮਰਜੀ ਕਰਦੇ ਆਂ ਅਕੜ-ੁਕੜ ਲੈਣਾ ਨੂੰ ਹੈ ਨਹੀਂ ਜੀ ਇਹ ਪਹੁੰਚ ਹੋਗੀ ਤੀਜੀ ਪਹੁੰਚੋਗੀ ਵੀ ਅਸੀਂ ਕੀ ਕਰਾਂ ਨਾ ਯਾਰ ਇੱਕ ਜਵਾਕ ਹੈ ਜਹਾਜਾ ਕਰਦਾ ਕਰੀ ਜਾਵੇ ਇਸ ਨੂੰ ਸਲੈਂਡਰ ਕਰਤਾ ਸਲੈਂਡਰ ਕਰ ਜੀ ਐਗਜ਼ੈਕਟਲੀ ਮੈਜ ਆਫ ਦ ਮੈ 2-3 ਹੀ ਆ ਰਹੀ ਆ ਵੀ ਅਸੀਂ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਦਾ ਵੀ ਚੱਲ ਜੋ ਕਰਨਾ ਕਰ ਰੋ ਇਹ ਥਿੰਨੇ ਹਾਲਾਤਾਂ ਗਲਤ ਨੇ ਅਛਾ ਤਿੰਨੇ ਹੀ ਹਾਲਾਤਾਂ ਗਲਤ ਹਾਂ ਕਿੰਨੇ ਨਾਰਮਲ ਹੀ ਹੈਗਾ ਕਿਉਂਕਿ ਜਿਹੜਾ ਜਿਹੜਾ ਵਰਤਾਉ ਨਾਰਮਲ ਵਰਤਾਉ ਹੈ ਜਿਵੇਂ ਤਵੇ ਨੂੰ ਜ਼ਿਆਦਾ ਗਰਮ ਕਰ ਲੋਗੇ ਤਾਂ ਵੀ ਰੋਟੀ ਸੜ ਜਾਏਗੀ ਜੇ ਠੰਡਾ ਥੋੜਾ ਘੱਟ ਗਰਮ ਦੇ ਉੱਤੇ ਰੋਟੀ ਪਾਓਗੇ ਤਾਂ ਵੀ ਸੜ ਜਾਏਗੀ ਉਹ ਸੁੱਕ ਜਾਏਗੀ ਸੋ ਇਸ ਕਰਕੇ ਆਉਂਦਾ ਇੱਕ ਵੱਤ ਜਿਹਨੂੰ ਕਹਿੰਦੇ ਨੇ ਜੀ ਕਿਸਾਨ ਹਲਵਾ ਹਲ ਪਾਉਂਦਾ ਉਹਦੋਂ ਖੇਤ ਵੱਤੇ ਮਾਉਂਟ ਤੋਂ ਬਾਅਦ ਕਹਿੰਦਾ ਵੱਤ ਹੋਈ ਹੈ ਜੀ ਤਾਂਵਾ ਹੈ ਸੋ ਵੱਤ ਆਉਣਾ ਜ਼ਰੂਰੀ ਹੈ ਇਹ ਜਿਹੜੀ ਵੱਤ ਹੈ ਉਹਦੀ ਮੈਂ ਗੱਲ ਕਰਾਂਗਾ ਹਮਮ ਇਹ ਕੁਝ ਪਤਾ ਤੁਹਾਡਾ ਸਵਾਲ ਹੈ ਕੋਈ ਗੱਲ ਨਹੀਂ ਆਉਣ ਦਿਓ ਜੀ ਮੈਂ ਹੁਣ ਟੋਕਣਾ ਨਹੀਂ ਅੱਜ ਹੁਣ ਉਹਦੇ ਵਿੱਚ ਕੀ ਹੈ ਜਿਹੜੇ ਸਾਡੇ ਆ ਆ ਦਿਮਾਗ ਹੈ ਜੀ ਇਹ ਜਦ 15 ਸਾਲ ਤੋਂ 19 ਸਾਲ ਤੱਕ ਦੀ ਉਮਰ 'ਚ ਜਾਂਦਾ ਹੈ ਬਲਕਿ 13 ਤੋਂ 19 ਠੀਕ ਹੈ ਜੀ 3 13 14 ਇਹ ਜਦ 13 ਤੋਂ 19 ਸਾਲ ਦੀ ਉਮਰ 'ਚ ਜਾਂਦਾ ਹੈ ਤਾਂ ਦਿਮਾਗ ਦੇ ਵਿੱਚ ਜਿਹੜਾ ਸੋਚ ਵਾਲਾ ਹਿੱਸਾ ਹੈ ਜੀ ਉਹ ਆ ਨਹੀਂ ਹੈ ਇੱਥੇ ਵਾਲਾ ਨਹੀਂ ਹੈ ਉਹ ਅੰਦਰ ਹੀ ਕੋਮਰ ਅਮਰ ਗਲਾ ਡਾਇਆ ਜੀ ਆਰਗਨ ਬ੍ਰੇਨ ਦਾ ਉੱਥੇ ਉਹਦੀ ਸੋਚ ਹੁੰਦੀ ਆ ਠੀਕ ਹੈ ਉਹ ਜੋ ਜਾਂ ਇੱਕੜੀ ਚ ਮਾਸਾ ੜੀ ਚ ਤੋੜਾ ਲਾਦੀ ਹੁੰਦੀ ਆ ਆ ਜਿਹੜਾ ਇਹਨੂੰ ਅਸੀਂ ਸੈਰੀਬਰਲ ਕੌਟੈਕਸ ਕਹਿੰਦੇ ਆ ਠੀਕ ਹੈ ਅਸਲ ਦਿਮਾਗ ਦਾ ਇਹ ਖਜ਼ਾਨਾ ਸੋਚ ਦਾ ਮਨ ਦਾ ਜਿਹਨੂੰ ਆਪਾਂ ਕਹਿੰਦੇ ਮਨ ਨਹੀਂ ਕਰਦਾ ਇੱਥੇ ਆ ਸੈਰੀਬਰਲ ਹਮੇਸ਼ਾ ਇਹ ਕਹਿੰਦੇ ਆ ਸੀ ਠੀਕ ਹੈ ਤੇ ਸੈਰੀਬਰਮ ਕਹਿੰਦੇ ਆ ਆਪਣੇ ਪਾਸਾ ਤੇ ਦੋ ਨੇ ਇਹ ਦੋਨੇ ਆਏ ਵਿਚਾਰੇ ਜੁੜੇ ਹੋ ਨੇ ਜਿਹਨੂੰ ਦੇਖੀਏ ਤਾਂ ਜਿਵੇਂ ਆਪਾਂ ਖਰੋਟ ਦਾ ਹੁੰਦੀ ਆ ਨਾ ਖਰੀ ਜੀ ਜੀ ਐਂ ਵਿਚਾਲੋ ਜੀ ਹੁੰਦੀ ਪੜਜੋ ਉਸ ਨਾਲ ਸੱਚੇ ਮੁੱਚੀ ਖਰੋਟ ਵਾਲੀ ਸ਼ਕਲ ਹੈ ਦਿਮਾਗ ਦੀ ਜੇ ਹਾਂ ਜੇ ਐਂ ਖਰੋਟ ਨੂੰ ਰੱਖ ਦਈਏ ਖੋਲ ਕੇ ਪੂਰੇ ਦਾ ਪੂਰਾ ਤੋੜ ਕੇ ਅੱਧਾ ਮਤਰਾ ਐਂ ਵਿਚਾਲੋ ਤੋੜ ਲੀਏ ਐ ਬੁੱਧਾ ਪਿਆ ਨਾ ਚੁਵਾਈ ਹੋਏ ਬ੍ਰੇਨ ਵਾਲਾ ਸਿਸਟਮ ਠੀਕ ਹੈ ਸ਼ਕਲਾਂ ਵੀ ਉਦਾਂ ਦੀਆਂ ਉਦਾਂ ਦੀਆਂ ਝੁੜੀਆਂ ਉਦਾਂ ਵਿੱਚ ਆਣਾ ਜੁੜਿਆ ਹੋਇਆ ਜੀ ਉਦਾਂ ਹੀ ਆਏ ਗੋਲਗਾ ਇਦੋਂ ਪਤਲਾ ਇਦੋਂਗਾ ਇਹ ਰਿਸਾਈਰ ਇਹ ਸੋਚ ਦਾ ਕੰਮ ਕਰਦਾ ਸਾਰੇ ਦਾ ਸਾਰਾ ਖਜ਼ਾਨਾ ਇਹਦੇ ਚ ਹੈ ਠੀਕ ਹੈ ਜੀ ਹੁਣ ਜਿਹੜਾ ਟੀਨੇਜਰ ਦਾ ਉਹਨੇ ਉੱਥੋਂ ਚੜ ਕੇ ਇੱਥੇ ਆਉਣਾ ਹੈ ਜੀ ਹਮ ਹਮ ਜਦ ਉੱਥੇ ਸੋਚਦਾ ਉੱਥੇ ਹੋਰ ਤਨ ਅਜੇ ਉਹਦਾ ਸਫਰ ਰਹਿੰਦਾ ਆ ਸਫਰ ਰਹਿੰਦਾ ਜੀ ਠੀਕ ਹੈ ਉਹ ਜਿਹੜਾ ਮਤਲਬ ਅਜੇ ਦੀਏ ਦੀ ਬੱਤੀ ਲੱਗੀ ਲੱਗੀ ਆ ਅਜੇ ਉਹ ਪੂਰੀ ਚੜ੍ਹਤ ਤੇ ਨਹੀਂ ਆਈ ਜੀ ਚੜ੍ਹਤ ਤੇ ਆਉਣ ਤੇ ਉਹਨੂੰ ਟਾਈਮ ਲੱਗਣਾ ਤੇ ਅਸੀਂ ਫਟਾਫਟੀ ਫੂਕ ਮਾਰਨੀ ਸ਼ੁਰੂ ਕਰਦੇ ਅਸੀਂ ਤੇਲ ਹੋ ਜੇ ਜਦ ਬੱਤੀ ਨੂੰ ਹਲਾਈ ਜਾਂਦੇ ਆ ਜਾਂ ਕਹਿੰਦੇ ਤੇਲ ਹੋਰ ਪਾ ਦਿਓ ਉਹਨੇ ਥੋੜਾ ਜਿਹਾ ਟਾਈਮ ਲੈਣਾ ਹੁੰਦਾ ਟਾਈਮ ਲੈਣਾ ਹੁੰਦਾ ਉਹ ਟਾਈਮ ਹਰ ਜਗ੍ਹਾ ਦਾ ਆਪਦਾ ਆਪਦਾ ਜੀ ਸੋ ਇਹ ਟਾਈਮ ਹੈ ਜਿਹੜਾ 4-5 ਸਾਲ ਦਾ ਹੈ ਬਿਲਕ ਇਹ ਜਿਹੜਾ 4-5 ਸਾਲ ਦਾ ਟਾਈਮ ਹੈ ਇਹਦੇ ਵਿੱਚ ਬੰਦਾ ਸਥਿਰ ਨਹੀਂ ਹੁੰਦਾ ਮਾਨਸਿਕ ਪੱਧ ਤੇ ਠੀਕ ਹੈ ਕਦੇ ਕੁਝ ਕਰੇਗਾ ਕਦੇ ਕੁਝ ਸੋਚੇਗਾ ਤੇ ਪੜ ਵਿੱਚ ਰਤੀ ਤੇ ਪੜ ਵਿੱਚ ਮਾਸਾ ਢਟਕਾ ਜਿਹੀ ਵਾਲੀ ਸਥਿਤੀ ਹੋ ਢਟਕਾ ਜਿਹੀ ਵਾਲੀ ਸਥਿਤੀ ਹੁੰਦੀ ਹੈ ਹੁਣ ਅਸੀਂ ਇਸ ਨੂੰ ਜਦ ਅਗੜਾ ਦੁਗੜਾ ਰਸਤਾ ਹੋਵੇ ਆਪਾਂ ਨੂੰ ਪਤਾ ਹੈ ਅੱਗੋਂ ਪਲੇਨ ਆ ਜਾਣਾ ਹੈ ਹੂੰ ਤਾਂ ਅਸੀਂ ਉਸ ਰਸਤੇ ਨੂੰ ਕਿਵੇਂ ਚੱਲਣਾ ਹੈ ਤੇ ਕਿੰਨੇ ਜੇ ਕੋ ਸਾਡੇ ਨਾਲ ਦਾ ਸਾਥੀ ਹੈ ਜਿਹੜਾ ਉਹ ਜਿਹਨੂੰ ਰਸਤੇ ਤੇ ਤੁਰਨ ਦੀ ਆਤ ਨਹੀਂ ਹੈ ਉਹ ਤਾਂ ਹੀ ਕੋਈ ਨਾ ਕਿ ਗੀਤ ਗਾਉਂਦੀਆਂ ਸੀ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਂਦਾ ਉਹਨਾਂ ਰਾਹਾਂ ਤੇ ਤੁਰਨਾ ਪਿਆ ਇਹ ਉਹਨਾਂ ਰਾਹਾਂ ਤੇ ਫਿਰ ਇਹਨੂੰ ਤੁਰਨਾ ਪੈਂਦਾ ਜਿਨ੍ਹਾਂ ਦੀ ਉਸਾਰ ਨਹੀਂ ਜਾਂਦਾ ਸਰ ਨਹੀਂ ਜਾਂਦਾ ਠੀਕ ਹੈ ਜੀ ਸੋ ਇਸ ਕਰਕੇ ਉਸ ਪਾਸੇ ਨੂੰ ਜਾਣ ਵਾਸਤੇ ਲੋੜ ਹੁੰਦੀ ਹੈ ਸਾਰੇ ਦੀ ਨਾ ਤਾਂ ਗੁੱਦੀ ਚੱਕ ਕੇ ਤੁਰਨ ਦੀ ਲੋੜ ਹੈ ਤੇ ਨਾ ਇਹ ਕਹਿੰਦੀ ਲੋੜਾ ਜਿਵੇਂ ਮਰਜ਼ੀ ਕਰ ਮੈਂ ਜਿੰਨਾ ਥੋੜੀ ਇੱਛਾ ਦਿਖਾਉਣੀ ਆ ਦਿਸ਼ਾ ਦਿਖਾਉਣੀ ਆ ਥੋੜੀ ਜਿਹੀ ਮਦਦ ਕਰ ਠੀਕ ਹੈ ਸੋ ਇਹ ਜਿਹੜੀ ਸਾਡੇ ਕਿਤੇ ਨਾ ਕਿਤੇ ਹੁਣ ਸਮਾਗਿਉ ਉਹ ਟੁੱਟ ਗਈ ਹੈ ਠੀਕ ਹੈ ਜੀ ਹੁਣ ਜਿਹੜਾ ਉਹ ਕਾਰੀ ਨਾ ਸੋਚਦਾ ਕੋਈ ਕੁਲਕਸ ਕਦੇ ਕੁਛ ਕਦੇ ਕੁਛ ਸੋਚਦਾ ਹੈ ਇਹ ਉਹਦਾ ਕਸੂਰ ਨਹੀਂ ਹੈ ਉਮਰ ਦਾ ਜੀ ਉਹ ਤਾਂ ਉਹਦਾ ਬਾਇਓਲੋਜੀਕਲ ਜੈਵਕ ਵਿਗਿਆਨ ਦਾ ਇੱਕ ਅਸੂਲ ਹੈ ਅਸੂਲ ਹੈ ਉਸ ਅਸੂਲ ਨੂੰ ਸਮਾਜ ਨੇ ਕਿਸੇ ਜਵਾਨੇ ਚ ਆਪਦੇ ਤਰੀਕੇ ਨਾਲ ਸਮਝਿਆ ਹੋਇਆ ਸੀ ਭਾਵੇਂ ਕੋਈ ਜਾ ਵੀ ਹੋ ਗਿਆ ਨਹੀਂ ਜਾਂਦਾ ਸੀ ਅੱਜ ਅਸੀਂ ਜੈਵ ਵਿਗਿਆਨ ਤਾਂ ਬਹੁਤ ਜਾਂਦੇ ਆ ਜੀ ਪਰ ਅਸੂਲ ਨਹੀਂ ਅਸੂਲ ਨਹੀਂ ਜਾਣਦੇ ਉਦੋਂ ਉਦੋਂ ਸਾਬ ਲਈ ਸਾਬ ਲਿਆ ਜਾਂਦਾ ਸੀ ਸਾਬ ਲਿਆ ਜਾਂਦਾ ਜੀ ਕੋਈ ਹੱਦ ਸੰਭ ਨਾਲ ਆ ਲੈ ਨਹੀਂ ਠੀਕ ਹੈ ਇੱਕ ਹੁਣ ਇਹ ਜੀ ਕਰਨਾ ਕੀ ਹੈ ਫਰਕ ਕੀ ਹੈ ਸਭ ਤੋਂ ਜ਼ਰੂਰੀ ਪਾਰਟ ਹੈ ਹਰ ਚੀਜ਼ ਦੇ ਉੱਤੇ ਹਾਂ ਹਰ ਚੀਜ਼ ਦੇ ਉੱਤੇ ਆਪਾਂ ਦੇਖਣਾ ਹੈ ਵੀ ਕਿਹੜੀ ਚੀਜ਼ ਨਾਰਮਲ ਹੈ ਹੂੰ ਹੂੰ ਉਹੀ ਚੀਜ਼ ਜੇ ਮੈਂ ਪਕਾਣਾ ਪਾਣੀ ਜੀ ਇਹ ਠੰਡਾ ਹੈ ਫਿਰ ਆਪਾਂ ਹੌਲੀ ਹੌਲੀ ਕਰਨ ਕੋਸਾ 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 ਫੇਰ ਕਹਿੰਦਾ ਤੱਤਾ ਹੋ ਗਿਆ ਜੀ ਇਹ ਤੱਤਾ ਜਦ ਹੋ ਗਿਆ ਤੇ ਤੱਤੇ ਤੋਂ ਥੱਲੇ ਹੈ ਇਹਨਾਂ ਦੋਹਾਂ ਅਵਸਥਾਂ 'ਚ ਫਰਕ ਹੈ ਜੀ ਤੱਤਾ ਹੋ ਗਿਆ ਤਾਂ ਹੱਥ ਸਾੜ ਦੇਗਾ ਜੀ ਤੱਤੇ ਤੋਂ ਜਿੰਨਾ ਬਹੁਤਾ ਥੱਲੇ ਹੈ ਠੰਡਾ ਰਹੇਗਾ ਜਦ ਇਹ 79 ਜੀ ਆ ਗਿਆ ਉਹੀ ਬਤਾਂ ਦੀ ਗੱਲ ਰੂਮ ਟੈਂਪਰੇਚਰ ਉੱਥੇ ਤੱਕ ਅਸੀਂ ਦੇਖਣਾ ਠੀਕ ਹੈ ਇਹ ਠੀ ਉਹਦੇ ਉੱਤੇ ਜਦ ਅਸੀਂ ਲੈ ਕੇ ਜਾਣਾ ਉਸ ਨੂੰ ਜਿਹੜਾ ਗੜੇ ਦੂਲੇ ਰਹਾਂ ਵਾਲ ਹੈ ਉਹਦਾ ਤਾਂ ਤਰੀਕਾ ਸੀ ਦੇਖਣਾ ਠੀਕ ਹੈ ਉਹ ਹਰੇਕ ਵਰਤੌ ਚ ਹੈ ਮੰਨ ਲਓ ਕੋਈ ਬੰਦਾ ਆਪਦੇ ਵਾਲ ਬਣਾਉਂਦਾ ਲੜਕਾ ਜਾਂ ਲੜਕੀ ਉਹ ਗੁੱਤ ਕਰਦੀ ਹੈ ਉਹ ਦੋ ਗੁੱਤਾਂ ਕਰਦੀ ਹੈ ਉਹ ਐ ਪਲੇਟ ਜੀ ਬਣਾ ਲੈਂਦੀ ਹੈ ਜਾਂ ਵਾਲ ਕਟਾ ਲੈਂਦੀ ਹੈ ਜਾਂ ਵਾਲ ਐ ਖੜੇ ਕਰ ਲੈਂਦੀ ਉਹ ਜਿੰਨੇ ਉਹਨੂੰ ਪਸੰਦ ਆ ਜੋ ਸਟਾਈਲ ਉਹਨੂੰ ਠੀਕ ਜੋ ਸਟਾਈਲ ਉਹਨੂੰ ਠੀਕ ਲੱਗੇ ਹ ਹੁਣ ਜਿਹੜੇ ਜਵਾਕ ਨੇ ਇੱਥੋਂ ਆਏ ਆ ਜਿਆਦਾ ਕੱਟੇ ਹੁੰਦੇ ਨੇ ਵਾਲ ਜੀ ਉੱਤੇ ਆਏ ਬਣਾਈ ਹੁੰਦੀ ਆ ਬਹੁਤਿਆਂ ਨੇ ਮੈਂ ਦੇਖਣਾ ਜੀ ਉਹਨਾਂ ਨੇ ਆਪਣੇ ਵਾਰਡ ਵਖਰੀ ਚੜਾ ਬਣਾਉਣੇ ਹੁੰਦੇ ਨੇ ਉਹਨਾਂ ਨੇ ਕੱਪੜੇ ਵਖਰੀ ਚੜਾ ਦੇ ਪਾੜੇ ਹੁੰਦੇ ਨੇ ਉਹ ਕਈ ਵਾਰ ਜੈਂਕੀ ਕੱਪੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹ ਪਹਿਲਾਂ ਵੀ ਪਾਉਂਦੇ ਸੀ ਵਿਚਾਰ ਇਹ ਨਹੀਂ ਮੈਨੂੰ ਚੰਗ ਲੱਗਦਾ ਧਿਆਨ ਖਿਚਣ ਵਾਲੇ ਕੱਪੜੇ ਜੀ ਬਿਲਕੁਲ ਠੀਕ ਹੈ ਧਿਆਨ ਖਿਚਣ ਵਾਲੇ ਕੱਪੜੇ ਪਾਉਣੇ ਹੁੰਦੇ ਜਿਉਂਡਾਣੇ ਫਿਰ ਉਹਨਾਂ ਨੂੰ ਕੋਈ ਇਹ ਜਿਹਾ ਨਾਅ ਢਾਲ ਜਿਹੜੇ ਆਪਣੇ ਸਰੀਰ ਨੂੰ ਸ਼ਿੰਗਾਰ ਦੇ ਉਹ ਵੀ ਇਹ ਜਿਹੇ ਤਰੀਕੇ ਵਰਤਦੇ ਨੇ ਕਿ ਲੋਕਾਂ ਐ ਦੇਖਣ ਚਾਹੀਏ ਯਾਰ ਐ ਚਾਈ ਲੱਗੀ ਤੁਰ ਜਰੀਆ ਇਹ ਹੁੰਦਾ ਤਾਂ ਨਹੀਂ ਜਾਂਦੇ ਜੀ ਹੈ ਤੇ ਇਹ ਜਿਹੜਾ ਹੈ ਉਹ ਉਹ ਐਨਾ ਹੱਥ ਉਸ ਪ੍ਰਕਿਰਿਆ ਦੇ ਉਸ ਸਮੇਂ ਦੀ ਹੈ ਜੀ ਇਸ ਕਰਕੇ ਉਹਦਾ ਆਪ ਦਾ ਕੋਈ ਕਸੂਰ ਨਹੀਂ ਹੈ ਹੁਣ ਆਪਾਂ ਇਹ ਦੇਖਣਾ ਵੀ ਇਹ ਜਿਹੜਾ ਚਿੰਨੇ ਚਾਰ ਚੀਜ਼ਾਂ ਨੇ ਇਹ ਖਾਦ ਬਿਮਾਰੀ ਜਵਰਦੀਆਂ ਹੱਤਨਾ ਬਹੁਤਾ ਬੋਲਣਾ ਹੱਤਨਾ ਬਹੁਤੀ ਝੋਪ ਜੀ ਹੱਤਨਾ ਬਹੁਤਾ ਵਰਸਣਾ ਹੱਤਨਾ ਬਹੁਤੀ ਤੁੱਪ ਪਾਣੀ ਦੀ ਡੋੜੀ ਵੀ ਹੁੰਦੀ ਪਰ ਕੋਈ ਹੜ੍ਹ ਨਹੀਂ ਜਾਂਦਾ ਕਿ ਇਹ ਆਪ ਦੇਖੀ ਜੀ ਸੋ ਜਿਹੜਾ ਉਹਦੀ ਜਦ ਹਾਲਤ ਉਥੋਂ ਹਿਲਣ ਲੱਗੇ ਜੀ ਉਦੋਂ ਆਪਾਂ ਮਾਪਿਆਂ ਨੇ ਪਛਾਣਨਾ ਸਮਾਜ ਨੇ ਪਛਾਣਨਾ ਯਾਨੀ ਜੇ ਅਸੀਂ ਪਛਾਣ ਲਿਆ ਤਾਂ ਬੱਚਾ ਟਿਕਾਣੇ ਆਜੂ ਆ ਟਿਕਾਣੇ ਆਜੂ ਜੇ ਨਹੀਂ ਪਛਾਣ ਲਿਆ ਤਾਂ ਬੱਚਾ ਨਹੀਂ ਹੋਲੇ ਕਿਸੇ ਪਾਸੇ ਨਹੀਂ ਹੋ ਲੱਥ ਸਕਦਾ ਸਕਦਾ ਠੀਕ ਹੈ ਜੀ ਜ਼ਰੂਰੀ ਨਹੀਂ ਆ ਤੇ ਫਿਰ ਵੀ ਉਹ ਹੈ ਜ਼ਰੂਰੀ ਨਹੀਂ ਹੈ ਪਰ ਸਕਦਾ ਹੈ ਪਰ ਜੇ ਅਸੀਂ ਉਦੋਂ ਪਛਾਣਦੇ ਤਾਂ ਜਾਣ ਦਾ ਚਾਂਸ ਨਹੀਂ ਕੋ ਦੱਥੇ ਕਾ ਨਹੀਂ ਠੀਕ ਹੈ ਹੁਣ ਉਹ ਪਛਾਣਨ ਬੇਬੇ ਆਪਾਂ ਰਹਿਣਾ ਚੁਕੰਨੇ ਠੀਕ ਹੈ ਪਹਿਨਾ ਜਦੋਂ ਨੇ ਵਾਲ ਬਣਾਏ ਜੇ ਪਹਿਲੇ ਕੀ ਬਣਾਇਆ ਉਹ ਕੋ ਕਰ ਬਣਾਉਂਗਾ ਮੈਂ ਤਾਂ ਹਾਂ ਹਾਂ ਜਾਂ ਚੋਰੀ ਕਰਨ ਲੱਗ ਜੂ ਹਾਂ ਜਕਰ ਆਊਗਾ ਹੀ ਸਕੂਲੇ ਜਾ ਕੇ ਬਣਾ ਲਓ ਸਕੂਲ ਲਈ ਨਹੀਂ ਜਾਊਗਾ ਦੱਸੂਗਾ ਹੀ ਨਹੀਂ ਕਿ ਫੁੰਝੇ ਚ ਵਹਿ ਜਾਊਗਾ ਚਾਰ ਦੋਸਤਾਂ ਨਾਲ ਚਲੇ ਜਾਊਗਾ ਵਿਚਾਰ ਸ਼ਹਿਰ ਚਲੇ ਜਾਊ ਜੇ ਪਿੰਡ ਦਾ ਸੋ ਜਾਣੀ ਕਿ ਕੁੜੀ ਮੁੰਡਾ ਕਿਸੇ ਨੂੰ ਦੱਸਣਗੇ ਨਹੀਂ ਫਿਰ ਕੱਦਿਆਂ ਇਹ ਕਰਦਿਆਂ ਹੈ ਜਾਂ ਰਿਐਕਟ ਕਰਨਗੇ ਪ੍ਰਤੀਕਿਰਿਆ ਵੀ ਜਾਵਾ ਜੋ ਮੈਂ ਤਾਂ ਇਹੀ ਕਰੂੰ ਜੀ ਜਾਂ ਉਹਨਾਂ ਤੋਂ ਲੁਕਣਗੇ ਠੀਕ ਹੈ ਇਹ ਦੋਨੇ ਸਥਿਤੀਆਂ ਕੱਦ ਜੀ ਫਿਰ ਇੰਨੇ ਕੱਪੜਿਆਂ ਦੀ ਹੈ ਇੰਨੇ ਉਹਨਾਂ ਦਾ ਮਾੜਾ ਮੋਟਾ ਬਧਾਰ ਸ਼ਿੰਗਾਰ ਦੀ ਹੈ ਇਹਦੇ ਵਿੱਚ ਜਿੱਥੇ ਮਾਪਿਆਂ ਨੇ ਦੇਖਣਾ ਇਹ ਹੈ ਵੀ ਜੇ ਲਗਾਤਾਰ ਇਹ ਹਾਰ ਸ਼ਿੰਗਾਰ ਚੱਤ ਨਹੀਂ ਲੱਗੇ ਰਹਿਣਾ ਹਮਮ ਲਗਾਤਾਰ ਵਾਰ ਦੀ ਕੰਗੀ ਲਗਿਤਾ ਨਹੀਂ ਖੜੇ ਹੁੰਦਾ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਵੀ ਜੇ ਕੁੜੀ ਲਗਾਤਾਰ ਸ਼ੀਸ਼ੇ ਅੱਗੇ ਖੜੀ ਰਹੇ ਜਾਂ ਮੁੰਡਾ ਲਗਾਤਾਰ ਉਹ ਸ਼ੀਸ਼ੇ ਮੋਚਣਾ ਅੱਗੇ ਹੁੰਦਾ ਵੀ ਉਹ ਲੈ ਕੇ ਖੜਾ ਰਹੇ ਜਿਆਦਾ ਦੇਰ ਥੋੜਾ ਬਹੁਤੇ ਨਹੀਂ ਕੁਝ ਕਹਿਣਾ ਫਿਰ ਤੁਹਾਨੂੰ ਚਾਂਦੇ ਦੀ ਲੋੜ ਹਾਂ ਇਹਨਾਂ ਦੀ ਮਾਪਿਆਂ ਨੂੰ ਉਦੋਂ ਪਤਾ ਸੀ ਠੀਕ ਹੈ ਅਰੇ ਤੇ ਗੀਤ ਵੀ ਬਣੇ ਹੋਏ ਸੀ ਹੂੰ ਬਿਲਕੁਲ ਠੀਕ ਹੈ ਠੀਕ ਹੈ ਕਿ ਹੁਣ ਉਹ ਵੀ ਨਹੀਂ ਰਹੀ ਉਹ ਉਹ ਸਮਝ ਖਤਮ ਹੋ ਗਈ ਮਾਪਿਆਂ ਦੀ ਕਿਉਂਕਿ ਮਾਪਿਆਂ ਕੋਲ ਤਾਂ ਟਾਈਮ ਹੀ ਨਹੀਂ ਆ ਮਾਪੇ ਕੀ ਕਰਦੇ ਨੇ ਮਾਪੇ ਦੋਸ਼ ਦਿੰਦੇ ਨੇ ਇਹ ਸੋਚਦੇ ਨੇ ਵੀ ਸਾਡਾ ਵੀ ਕੋਈ ਫਰਜ ਸੀ ਹੂੰ ਹੂੰ ਉਹ ਉਹ احسان ਸਮਝਦੇ ਨੇ ਵੀ ਅਸੀਂ ਬੱਚਾ ਨੂੰ ਜੋ ਕੁਝ ਦੱਸਤਾ ਕੋਈ ਚਾਰ ਪੈਸੇ ਦਿੱਤੇ ਅਸੀਂ ਤਾਂ احسان ਕਰਿਆ ਜੀ ਤੇ ਕੋਈ احسان ਨਹੀਂ ਇਹ ਸਮਾਜ ਦਾ ਬਤਾਰਾ ਹੈ ਹੂੰ ਹੂੰ ਇਹ ਵਰਤਾਰੇ ਦੇ ਵਿੱਚ ਹਰ ਇੱਕ ਦੀ ਇੱਕ ਭੂਮਿਕਾ ਹੈ ਕਦੇ ਅਸੀਂ ਬੱਚੇ ਸੀ ਸਾਡੇ ਮਾਪਿਆਂ ਦੀ ਕੋਈ ਭੂਮਿਕਾ ਸੀ ਫਿਰ ਅਸੀਂ ਗਵਰੇਟ ਹੋਏ ਫਿਰ ਮਾਪਿਆਂ ਦੀ ਤੇ ਸਮਾਜ ਦੀ ਭੂਮਿਕਾ ਹੀ ਅੱਜ ਸਾਡੀ ਕੋਈ ਭੂਮਿਕਾ ਉਸੇ ਸਮਾਜ ਪਰ ਦੀ ਬਿਲਕੁਲ ਭੂਮਿਕਾ ਹੁਣ ਇਸ ਭੂਮਿਕਾ ਚ ਇਹ ਮੰਨ ਕੇ ਕਿ ਸਰੀਰਕ ਬਦਲਾਅ ਨੇ ਜਿਹੜੇ ਇਹ ਮਾਨਸਿਕ ਬਦਲਾਅ ਦੇ ਨਾਲ ਨੇ ਔਰ ਦਿਮਾਗ ਇਹਨਾਂ ਦੇ ਹੋਰ ਜਗ੍ਹਾ ਤੋਂ ਕੰਮ ਕਰ ਰਿਹਾ ਠੀਕ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਉਸੇ ਕਰਕੇ ਸਰੀਰਕ ਬਦਲਾਅ ਆਉਂਦੇ ਨੇ ਫਿਰ ਜਦ ਸਰੀਰਕ ਬਦਲਾਅ ਆਉਂਦੇ ਨੂੰ ਵੀ ਉਹ ਥੋੜੇ ਸਜਾ ਕੇ ਨੰਗਣਾ ਚਾਹੁੰਦਾ ਬੰਦਾ ਜੀ ਹੈਂ ਵੀ ਮੁੰਡਾ ਜਿਹੜਾ ਹੈ ਵੀ ਐ ਮੁੱਛੇ ਜੇ ਮੜੀ ਆ ਗਈ ਚਲਤਾ ਤੂ ਦੇ ਕੇ ਚੱਬੀ ਥੋੜਾ ਐ ਸੈੱਟ ਕਰੀਏ ਕੁੜੀਆਂ ਵੀ ਥੋੜਾ ਆਪਣਾ ਜੀ ਇਸ ਤਰ੍ਹਾਂ ਸ਼ਰੀਰ ਬਣਾ ਕੇ ਚੱਬੀਆਂ ਨੇ ਸੋ ਇਹ ਕੁਦਰਤੀ ਹੈ ਕੁਦਰਤੀ ਹੈ ਇਹ ਕੋਈ ਜਾਣ ਬੁਝ ਕੇ ਨਹੀਂ ਹੁਣ ਇਹਨੂੰ ਆਪਾਂ ਨੇ ਕਰਨਾ ਕੀ ਹੈ ਜੀ ਜਿੱਥੇ ਵੀ ਬੱਚੇ ਨੇ ਬਾਹਰ ਜਾਣਾ ਹੈ ਬੱਚੇ ਨੇ ਸਕੂਲ ਚੋਂ ਕਾਲਜ ਚ ਜਾਣਾ ਹੈ 12ਵੀਂ ਚੋਂ 13ਵੀਂ ਚ ਪੜਨ ਜਾਣਾ ਹੈ ਬੀਏ ਪਾਸ ਬੀਐਸਸੀ ਜਾਂ ਯੂਨੀਵਰਸਿਟੀ ਚ ਜਾਣਾ ਹੈ ਠੀਕ ਹੈ ਨਾ ਜੇ ਮੈਡੀਕਲ ਕਾਲ ਜਾਣਾ ਹੈ ਇੰਜ ਕਾਲ ਜਾਣਾ ਕਿਤੇ ਤੇ ਜਾਣਾ ਹੀ ਹੈ ਨਾ ਜਾਂ ਕਿਸੇ ਕੰਮ ਵਿੱਚ ਜਾਣਾ ਕਿਉਂਕਿ ਟੀਨੇਜਰ ਵੀ ਤਾਂ ਕੰਮ ਕਰਦਾ ਨਵੀਂਥਾ ਜਾਊਗਾ ਬੱਚਾ ਕਿੱਥੇ ਨ ਕਿੱਥੇ ਜਾਏਗਾ ਜੀ ਜਿੱਥੇ ਵੀ ਉਹਨੇ ਜਾਣਾ ਹੈ ਆਪਣੀ ਲੋੜ ਇਹ ਆ ਵੀ ਉਹਦੇ ਉੱਤੇ ਬੰਦਸ਼ਤ ਤਾਂ ਨਾਲ ਆਈਏ ਪਰ ਜੋ ਤਿਰਕਨ ਲੱਗੇ ਉਹ ਤੋਂ ਰੋਕ ਲਈਏ ਜੀ ਤਿਰਕਨ ਲੱਗੇ ਨੂੰ ਫੜੀਏ ਹਰ ਵਕਤ ਨਾ ਫੜ ਕੇ ਤੋੜੀਏ ਫੇ ਭਲੇ ਬੁਰੇ ਦੀ ਪਛਾਣ ਕਰਨ ਜੋਗਾ ਹੋਵੇ ਵਿੱਚ ਅਸੀਂ ਜੋਗਾ ਅਸੀਂ ਉਹਨੂੰ ਦੱਸ ਰਾਂ ਅਸੀਂ ਵੀ ਹੋਈਏ ਹਮ ਹਮ ਸਾਨੂੰ ਵੀ ਪਤਾ ਲੱਗੇ ਕਿ ਕਦੋਂ ਤਿਰਕਨ ਲੱਗਿਆ ਜੇ ਮੈਂ ਤੁਹਾਨੂੰ ਆਪਦੀ ਡਾਕਟਰੀ ਚਕ ਕੋ ਦਰ ਜੀ ਮਰੀ ਜਾਂਦਾ ਸਰ ਕੋਈ ਬਹੁਤ ਸੀਰੀ ਅਸੀਂ ਉਹਦਾ ਦੇਖਦੇ ਜਾਂਦੇ ਹੁਣ ਜਿਹੜਾ ਤਾਂ ਡਾਕਟਰ ਇਹ ਸਮਝ ਜਾਂਦਾ ਵੀ ਹੁਣ ਇਹਦਾ ਬਈ ਕੰਮ ਖਰਾਬ ਹੋਣ ਲੱਗਿਆ ਉਸ ਤੋਂ ਹੋਰ ਜ਼ਿਆਦਾ ਜੋਰ ਲਾਂਦਾ ਉਹ 90% ਮਰੀਜ਼ਾਂ ਨੂੰ ਬਚਾ ਜਾਂਦਾ ਜੀ ਜਿਹੜਾ ਜਾਂ ਤਾਂ ਉਹ ਸਾਰਾ ਦਿਨ ਹੀ ਲੱਗਿਆ ਰਹੇ ਜਾਂ ਬਿਲਕੁਲ ਹੀ ਛੱਡ ਦੇ ਉਹ ਫਿਰ ਉਹ ਨਹੀਂ ਪਤਾ ਲੱਗਦਾ ਜਾਂ ਘੜੋਕਵਾਂਜਾ ਚੱਕਿਆ ਜਾਂਦਾ ਹੂੰ ਉਦੋਂ ਮਰੀਜ਼ਾਂ ਦੇ ਹੱਥ 'ਚ ਕੁਝ ਨਹੀਂ ਹੁੰਦਾ ਸੋ ਇਹੀ ਹਾਲਤ ਇੱਥੇ ਹੈ ਵੀ ਜਾਂ ਜੇ ਅਸੀਂ ਸਾਰਾ ਦਿਨ ਉਹਨਾਂ ਵਰਗਾ ਕੀਤਾ ਵੀ ਗਲਤ ਹੈ ਜੇ ਇਗਨੋਰ ਕਰਾਂਗੇ ਤਾਂ ਵੀ ਗਲਤ ਹੈ ਤੇ ਜਾਂ ਤਾਂ ਅਸੀਂ ਧਿਆਨ ਇੰਨਾ ਕਰਖਣਾ ਹੈ ਬਿਨਾ ਉਹਨਾਂ ਨੂੰ ਕਹੇ ਹੂੰ ਹੂੰ ਵੀ ਕਦੇ ਸਾਡਾ ਬੱਚਾ ਤਰਕਣ ਲੱਗੇ ਉਹਦੇ ਸਾਡੀ ਜਜਮੈਂਟ ਕਿਤੇ ਮਾੜੀ ਮੋਟੀ 1-2% ਗਲਤ ਵੀ ਹੋ ਸਕਦੀ ਹੈ ਪਰ ਇੱਕ ਮोटा ਜਿਹਾ ਪਤਾ ਲੱਗ ਜਾਂਦਾ ਮੋਟਾ ਜਿਹਾ ਪਤਾ ਕੀ ਹੈ ਵੀ ਜਿਹੜੀ ਵੀ ਉਹ ਗਤੀਵਿਧੀ ਉਹਦੇ ਚ ਬਦਲਾ ਆਏ ਨੇ ਉਹ ਬਦਲਾ ਕੁਦਰਤੀ ਹੋਣ ਦੇ ਬਾਵਜੂਦ ਉਹ ਲਗਾਤਾਰ ਕੰਟੀਨਿਊਟੀ ਚ ਨਹੀਂ ਰਹਿਣਾ ਚਾਹੀਦਾ ਉਹਦਾ ਵਰਤ ਉਦਾਂ ਦਾ ਨਹੀਂ ਹੋਣਾ ਚਾਹੀਦਾ ਜੀ ਬਦਲਾ ਤਾਂ ਆ ਗਿਆ ਸਰੀਰ ਚ ਪਰ ਉਹਦਾ ਜਿਹੜਾ ਬਿਹੇਵੀਅਰ ਹੈ ਵਰਤਉ ਹੈ ਸਮਾਜ ਚ ਤੌ ਤਰੀਕਾ ਚੱਲਣ ਫਿਰਦਾ ਉਹ ਤੌ ਤਰੀਕਾ ਲਗਾਤਾਰ ਉਸੇ ਚ ਨਹੀਂ ਲੱਗੇ ਰਹਿਣਾ ਚਾਹੀਦਾ ਹਾਂ ਜੇ ਉਹ ਸਿੱਧਰ ਰਹਿ ਰਿਹਾ ਹੈ ਨਾ ਤਾਂ ਇਹਦਾ ਮਤਲਬ ਕਿ ਜੇ ਕੋਈ ਗੜਬੜ ਹੋ ਰਹੀ ਹੈ ਇਹ ਕਿਤੇ ਨਹੀਂ ਠੀਕ ਇਹ ਤਾਂ ਹੋ ਗਿਆ ਵਰਤੋਂ ਚ ਹੁਣ ਇਸੇ ਤਰ੍ਹਾਂ ਖਾਣ ਪੀਣ ਚ ਜੋ ਲੋਕਾ ਤੁਹਾਡੀ ਖਾਈ ਜਾਂਦਾ ਹੈ ਜੰਕ ਫੂਡ ਖਾ ਲਈ ਉਹ ਨਹੀਂ ਖਾਈ ਗਿਆ ਤਾਂ ਵੀ ਗਲਤ ਜੇ ਕੋਈ ਖਾਣਾ ਛੱਡ ਗਿਆ ਤਾਂ ਵੀ ਗਲਤ ਇਹ ਵੀ ਦੇਖਣਾ ਨਾਰਮਲ ਵੀ ਘਰ ਦੇ ਕੁਝ ਖਾਂਦੇ ਹੋਗਾ ਨਹੀਂ ਨਹੀਂ ਮੈਂ ਤਾਂ ਆ ਖਾਣਾ ਮੈਂ ਤਾਂ ਮੇਲੇ ਜਾ ਕੇ ਖਾਉਂ ਮੈਂ ਤਾਂ ਹੋਟਲ ਤੇ ਭਾਈ ਕੋ ਖਾਸ ਕਰਕੇ ਨਹੀਂ ਖਾਇਆ ਹੈ ਠੀਕ ਹੈ ਹਾਂ ਕੋਈ ਘਰ ਹੈ ਵੇਜੀਟੇਰੀਅਨ ਨੂੰ ਕਹਣਾ ਨਹੀਂ ਮੈਂ ਤਾਂ ਅੰਡੇ ਮੀਟ ਖਾਂਦੇ ਨੇ। ਖਾ ਆ ਕੋਈ ਖਾਸ ਗੱਲ ਨਹੀਂ ਆ। ਯਾਨੀ ਕਿ ਉਹਦੇ ਚ ਵੀ ਆ ਖਾਣ ਪੀਣ ਚ ਵੀ, ਕਪੜੇ ਪਾਉਣ ਚ, ਹਾਰ ਸ਼ਿੰਗਾਰ ਚ, ਖਾਣ ਪੀਣ ਚ, ਗੱਲਬਾਤ ਚ। ਹੂੰ ਹੂੰ। ਇਦਾਂ ਹੀ। ਗੱਲਬਾਤ ਚ ਕੋਈ ਮਜ਼ਜੂਪ ਰਹਿਣਾ ਹੈ। ਥੋੜੀ ਘੱਟ ਬੋਲਦਾ ਹੈ, ਕੋਈ ਥੋੜਾ ਜ਼ਿਆਦਾ ਬੋਲਦਾ ਹੈ। ਇਹ ਦੋਨੇ ਠੀਕ ਨੇ। ਪਰ ਜੇ ਜਮੇ ਚ ਉਪਰ ਆਣ ਲੱਗ ਜੀ। ਜੀ। ਜਾਂ ਉਹੀ ਗੱਲ ਨੂੰ ਹੀ ਪੈਣ ਲੱਗ ਜੀ ਹਰ ਇੱਕ ਗੱਲ ਤੇ। ਹਰ ਇੱਕ ਗੱਲ 'ਚ ਵੈਸ ਕਰਨ ਲੱਗ ਜੀ। ਪੁੱਠਾ ਬੋਲੇ। ਹਾਂ ਪੁੱਠਾ ਬੋਲੇ। ਤੇਦਾ ਮਤਲਬ ਵਰਤ ਸੋ ਬਿਲਕੁਲ ਚੁਪਰਾਣਾ ਵੀ ਗਲਤ ਹੂੰ ਹੂੰ ਆਪ ਹੀ ਉਹ ਆਪਮਥੇ ਜੀ ਬਹਿ ਗਿਆ ਕਿ ਇਹ ਵੀ ਗਲਤ ਗਲਤ ਵੀ ਹਰੇਕ ਜੀ ਗਲਤ ਪੈ ਜਾਣੇ ਵੀ ਨਹੀਂ ਨਹੀਂ ਮੈਂ ਹੀ ਆ ਬੈਸ ਹੀ ਕਰੀ ਜਾਣੀਆਂ ਚਾਹੇ ਬੈਸ ਤੇ ਸ਼ਬਦ ਮਾੜੇ ਨਾ ਵੀ ਵਰਤੇ ਜੇ ਲਗਾਤਾਰੀ ਘੰਟਾ ਬੈਸ ਹੀ ਕਰੀ ਜਾਣੇ ਆਪਦੀ ਗੜੀ ਤੇੜਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੜਨ ਲਾ ਸੋ ਇਹ ਨਾ ਗੱਲਾਂ ਨੂੰ ਅਸੀਂ ਪਛਾਣ ਲੈ ਜੀ ਇਦਾਂ ਹੀ ਜੇ ਕੋਈ ਨਸ਼ਾ ਕਰਦਾ ਮਾੜਾ ਮੋਟਾ ਕਦੇ ਕਰ ਲਿਆ ਫਿਰ ਕੀ ਹੋ ਗਿਆ ਹੂੰ ਹੂੰ ਪਰ ਇਹ ਨਾ ਉਹਦੇ ਨਸ਼ੇ ਦੀ ਗਲਤਾਨ ਹੋ ਜੇ ਠੀਕ ਹੋ ਗਿਆ ਜੀ ਹੁਣ ਅਸੀਂ ਜਦ ਇਹਦੇ ਚ ਦੇਖਣਾ ਹੈ ਕਰਨਾ ਕੀ ਇਹ ਤਾਂ ਹੋ ਗਿਆ ਨਾ ਵੀ ਆਇਆ ਏ ਤਿਲਕੰਦਾ ਫਰਕ ਹੈ ਜੀ ਇਹਨੂੰ ਤਾਂ ਮਾਪਿਆ ਨੂੰ ਸਮਝਣਾ ਪਊਗਾ ਵੀ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਚਾਹੇ ਕੱਪੜੇ ਪਾਉਣ ਚ ਨੇ ਚਾਹੇ ਬੋਲ ਚਾਲ ਚ ਨੇ ਚਾਹੇ ਰੋਟੀ ਪਾਣੀ ਖਾਣ ਚ ਨੇ ਚਾਹੇ ਮੜਮੋਟਨਾਂ ਸ਼ਾਂਦੀ ਗੱਗ ਚ ਨੇ ਚਾਹੇ ਆਪਣੇ ਸਰੀਰ ਦੀ ਸੁਹੋਜ ਬਣਾਉਣ ਚ ਨੇ ਚਾਹੇ ਚਾਲਤਾਲ ਚ ਨੇ ਇਹ ਗੱਲਾਂ ਦੀ ਚਾਹੇ ਗੀਤ ਗੁੱਥਣ ਚ ਨੇ ਗੀਤ ਗੁੱਥਣ ਦੀ ਅਬਜ਼ਰਵੇਸ਼ਨ ਤਾਂ ਪਰ ਮਾਪਿਆਂ ਦੀ ਚਾਹੀਦੀ ਹਾਂ ਕਿਤਾਬਾਂ ਪੜ੍ਹਨੀ ਆ ਇਹ ਸਾਰਿਆਂ ਚ ਜਿਹੜਾ ਬਦਲਾਅ ਹੋਵਾ ਪੈਣੇ ਦੇਖਣਾ ਵੀ ਉਹਦਾ ਬਦਲਾਅ ਕਿਹੜਾ ਹਰ ਚੀਜ਼ ਚ ਜੀਵਨ ਦਾ ਹਰ ਪੱਖ ਜੁੜਿਆ ਹੋਇਆ ਜੇ ਮੰਨ ਲਓ ਉਹ ਕੱਲਾ ਖੋ ਕੇ ਬਹਿ ਜਾਂਦਾ ਘਰ ਚ ਰੋਜ਼ ਡਾਕਟਰ ਬਹਿੰਦੇ ਨਹੀਂ ਤੁਹਾਡੇ ਨਾਲ ਤਾਂ ਸਮਝੋ ਵੀ ਕੋਈ ਨਾ ਕੋਈ ਗੜਬੜ ਹੋ ਗਈ ਠੀਕ ਹੈ ਜੇ ਉਹ ਆ ਕੇ ਜਦ ਬਹਿੰਦਾ ਉਹਦੀ ਗੱਲ ਪੈਂਦਾ ਹਰੇਕ ਨੇ ਤਾਂ ਵੀ ਕੋਈ ਗੜਬੜ ਹੋਣ ਵਾਲੀ ਹੈ ਠੀਕ ਹੈ ਜੇ ਉਹ ਠੀਕ ਹੈ ਵੀ ਰੋਟੀ ਖਾਣ ਵੇਲੇ ਤੁਹਾਡੇ ਕੋਲ ਬਹਿ ਗਿਆ ਉਹ ਆਪਣੇ ਕਮਰੇ ਚ ਬਹਿ ਗਿਆ ਜਾ ਕੇ ਜਾਂ ਜਿੱਥੇ ਵੀ ਆਪਣੇ ਜੁੱਦੋ ਦੋਸਤਾਂ ਚ ਬਹਿ ਗਿਆ ਫਿਰ ਤੁਹਾਡੇ ਚ ਬਹਿ ਕੇ ਕਦੇ ਕੋਈ ਲੋੜ ਹੈ ਤਾਂ ਗੱਲ ਕਰਨੀ ਨਹੀਂ ਉਹ ਆਪਦਾ ਆਪੇ ਆਪਦੇ ਦੋਸਤਾਂ ਮਿੱਤਰ ਨਾਲ ਕਰਦੀ ਜਾਂ ਕਦੇ ਮਾਂ ਨਾਲ ਕਰਦੀ ਮੁੰਡੇ ਨੇ ਆਮ ਤੌਰ ਤੇ ਇੱਕ ਇਹ ਵੀ ਸਾਈਕੀ ਆ ਮੁੰਡਾ ਆਪਣੀ ਮਾਂ ਨਾਲ ਗੱਲ ਕਰਦਾ ਕੁੜੀ ਆਪਣੇ ਬਾਪ ਨਾਲ ਕਰਦੀ ਇਹ ਤੁਸੀਂ ਕਦੀ ਵੀ ਘਰਾਂ ਚ ਦੇਖ ਲਵੋਗੇ ਆਮ ਘਰਾਂ ਜਿਹੜੇ ਬੱਚਿਆਂ ਨੂੰ ਠੀਕ ਸਿੱਖਣਾ ਉਹਨਾਂ ਨੂੰ ਪਤਾ ਹੁੰਦਾ ਜੀ ਤੇ ਉਹ ਜਦ ਗੱਲ ਕਰਦੇ ਠੀਕ ਹੈ ਬਸ ਕੋਈ ਐਸੀ ਗੱਲ ਨਹੀਂ ਆ ਫਿਰ ਉਹ ਬਾਜ਼ਾਰ ਚਲੇ ਗਏ ਕਿਸੇ ਦੋਸਤ ਮਿੱਤਰ ਦੇ ਘਰੇ ਚਲੇ ਗਏ ਕਿਸੇ ਨਾਲ ਗੱਲ ਕਰ ਲਈ ਕੋਈ ਖਾਸ ਕਰਦੀ ਆ ਇਹ ਨਹੀਂ ਬਿਉਣ ਸਕ ਕਿੱਛ ਸੀ ਕਿਉਂ ਸੀ ਰੋਜੀ ਉਹਦਾ ਬਸਤੇ ਦੇਖੀ ਜੋ ਅੱਛਾ ਤੂੰ ਕੀ ਵੀਡੀਓ ਚ ਕੀ ਦੇਖਿਆ ਤੂੰ ਫੋਨ ਚ ਕੀ ਲਖਿਆ ਬਹੁਤਾ ਚੌਕੀਦਾਰਾ ਨਹੀਂ ਤੈਂ ਕਾਲ ਕਿਹਨੂੰ ਕਰਤੀ ਚੌਕੀਦਾਰਾ ਬਿਲਕੁਲ ਨਹੀਂ ਕਰਦਾ ਹੂੰ ਹੂੰ ਜੇ ਕਰੋਗੇ ਤਾਂ ਗਲਤ ਹੈ ਹੁਣ ਚੌਕੀਦਾਰ ਕੀ ਕਰਦਾ ਜੇ ਲਗਾਤਾਰ ਇਹ ਫੋਨ ਤੇ ਲਗਰਦਾ ਰਸ ਨੂੰ ਸੁਂਦਾ ਹੀ ਨਹੀਂ ਇਹਦਾ ਮਤਲਬ ਚਾਹ ਲੜਕਾ ਚਾਹ ਲਕੀਆ ਇਹਦਾ ਮਤਲਬ ਕੋਈ ਗਲਤ ਹੈ ਜੀ ਜੀ ਰਾਤ ਨੂੰ ਸਰਦੂ ਨੀ ਰਾਤ ਨੂੰ ਟੀਵੀ ਲਾਈ ਰੱਖਿਆ ਭਾਵੇਂ ਜਿੰਨਾ ਭਾਵੇਂ ਭਾਵੇਂ ਪਸੇ ਨਹੀਂ ਰੋਣੇ ਹੁਣ ਚਲੋ ਇਹ ਤਾਂ ਕਹਿੰਦੇ ਨਾ ਵੀ ਗੰਦੀਆਂ ਫਿਲਮਾਂ ਦੇਖਦੇ ਨੇ ਮੈਂ ਕਹਿੰਦਾ ਭਾਵੇਂ ਨਾਲ ਜੀ ਰਾਤ ਨੂੰ ਤਾਂ ਵੀ ਗਲਤ ਹੈ ਆਪੇ ਜਨ ਲੰਬਾ ਸਮਾਂ ਨਹੀਂ ਲੰਬਾ ਸਮਾਂ ਗਲਤ ਹੈ ਜੀ ਕੁਝ ਵੀ ਆ ਜਾਏ ਕਿ ਉਹਦੇ ਵਿੱਚ ਜਦ ਉਹ ਥੋੜਾ ਜਿਹਾ ਇੱਕ ਸੀਮਾ ਤੋਂ ਅੰਦਾਜ਼ਾ ਆਪਣਾ ਲੱਗ ਹੀ ਜਾਂਦਾ ਹੁਣ ਆਪਾਂ ਘੰਟੇ 'ਚ ਮਿਲ ਕੇ ਨਹੀਂ ਨਾ ਦੱਸ ਸਕਦੇ ਹਰ ਘਰ ਦਾ ਆਪਣਾ ਆਪਣਾ ਜੇ ਮੈਂ ਕਹਾਂਗਾ ਉਹ ਅਤਕਤ ਨਹੀਂ ਹੋਏਗੀ ਹਾਲਾਂਕਿ ਮੈਂ ਦੱਸ ਸਕਦਾ ਵੀ ਆਪਾਂ ਭਾਈ ਤੁਸੀਂ ਘੰਟਾ ਦੇਖ ਲਈਏ 2 ਘੰਟੇ ਪਰ ਹਰ ਘਰ ਦਾ ਇੱਕ ਵਰਤਾਰ ਹੈ ਜੀ ਹਰ ਸ਼ਹਿਰ ਦਾ ਆਪਣਾ ਵਰਤਾਰ ਹੈ ਕਿਉਂਕਿ ਉੱਥੇ ਜੋ-ਜੋ ਚੀਜ਼ਾਂ ਉਪਲਬਧ ਨੇ ਉਹਦੇ ਵਿੱਚ ਉਹਨੇ ਵਰਤਾਰ ਬਣਾਉਣਾ ਹੈ ਜੀ ਹੋਣ ਪਿੰਡ ਚ ਮੈਂ ਕਹਾਂ ਤੂੰ ਅੱਧਾ ਘੰਟਾ ਟੀਵੀ ਦੇਖਣਾ ਘੰਟਾ ਦੇਖਣਾ ਨਸ਼ਾ ਦੋ ਹੀ ਸਫੀਸ਼ਟ ਹੋਣੀ ਹੁਣ ਜਿਹੜਾ ਬੰਬੇ ਚ ਰਹਿੰਦਾ ਉਹਨੂੰ ਕਹੋ ਤੂੰ ਅੱਧਾ ਘੰਟਾ ਸਾਰ ਲਾਉਦੇ ਵਸਦੇ ਹੋ ਸ਼ੁਕਰੀਆ ਹੁਣ ਸੋ ਇਸ ਕਰਕੇ ਹਰ ਇੱਕ ਨੂੰ ਮਾਪਿਆਂ ਨੂੰ ਉੱਥੇ ਪਤਾ ਹੁੰਦਾ ਵੀ ਇੰਨਾ ਘ ਹੈ ਉਹਦੇ ਵਿੱਚ ਰੱਖਣਾ ਕੀ ਹੈ ਪਹਿਲਾ ਕੰਮ 13 ਸਾਲ ਤੋਂ 20 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਨੇ ਜੀ ਉਹਨਾਂ ਨੂੰ ਟੋਕਣਾ ਨਹੀਂ ਪਰ ਉਹਨਾਂ ਤੇ ਨਜ਼ਰ ਰੱਖਣੀ ਹੈ ਠੀਕ ਹੈ ਤੇ ਨਜ਼ਰ ਵੀ ਆਏ ਰੱਖਣੀ ਹੈ ਕਿ ਉਹਨਾਂ ਨੂੰ ਡੱਗੇ ਨਾ ਕਿ ਸਾਡੇ ਤੇ ਨਜ਼ਰ ਰੱਖੀ ਜਾਵੇ। ਬਿਲਕੁਲ ਠੀਕ ਹੈ। ਜੇ ਉਹਨਾਂ ਨੂੰ ਮਾੜਾ ਜਿਹਾ ਵੀ ਮਹਿਸੂਸ ਹੋਵੇ ਵੀ ਸਾਡੇ ਤੇ ਨਜ਼ਰ ਰੱਖੀ ਜਾ ਰਹੀ ਹੈ ਫਿਰ ਗਿਆ ਕੰਮ। ਉਹਨਾਂ ਦੀ ਦੋਸਤੀ ਜੀ ਜਿਵੇਂ ਫਟਕਾ ਆਪਾਂ ਜਾਣਨਾ ਚਾਹੁੰਦੇ ਆ ਵੀ ਇਹ ਕੰਦਾ ਕਿ ਦੋਸਤ ਕਿਹਦੇ ਨੇ ਮੇਰੇ। ਤਾਂ ਲੱਗਦਾ ਕੋਈ ਸ਼ਕਤੀ ਨੇ ਦੋਸਤ। ਅੱਛਾ-ਅੱਛਾ ਹਾਂ ਫਿਰ ਕੀ ਗੱਲ ਹੈ? ਅੱਛਾ-ਅੱਛਾ ਯਾਰ ਕਮਾਲ ਹੈ। ਫਿਰ ਕਿੰਨੇ-ਕਿੰਨਾਂ ਨੂੰ ਮਿਲਦਾ ਉਹਨਾਂ ਹੈ? ਕਿੰਨੇ ਕੁ ਦੋਸਤ ਬਣਾ ਲਏ? ਕੋਈ ਬਣਿਆ ਵੀ ਹੈ ਕਿ ਨਹੀਂ? ਹੈ? ਕੋਈ ਬਣਾਇਆ ਹੈ? ਇਸਾਂ ਦੀ ਗੱਲ ਕਰਦੇ ਕਰਦੇ ਉਹ ਲੱਗਦਾ ਵੀ ਮੇਰਾ ਆਬਤਾ ਮੇਰੇ ਨਾਲ ਕੋ ਲਾ। ਵੀ ਇਦਾਂ ਨਹੀਂ ਕਿ ਕਿਹਨਾਂ ਨੂੰ ਤੁਰਿਆ ਫਿਰਦਾ ਸਾਰੀ ਦਿਹਾੜੀ। ਉਹਦੇ ਨਾਲ ਕਿਨੇ ਗਿਆ ਸੀ? ਆ ਫਲਾਣੇ ਬੰਦੇ ਨਾਲ ਕਿਨੇ ਗਿਆ ਸੀ? ਦੱਸਦਾ ਤੇਰੇ ਚਾਚੇ ਨੇ। ਸੋ ਉਹ ਤੋਂ ਪਤਾ ਲੱਗ ਜੂ। ਠੀਕ। ਜਦੋਂ ਤੋਂ ਆਪਾਂ ਨੂੰ ਪਤਾ ਲੱਗਿਆ ਆਪਾਂ ਨੂੰ ਪਤਾ ਲੱਗਿਆ ਵੀ ਇਹਦਾ ਆ ਦੋਸਤ ਆ। ਇਹ ਤਾਂ ਸ਼ਰਾਬ ਪੀਂਦਾ ਯਾਰ। ਹੂੰ ਹੂੰ ਗੋਲੀਆਂ ਖਾਂਦਾ। ਇਹ ਤਾਂ ਨਸ਼ਾ ਕਰਦਾ। ਇਹ ਤਾਂ ਕੰਮ ਖਰਾਬ ਹੋ ਜੂ। ਜਾਂ ਉਹਨਾਂ ਦੇ ਕੋਈ ਤਾਂ ਮਾਪੇ-ਬਾਪ ਲੱਗਦੀ ਵਹਿੰਦੇ ਨੇ। ਉਹਦੇ ਉੱਤੇ ਵੀ ਅਸਰ ਮਾੜਾ ਹੋਣਾ। ਸੋ ਫੇਰ ਆਪਾਂ ਉਹਨੂੰ ਆਇਂ ਕਹਿਣਾ ਵੀ ਇੱਥੇ ਨਾ ਜਾਇਆ ਕਰ। ਉਹ ਫੇਵੋ ਰਿਐਕਟ ਕਰੂ ਬੱਚਾ ਅਸੀਂ ਕਹਿੰਦੇ ਹਾਂ ਹਾਂ ਠੀਕ ਐ ਅੱਛਾ ਇਹ ਦੱਸ ਉਹਨਾਂ ਦੇ ਮਾਵਾ ਠੀਕ ਠਾਕ ਹੀ ਰਹਿੰਦੇ ਨੇ ਮੈਂ ਸੁਣਿਆ ਸੀ ਵੀ ਬੜੇ ਲੜਦੇ ਡੋੜਦੇ ਬੜੇ ਨੇ ਉਹ ਮੁੰਡਾ ਬੱਚਾ ਆਪਦੇ ਕੋਲ ਤੁਹਾਡੇ ਕੋਲ ਖੁੱਲਣ ਲੱਗ ਜੂਗਾ ਖੁੱਲਣ ਲੱਗ ਜੂਗਾ ਉਹਨੂੰ ਐ ਨਹੀਂ ਕਹਿਣਾ ਉਹ ਤਾਂ ਬਹੁਤ ਮਾਰੇ ਨੇ ਉਹ ਤਾਂ ਲੜੀ ਜਾਂਦੇ ਨੇ ਸਰਦਨ ਤੂੰ ਉੱਥੇ ਜਾ ਕੇ ਕੀ ਕਰਨਾ ਇਹ ਜਿਹੜਾ ਵਿਰਤਾ ਉਹ ਹੈ ਨਾ ਇਹਨੂੰ ਉਹ ਰਿਐਕਟ ਕਰੇਗਾ ਕਿਉਂਕਿ ਉਹ ਨਹੀਂ ਚਾਹੁੰਦਾ ਕੋਈ ਵੀ ਬੰਦਾ ਨਹੀਂ ਚਾਹੇਗਾ ਜੇ ਮੈਂ ਤੁਹਾਨੂੰ ਪਸੰਦ ਕਰਦਾ ਵੀ ਬਾਪ ਸਾਹਿਬ ਬਹੁਤ ਚੰਗੇ ਨੇ ਤੇ ਜਦ ਕੋਈ ਆ ਕੇ ਤੁਹਾਡੇ ਨਾਲ ਉਹੀ ਨੁਕਸ ਕਰਨ ਲੱਗਦੀ ਮੈਨੂੰ ਮੈਂ ਜਾਤਾ ਬੋਨਾ ਗਾ ਨਹੀਂ ਉਹਦੇ ਨਾਲ ਤੇ ਜਾਦਾ ਉਹਦੇ ਗੱਲ ਪੈ ਜਾ ਗੱਲ ਪੈ ਜਾਉਗੀ ਦੋਈ ਤਰੀਕ ਮਤਲਬ ਕਿ ਨੇ ਪੈਗੀ ਕਿਉਂਕਿ ਮੈਂ ਜਿਹੜੀ ਚੀਜ਼ ਨੂੰ ਚੰਗਾ ਸਮਝ ਰਿਹਾ ਉਹਦੇ ਨੁਕਸ ਹੋਣ ਦੇ ਬਾਵਜੂਦ ਮੈਂ ਤਾਂ ਨੁਕਸ ਨਹੀਂ ਸੁਣਨਾ ਚਾਹੁੰਦਾ ਇਸਾਈ ਕੀ ਆ ਇਹ ਉਹਨਾਂ ਸਾਈ ਕੀ ਆ ਹੁਣ ਜੇ ਤੁਸੀਂ ਉਹਦਾ ਨੁਕਸ ਦੱਸਣਾ ਉਹ ਜਿਵੇਂ ਪਹਿਲਾਂ ਦਾ ਕਹਿੰਦੇ ਹੁੰਦੇ ਇੱਕ ਪਾਨੀ ਮਾਰ ਜਿਵੇਂ ਕਹਿੰਦੇ ਹੁੰਦੇ ਕੋਈ ਮੁੰਡੇ ਦਾ ਰਿਸ਼ਤਾ ਕਰਨ ਗਏ ਤੇ ਉਹ ਕਹਿੰਦੇ ਭਾਈ ਮੁੰਡਾ ਕਹੇ ਜਿਆ ਸਭ ਠੀਕ ਹੈ ਠਾਕ ਹੈ ਪਾਨੀ ਮਾਫੀ ਵੀ ਮੁੰਡਾ ਆਇਆ ਕਹਿੰਦੇ ਵਸ ਐ ਹੈ ਵੀ ਥੋੜਾ ਜਿਹਾ ਗੰਦਾ ਖੰਦਾ ਹੈ ਉਹ ਕਹਿੰਦੇ ਚਲੋ ਗੰਡੇ ਦਾ ਤਾਂ ਕੋਈ ਗੱਲ ਕੰਨੇ ਥੋੜੀ ਜਿਹੀ ਕਰੇ ਫਿਰ ਗੰਡੇ ਨਾ ਪਤੌੜੀ ਵੀ ਤ ਬਣਾ ਕੇ ਕੰਨੇ ਤੇ ਕਹਿੰਦੇ ਚਲੋ ਪਤੌਣਾ ਦੀ ਵੀ ਕੀ ਗੱਲ ਕਹਿੰਦੇ ਫਿਰ ਉਹਨਾਂ ਥੋੜੀ ਸ਼ੀਸ਼ੀ ਵੀ ਤਪਿੰਦਾ ਨੇ ਹਾਂ ਕੰਮ ਗੰਡਾ ਛਿੜੀ ਉਹਨੇ ਕਿ ਨਾਲ ਉਹਨ ਸੋ ਸ਼ੁਰੂ ਕਰਕੇ ਉਹਨੇ ਸਾਹ ਨਾਲ ਦੱਸਦਾ ਵੀ ਭਾਈ ਇਹ ਤਾਂ ਇਹ ਜ ਹੈ ਹੂੰ ਸੋ ਕਹਿੰਦਾ ਨਿਹਰਾ ਮਾਤਰਾ ਵੀ ਤੁਸੀਂ ਗੱਲ ਜਦ ਕਰਦੇ ਹੋ ਚਾਹੇ ਕੁੜੀ ਆ ਚਾਹੇ ਮੁੰਡਾ ਉਹਦੇ ਨਾਲ ਗੱਲ ਕਰਦੇ ਹੋਏ ਜਿੰਨੇ ਉਹਨੇ ਆਪ ਦੇ ਆਲੇ-ਦਾਲੇ ਸਿਹਰਦੀਆਂ ਦੋਸਤ ਮਿੱਤਰ ਬਣਾਏ ਹੋਏ ਨੇ ਉਹਨਾਂ ਦਾ ਪਹਿਲਾ ਨੈਗੇਟਿਵ ਨਹੀਂ ਦੱਸਣਾ ਦੂਜੀ ਉਹ ਤੋਂ ਕੋਹਣਾ ਵੀ ਉਹ ਕਹੇ ਜੇ ਨੇ ਆਪ ਨਹੀਂ ਹੈ ਨਾ ਔਰ ਉਹ ਤੋਂ ਆਏ ਨਹੀਂ ਕਹੋਣਾ ਇਹ ਕਹੇ ਜੇ ਨੇ ਵੀ ਜਿਵੇਂ ਆਪਾਂ ਉਹ ਕੋਈ ਪੁਲਸੀਆ ਤਲਾਸ਼ੀ ਲੈ ਰਹੇ ਹੁੰਦੇ ਆ ਜਾਂ ਉਹਦੀ ਕੋਈ ਤਫਤੀਸ਼ ਕਰ ਰਹੇ ਹੁੰਦੇ ਆ ਉਹ ਤੋਂ ਗੱਲਾਂ-ਗੱਲਾਂ ਦੇ ਵਿੱਚ ਜਿਵੇਂ ਆਪਾਂ ਰੁਟੀਨ ਚ ਹੀ ਬਹਾ ਭਾਈ ਕੀ ਹ ਤੁਸੀਂ ਮੈਨੂੰ ਪੁੱਛਿਆ ਕਿ ਕੀ ਹਾਲ ਹੈ ਮਰਮਿ ਨਾਲ ਆਗੇ ਐਦਾਂ ਦਾ ਮਤਲਬ ਠੀਕ ਹੈ ਐ ਸਹਿਜ ਜਾ ਸਹਿਜ ਤਰੀਕੇ ਨਾਲ ਤੁਸੀਂ ਉਹਨੂੰ ਪੁੱਛਦੇ ਜਾਓ ਬੱਚਾ ਤੁਹਾਡਾ ਖੁੱਲਦਾ ਜਾਏਗਾ ਜਦੋਂ ਬੱਚਾ ਖੁੱਲਦਾ ਜਾਏਗਾ ਖੁੱਲਦਾ ਜਾਏਗਾ ਉਹਨੂੰ ਇੱਕ ਵਾਰਤੇ ਇਹ ਨਹੀਂ ਕਹਿਣਾ ਇੱਕ ਸਟੇਜ ਆ ਗਈ ਫਿਰ ਕੋਈ ਬੜਾ ਇਸਮਾਰ ਹੈ ਜਿੰਨਾ ਜਿਵੇਂ ਕੋਈ ਖੂਚ ਹੀ ਨਾ ਕਰਦਾ ਹੋਵੇ ਉਦੋਂ ਤਾਂ ਫਟਾਫਟ ਹੀ ਬੰਦ ਫੜਨੀ ਪੈਂਦੀ ਹੈ ਨਾ ਉਹਨੂੰ ਨਿੱਕੇ ਮੁੱਟੇ ਟੋਏ ਜਿੱਥੇ ਗਿਰ ਵੀ ਜਾਂਦਾ ਕੋਈ ਖਾਸ ਗੱਲ ਨਹੀਂ ਠੀਕ ਹੈ ਜੀ ਇਹ ਵੀ ਤਾਂ ਫਿਰ ਜਦੋਂ ਆਪਣ ਲੱਗਦੀ ਹੈ ਗੜਬੜਾਲੀ ਕਰਦਾ ਹੈ ਉਹਦੀ ਚ ਗੱਲ ਹੈ ਅੱਛਾ ਹਾਂ ਠੀਕ ਹੈ ਬਈਆ ਦੋਸਤ ਆਪਣੇ ਤਾਂ ਚੰਗਾ ਹੈ ਪਰ ਆਹ ਗੱਲ ਉਹਦੀ ਤੁਸੀਂ ਕਿਵੇਂ ਸੋਚਣਾ ਬਸ ਇੱਥੇ ਛੱਡ ਦਿਨਾ ਉਹਨੂੰ ਸੋਚਣ ਦਾ ਮੌਕਾ ਦਿਓ ਹਾਂ ਜੇ ਤੁਸੀਂ ਬੰਦੇ ਨੂੰ ਸੋਚਣ ਦਾ ਮੌਕਾ ਨਹੀਂ ਦਿਓਗੇ ਆਪਾਂ ਸਮਝੋ ਕੀ ਹੈ ਇਹ ਮੈਂ ਕਿਉਂ ਕਹਿੰਦਾ ਕੋਈ ਕੋਈ ਕਹੇਗਾ ਵੀ ਸਰਮਨ ਕਰੀ ਜਾਂਦੇ ਨੇ ਬੈਠੇ ਬਾਅਦ ਸਾਹਿਬ ਬੈਠੇ ਚੁੱਪ ਕਰਕੇ ਸੁਣੀ ਜਾਂਦੇ ਨੇ ਹਾਂ ਹਾਂ ਕਹੀ ਜਾਂਦੇ ਨੇ ਪੈਰਲਾਲ ਬੋਲੀ ਜਾਂਦਾ ਇਹ ਕਿੱਥੋਂ ਆ ਗਏ ਜੀ ਠੀਕ ਹੈ ਨਾ ਖੁਣੇ ਇਹਦੇ ਵਿੱਚ ਕੀ ਹੈ ਜਦ ਤੁਸੀਂ ਕਿਸੇ ਬੰਦੇ ਨੂੰ ਗੱਲ ਉਹਦੀ ਉਹਦੀ ਨਹੀਂ ਸੁਣੋਗੇ ਉਹਦੇ ਨਾਲ ਡਾਇਲੌਗਿਸਟ ਆ ਜਿਵੇਂ ਬਾਬੇ ਨਾਨਕ ਨੇ ਕਿਹਾ ਜਦ ਤੱਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਹੁਣ ਵਾਪਸ ਹੁੰਦੇ ਤਾਂ ਹੈ ਹੀ ਨਹੀਂ ਹਾਂ ਹਾਂ ਉਹ ਤਾਂ ਕਹਿੰਦੇ ਨੇ ਡਿਕਟੇਟ ਕਰਦੇ ਆ ਸੋ ਇਸ ਕਰਕੇ ਸੁਣਨਾ ਜ਼ਰੂਰੀ ਹੈ ਉਹਨੂੰ ਸੁਣੀ ਜਾ ਸੁਣਦੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਉਹਦੇ ਮਨ 'ਚ ਕ੍ਰੀਏਟ ਕਰ ਜਾਓ ਉਹਦੇ ਮਨ 'ਚ ਛੱਡ ਜਾਓ ਵੀ ਅੱਛਾ ਜਿਵੇਂ ਹੋਇਆ ਬਸ ਇਸ ਤੋਂ ਕਿ ਕੁਝ ਨਹੀਂ ਕਰਨਾ ਉਹ ਸੋਚਣ ਲੱਗ ਗਿਆ ਨਾ ਉਲਟੇ ਪਾਸੇ ਹਾਂ ਯਾਰ ਕੀ ਆ ਨਹੀਂ ਹੋ ਗਿਆ ਤੇ ਕੀ ਕਰਾਂਗੇ ਕਿਉਂਕਿ ਅਜੇ ਉਹ ਸੋਚ ਨਹੀਂ ਰਿਹਾ ਅਜੇ ਮੋਸ਼ਨ ਚੋਂ ਕੰਮ ਕਰ ਰਿਹਾ ਐਮੋਸ਼ਨ ਉਹਦਾ ਇੱਛੇ ਵਾਲਾ ਹਿੱਸਾ ਆਹ ਇਸਾਨੀ ਕੰਮ ਕਰ ਰਿਹਾ ਆਪਾਂ ਇੱਥੋਂ ਇੱਥੇ ਬੈ ਕੇ ਆਉਣਾ ਬਿਲਕੁਲ ਠੀਕ ਹੈ ਉਹ ਧੱਕਾ ਦੇ ਕੇ ਨਹੀਂ ਲੈ ਕੇ ਆਉਣਾ ਸੋ ਉਹਦੇ ਵਿੱਚ ਸਵਾਲ ਕਰ ਜਿਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੋ ਤਿੰਨ ਉਦਾਹਰਨਾਂ ਜਿਵੇਂ ਮੇਰੇ ਕੋਲ ਕੋਈ ਆ ਜੇ ਕੋਈ ਟੀਨੇਜਰ 18 ਸਾਲ 20 ਸਾਲ ਦਾ ਲੜਕਾ ਲੜਕੀ ਆ ਉਹ ਕਹਿੰਦੀ ਅਸੀਂ ਦਾ ਫਲਾਣੀ ਸੰਦੇ ਵਿਆਹ ਕਰਾਣਾ ਜੀ ਉਹ ਜਾਂ ਇੰਟਰਕਾਸਟ ਆਇਆ ਜਾਂ ਦੂਜੇ ਮੂਲਕ ਚ ਆਇਆ ਜਾਂ ਪੜ੍ਹਾਈ ਦਾ ਫਰਕ ਆ ਜਾਂ ਉਹਨਾਂ ਦੇ ਆਰਥਿਕ ਪੱਧਰ ਦਾ ਫਰਕ ਆ ਕੋਈ 100 ਕਰਾਂਦੇ ਜਿਹੜਾਂ ਦੇ ਆਪਦੇ ਰੈਜ਼ਰਵੇਸ਼ਨ ਦੇ ਆਪੇ ਆਂਦੀਆਂ ਮਾਪੇ ਸੰਦੇ ਵੀ ਸਾਡੇ ਕੋਲ ਤੋਂ ਮੰਨਣਾ ਚਾਹੀਦਾ ਬੱਚਿਆਂ ਨੂੰ ਜਿਹੜੇ ਬੜੇ ਪ੍ਰੋਗਰੈਸਿਵ ਮਾਪੇ ਨੇ ਨਾ ਮੈਂ ਉਹਨਾਂ ਦਾ ਵੀ ਹਾਲ ਲਿਖਿਆ ਜਿਹੜੇ ਕਹਿੰਦੇ ਘਾਉਂਦੇ ਆ ਹਾਂ ਜਿਹੜੇ ਕਹਿੰਦੇ ਘਾਉਂਦੇ ਨੇ ਤੇ ਉਹਦੇ ਵਿੱਚ ਮੈਂ ਜਿੰਨੇ ਬੱਚੇ ਮੇਰੇ ਕੋਲ ਕਦੇ ਆਏ ਨੇ ਕਿਉਂਕਿ ਮੈਨੂੰ ਸਾਈਕੀ ਇਹ ਆਉਂਦੀ ਆ ਮੈਂ ਪਹਿਲਾਂ ਉਸ ਬੱਚੇ ਨੂੰ ਇਹ ਗਾਰੰਟੀ ਦੇਣਾ ਟੀਨੇਜਰ ਨੂੰ ਵੀ ਜੋ ਤੂੰ ਚਾਹੇਗਾ ਉਹ ਹੋਏਗਾ ਇਹ ਮੇਰੀ ਜ਼ਿੰਮੇਵਾਰੀ ਆ ਤੇਰੇ ਮਾਪਿਆਂ ਨੂੰ ਛੱਡਾਂ ਪਾਏ ਇਹਨਾਂ ਨੂੰ ਬਾਹਰ ਕੱਢ ਦਾਂਗੇ ਲੱਗਦਾ ਵੀ ਅਨ ਕਤਾ ਬੜੇ ਹੋਣੇ ਅਨਕਾ ਤਾਂ ਮੇਰੇ ਨਾਲ ਖੜੇ ਨੇ ਖੜਾ ਵੀ ਮੈਂ ਉਹਦੇ ਨਾਲ ਸੱਚੀ ਮੱਚੀ ਸੀ ਕੋਕਾ ਖੜਾ ਤਾਂ ਮੈਂ ਉਹਦੇ ਚੰਗੇ ਬਾਸੀਆਂ ਨਾ ਹੂੰ ਹੂੰ ਅੱਛਾ ਫੇਰ ਵੀ ਅੱਛਾ ਫੇਰ ਉਹਨੂੰ ਗੱਦ ਕਰਦੇ ਮਾਪੇ ਨੂੰ ਨਾਲ ਬਿਠਾ ਕੇ ਰੱਖਣਾਂ ਨਾ ਜੀ ਹੈ ਫੇਰ ਅਗਲੇ ਨੂੰ ਬੱਚੇ ਨੂੰ ਪਤਾ ਲੱਗਦਾ ਵੀ ਹਾਂ ਯਾਰ ਇਹ ਮਾਪੇ ਤਾਂ ਬੋਲਦੇ ਨਹੀਂ ਇਹ ਤਾਂ ਮਰ ਅੰਕਲ ਵਾਕਈ ਜੋ ਕਹਿੰਦਾ ਇਹ ਕਰੇਗਾ ਪਾਸ ਬੱਜਦੀ ਉਹਨੂੰ ਹਾਂ ਔਰ ਕਹਿੰਦਾ ਵੀ ਇਹੀ ਆ ਜੀ ਫੇਰ ਉਹਨੂੰ ਹੌਲੀ ਹੌਲੀ ਉਹਦੇ ਮਨ 'ਚ ਸਵਾਲ ਪੈਦਾ ਕਰਦੇ ਨੇ ਵੀ ਇਹ ਗੱਲਾਂ ਦਿਆ-ਦਿਆ ਦੇਖਣੀ ਇਹ ਗੱਲਾਂ ਦੇਖਣੀ ਆ ਆ ਸੋਚਦੀ ਕਿਵੇਂ ਆ ਆਏ ਕਰਨੀ ਆ ਪਾਕ ਦੇ ਹਫਤੇ ਬੈਠਾਂਗੇ ਕਦੇ ਵੀ ਬੱਚੇ ਅਗਲੇ ਹਫਤੇ ਜ਼ਿਆਦਾ ਆਉਂਦੇ ਨੇ ਆਪ ਹੀ ਨਾ ਕਰ ਦਿੰਦੇ ਨੇ ਜਿਹੜੀ ਪਹਿਲਾਂ ਉਹਨਾਂ ਨੇ ਸਟੈਂਡ ਆ ਹੁੰਦਾ ਸੀ ਜਿਹੜੇ ਪਹਿਲਾਂ ਝੰਡਾ ਗੱਡਿਆ ਹੁੰਦਾ ਸੀ ਵੀ ਇਤੋਂ ਬਣਾਉਂਦੇ ਨੇ ਅੱਜ ਇਹਨੂੰ ਵੰਦ ਗੱਡਿਆ ਕਹਿੰਦਾ ਉਹ ਝੰਡਾ ਝੰਡਾ ਸੋ ਉਹ ਆਪ ਹੀ ਆ ਜਾਂਦੇ ਉੱਥੇ ਤੇ ਠੀਕ ਹੈ ਤੇ ਬਾਕੀ ਜਿਹੜੇ ਨੂੰ ਦਵਾਈ ਚ ਸਟਿੰਚ ਆ ਜਾਂਦੇ ਨੇ ਜੀ ਕਿਉਂਕਿ ਉਹਨਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਉਹ ਆਪਣੇ ਮਾਪਿਆਂ ਤੇ ਇਸ ਗੱਲ ਦਾ ਵਿਸ਼ਵਾਸ ਕਰਨੋਂ ਥੋੜੀ ਦੇਰ ਵਾਸਤੇ ਟੈਂਪਰੇਰੀ ਤੌਰ ਤੇ ਅੰਦਰੋਂ ਤੋਂ ਕਰਦੇ ਨੇ ਉਤੋਂ ਉਹਨਾਂ ਨੂੰ ਆਏ ਲੱਗਦਾ ਹੈ ਵੀ ਸ਼ਾਇਦ ਸਾਡੇ ਮਾਪੇ ਤਾਂ ਸਾਡੀ ਗੱਲ ਨਹੀਂ ਸੁਣਦੇ ਇਸ ਕੇਸ ਦੇ ਵਿਰੋਧੀ ਨੇ ਹਾਂ ਕਿਸੇ ਤੀਜੇ ਬੰਦੇ ਦੀ ਲੋੜ ਹੁੰਦੀ ਹੈ ਉਹ ਤੀਜਾ ਬੰਦਾ ਕੌਣ ਹੋਵੇ ਜਿਹਦੀ ਉਹ ਮਾੜੀ-ਮੋਟੀ ਅੱਖ ਸ਼ਰਮ ਮੰਨਦੇ ਹੋਣ ਜੇ ਤੀਜੇ ਬੰਦੇ ਨੂੰ ਉਹ ਕੁਝ ਨਹੀਂ ਗਿੰਦੇ ਫੇਰ ਨਹੀਂ ਕੁਝ ਨਿਕਲਣਾ ਤੀਜੇ ਬੰਦੇ ਦੀ ਮਾੜੀ-ਮੋਟੀ ਅੱਖ ਸ਼ਰਮ ਮੰਨਦੇ ਹੋਣ ਤੇ ਘਰ ਚ ਆਉਂਦਾ ਜਾਂਦਾ ਹੋਵੇ ਦੋਸਤੀ ਹੋਵੇ ਉਹ ਕਈ ਵਿਸ਼ੇਸ਼ਤਾ ਹੋਵੇ ਕੋਈ ਠੀਕ ਹੈ ਇੱਕ ਇਸ ਤੋਂ ਅੱਗੇ ਕੀ ਕਰਨਾ ਹੈ ਇੱਕ ਹੋ ਗਿਆ ਇਹ ਵੀ ਤੁਸੀਂ ਉਹਦਾ ਜਦ ਤਿਲਕਣ ਲੱਗਦਾ ਉਦੋਂ ਤੁਸੀਂ ਕਿਵੇਂ ਦੇਖ ਕਰਨਾ ਦੂਜਾ ਤੁਸੀਂ ਇਹ ਦੇਖਣਾ ਹੈ ਵੀ ਜੇ ਬੱਚਾ ਬਿਲਕੁਲ ਕੱਲ੍ਹਾਈ ਬੈਠਣ ਲੱਗ ਗਿਆ ਇਹ ਤਾਂ ਹੋ ਗਿਆ ਕਿ ਜੋ ਅਗਰੈਸਿਵ ਆ ਹੋ ਰਿਹਾ ਹੈ ਜਾਂ ਮਤਲਬ ਥੋੜ੍ਹਾ ਜਿਹਾ ਬਰਤਾਅ ਚੇਂਜ ਆ ਥੋੜੀ ਜੇ ਬੱਚਾ ਜਮਣਾਂ ਖਿੰਡ ਦੀ ਬਸ ਬੈਠਾ ਰਹਿੰਦਾ ਰੂਟੀਨਿੰਗ ਖੰਦਾ ਕੁਛ ਨਹੀਂ ਕਰਦਾ ਇੱਕ ਕਿਨਾਰੇ ਬਹਿ ਗਿਆ ਆਪਣੀ ਮੂੰਹ ਕਿਤਾਬ ਜੀ ਪੜੀ ਗਿਆ ਗੋ ਅੱਛਾ ਰਹਿੰਦਾ ਗੋ ਅੱਛਾ ਰਹਿੰਦਾ ਐਗਜ਼ੈਕਟਲੀ ਵੀ ਫਿਰ ਤੁਸੀਂ ਕੀ ਕਰਨਾ ਹੈ ਉਹਦੇ ਵਿੱਚ ਇਹ ਹੈ ਕਿ ਉਹਨੂੰ ਆਈ ਨਿਕਨ ਚੱਲ ਉੱਠ ਉਰੇ ਆ ਕੇ ਬੈਠ ਉਹਦੇ ਕੋਲ ਜਦੋਂ ਉਹਨੂੰ ਪੁੱਛ ਕੇ ਜਾਣਾ ਹੈ ਵੀ ਮੈਂ ਆ ਜਾਂ ਤੇਰੇ ਕਮਰੇ ਚ ਜੇ ਤੇਰੇ ਕੋਲ ਆ ਜਾਂ ਹੈ ਮੈਂ ਜਦੋਂ ਉਹ ਤੋਂ ਕੋਈ ਮੂੰਹ ਪੁੱਛਣਾ ਸ਼ੁਰੂ ਕਰੀ ਜੇ ਤੁਸੀਂ ਮਦਦ ਮੰਗ ਰਹੇ ਹੋ ਉਹਨੇ ਉਹਨੂੰ ਮਦਦ ਦੇਣਾ ਜਾਓ ਜੀ ਉਹਦੇ ਕੋਈ ਜਦੋਂ ਮਦਦ ਮੰਗੀ ਨਹੀਂ ਹੁੰਦੀ ਇਹਦੇ ਵਿੱਚ ਕੀ ਕਰੀ ਅਸਲ ਚ ਕੀ ਹੈ ਮੈਂ ਕਿਉਂ ਕਹਿਣਾ ਇਹ ਸਾਰੀ ਗੱਲ ਮੈਂ ਪਹਿਲਾਂ ਜਿਹੜੇ ਸਾਡੇ ਸਰੋਤਿਆਂ ਨੇ ਸੁਣ ਲੈਣ ਵੀਰ 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 ਕਿ ਮੈਂ ਦਰਸ਼ਕਾਂ ਨੂੰ ਇਹ ਦੱਸਣੀ ਚਾਹੁੰਦਾ ਵੀ ਅਸੀਂ ਉਹ ਬੱਚੇ ਨੂੰ ਡਾਇਲੌਗ ਚ ਪਾਉਣਾ ਹੈ ਬਿਲਕੁਲ ਜ਼ਰੂਰੀ ਹੈ ਉਹ ਕੱਲਾ ਬੈਠ ਰਿਹਾ ਹੈ ਡਾਇਲੌਗ ਚ ਉਹ ਤਾਂ ਪਾਏਗਾ ਜਿਉਂ ਉਹਨੂੰ ਲੱਗੇ ਕਿ ਮੈਂ ਮਾਪਿਆਂ ਦੀ ਮਦਦ ਕਰ ਸਕਦਾ ਤੇ ਮੇਰੇ ਕੋਲ ਮਦਦਵਾਸੇ ਆਏ ਜੀ ਪਹਿਲਾਂ ਤਾਂ ਉਹ ਨਹੀਂ ਚਾਹੀ ਸੋਚਦਾ ਵੀ ਮੈਂ ਤਾਂ ਕੱਲਾ ਹਾਂ ਇਹਨੂੰ ਅਪਰ ਹੈਂਡ ਲੱਗੇ ਹਾਂ ਜੀ ਉਹਨੂੰ ਅਪਰ ਹੈਂਡ ਦੇਣਾ ਪਹਿਲਾਂ ਤੇ ਗੱਲ ਵੀ ਕੋਈ ਬਣੌਟੀ ਨਹੀਂ ਕਹਿੰਦੀ ਗੱਲ ਸੱਚੀ-ਮੁੱਚੀ ਉਹੀ ਜੀ ਕਰਨੀ ਆ ਘਰਾਂ ਚ ਹੁੰਦੀ ਸੀ ਹੁੰਦੀਆਂ ਜੀ ਜਿਹਦੇ ਚ ਉਹਦੀ ਸੱਚੀ-ਮੁੱਚੀ ਰਾਏ ਦੀ ਕਮਾਉਣ ਵਾਲੀ ਹੁੰਦੀ ਹੈ ਸੋ ਉਹ ਤੋਂ ਉਹ ਛੋਟੀ ਜੀ ਛੋਟੀ ਜੀ ਗੱਲ ਤੋਂ ਜਿਹੜੀ ਉਹ ਦੇ ਵੀ ਸਕੇ ਰਾਇ ਤੇ ਥੋੜਾ ਉਹ ਤੁਸੀਂ ਦੋ ਤਿੰਨ ਦਿਨਾਂ ਚ ਉਹਦਾ ਬਿਹੇਵਰ ਬਦਲਿਆ ਦੇਖੋਗੇ ਠੀਕ ਹੈ ਫਿਰ ਤੁਹਾਡੇ ਨਾਲ ਆ ਕੇ ਬੈਠਣ ਲੱਗ ਜਾਏਗਾ ਗੱਲ ਕਰੇਗਾ ਫਿਰ ਥੋੜੀ ਧਰਮਦੱਜੀ ਵੀ ਕਰੇਗਾ ਵੀ ਆ ਜਾ ਨੀ ਆ ਕਰ ਲੋ ਠੀਕ ਹੈ ਸੋ ਜਿਹੜਾ ਬੱਚਾ ਕੱਲਾ ਬੈਠਣ ਲੱਗ ਗਿਆ ਕੱਲਾ ਪੜਨ ਲੱਗ ਗਿਆ ਜਿਵੇਂ ਕੱਲਾ ਕਿਤਾਬ ਪੜਦਾ ਹੈ ਉਹ ਕਹਿੰਦਾ ਅੱਛਾ ਅੱਛਾ ਫਿਰ ਅੱਜ ਕੀ ਪੜਿਆ ਹੈ ਜੇ ਕੋਈ ਕਹਾਣੀ ਸੁਣਾ ਦੇ ਹੈ ਤੂੰ ਤਾਂ ਬਹੁਤ ਵਧੀਆ ਪੜਨਾ ਯਾਰ ਅਸੀਂ ਤੱਕ ਪੜ੍ਹਿਆ ਹੀ ਨਹੀਂ ਸੀ ਅੱਦ ਕੁੜੀਆਂ ਨੂੰ ਪੁੱਛੋ ਵੀ ਤੂੰ ਤਾਂ ਬਹੁਤ ਸੋਹਣਾ ਪੜਦੀ ਹੈ ਉਹ ਮੈਨੂੰ ਜਗਾ ਲਈ ਜਦ ਨਾਲ ਦੇ ਕੋਈ ਸੋ ਉਹਦੇ ਵਿੱਚੋਂ ਉਹ ਬੱਚਾ ਤੁਹਾਡਾ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਜੀ ਜਦੋਂ ਬੱਚਾ ਖੁੱਲਣ ਲੱਗਿਆ ਫਿਰ ਆਪਣਾ ਮਸਲਾ ਹੱਲ ਹੋ ਗਿਆ ਛੋਣੇ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਜੀ ਵੀ ਖੁੱਲਣ ਦਾ ਕੀ ਫਰਕ ਪੈਂਦਾ ਸੁੱਚਾ ਸਿੰਘ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਜੀ ਸਿੱਤਾ ਸਿੰਘ ਗਿੰਦਰ ਮੈਂ ਤੇ ਦੋ ਬੰਦੇ ਹੋਰ ਜਦੋਂ ਕਾਂਧਪੁਰ ਦੇ ਵਿੱਚ 1972 ਸਰਦੇਸ਼ੀ ਮੇਰੇ ਬਾਈਕ ਝਗੜਾ ਹੋਇਆ ਸੀ ਤੁਸੀਂ ਇਹ ਕਦੇ ਪੜਿਆ ਹੋ ਉਹ ਤਾਂ ਪਤਾ ਜੰਮੇ ਵੀ ਨਹੀਂ ਜੀ ਨਹੀਂ ਜੀ ਬਹੁਤ ਪੁਰਾਣੀ ਗੱਲ ਹੈ ਤੇ ਉੱਥੇ ਜੀ ਬੜਾ ਰੌਲਾ ਅਸੀਂ ਕਾਂਧਪੁਰ ਚਲੇ ਗਏ ਕਾਂਧਪੁਰ ਤੋਂ ਆਉਂਦੇ ਹੋਏ ਸਾਡਾ ਜੀ ਰਿਜ਼ਰਵੇਸ਼ਨ ਨਾ ਹੋਈ ਅੱਛਾ ਉਦੋਂ ਜਨਰਲ ਡੰਦੇ ਚੜ ਗਏ ਮੈਂ ਚੜ ਰਿਜ਼ਰਵੇਸ਼ਨ ਡੰਦੇ ਸੀਗਾ ਅੱਛਾ ਠੀਕ ਹੈ ਅੱਛਾ ਉੱਥੇ ਕੋਈ ਨੌਜਵਾਨ ਤੁਹਾਡੇ ਵਰਗੇ ਬੈਠੇ ਸੀ ਉਹਨਾਂ ਨੇ ਸਾਨੂੰ ਆਖਿਆ ਕੋਈ ਨਹੀਂ ਕੋਈ ਨਹੀਂ ਹੋਰੇ ਭਾਈ ਜੋ ਕੁਛ ਅਸੀਂ ਪਹਿਲਾਂ ਖੜੇ ਵੀ ਸੀ ਜੀ ਪੀਟੀ ਆ ਗਿਆ ਟੀਟੀ ਆ ਕੇ ਕਹਿੰਦਾ ਵੀ ਉਹਨਾਂ ਨੂੰ ਕਹਿੰਦਾ ਦਿਖਾਓ ਟਿਕਟ ਦਿਖਾਓ ਉਹ ਕਹਿੰਦੇ ਵੀ ਟਿਕਟ ਹੈ ਨਹੀਂ ਸਾਡੇ ਕੋਲੇ ਸੁੱਚਾ ਸਿੰਘ ਕਹਿੰਦਾ ਉਹ ਸਾਡਾ ਲੀਡਰ ਹੈ ਤੁਹਾਡੇ ਨੂੰ ਬਲੀ ਕਰਕੇ ਹਾਂ ਅੱਛਾ ਉਹ ਉਹਨੇ ਉਹਨੂੰ ਕੁਝ ਜੀ ਉਹ ਟੀਟੀ ਮੇਰੇ ਕੋਲ ਆ ਗਿਆ ਹੂੰ ਹੂੰ ਕਹਿੰਦਾ ਉਹ ਟਿਕਟ ਦਿਖਾਓ ਚਾਰ ਬੰਦਿਆਂ ਨੇ ਨਾ ਯਾ ਟਿਕਟ ਹੈ ਕਿ ਨਹੀਂ ਆ ਲੈ ਨਹੀਂ ਨਹੀਂ ਕਹਿੰਦਾ ਰਿਜ਼ਰਵ ਟਿਕਟ ਦਿਖਾਓ ਮੈਂ ਯਾਰ ਰਿਜ਼ਰਵ ਤਾਂ ਸਾਨੂੰ ਮਿਲਿਆ ਨਹੀਂ ਹੂੰ ਹੂੰ ਤੇ ਕਹਿੰਦਾ ਮੈਂ ਕਿਹਾ ਤੂੰ ਫਿਰ ਰਿਜ਼ਰਵ ਟਿਕਟ ਦੇ ਦੇ ਹੁਣ ਜੀ ਪੈਸੇ ਲੈ ਲੈ ਜਿਹੜੇ ਬੰਦੇ ਨੇ ਤੇ ਸੰਸੀਟ ਦੇ ਦੇ ਤੇ ਟਿਕ ਟ ਲੈ ਲੈ ਕਹਿੰਦਾ ਸੀਟ ਚਾਹੀਨੀ ਪਰ ਟਿਕ ਟਾਕ ਜਾਣਾ ਪਊ ਮੈਂ ਕਿਹਾ ਅੱਛਾ ਮੈਨੂੰ ਉਹਰੇ ਖੜ ਕੇ ਜਾਂਦਾ ਵੀ ਟਿਕ ਲੱਗਦੇ ਨੇ ਅੱਛਾ ਕਹਿੰਦਾ ਮੈਂ ਕਿਹਾ ਜੇ ਇਹਦੇ ਬਾਸ ਨੂੰ ਵਿੱਚ ਜਾਣਾ ਖੜ ਕੇ ਜਾਵੇਂ ਤਾਂ ਵੀ ਟਿਕ ਲੱਗੂਗਾ ਕਹਿੰਦਾ ਹਾਂ ਮੈਂ ਜਿਹੜੇ ਫੁੱਟਪਾਥ ਤੇ ਖੜ ਕੇ ਜਾਵਾਂ ਤਾਂ ਵੀ ਟਿਕ ਲੱਗੂਗਾ ਫੁੱਟਪਾਥ ਹਾਂਜੀ ਹਾਂ ਕਹਿੰਦਾ ਹਾਂ ਮੈਂ ਜੇ ਛੱਤ ਤੇ ਬੈਠ ਕੇ ਜਾਵਾਂ ਵੀ ਅੱਛਾ ਮਾਣੋਂ ਗੱਲ ਨਹੀਂ ਪਾ ਦਿਆ ਉਹਿੱਤਾ ਸੰਗਸੇ ਅੱਛਾ ਉਹਨਾਂ ਨੇ ਆਪਸ ਵਿੱਚ ਰਹਿ ਜੀ ਕਰਦੀ ਵੀ ਨਾ ਹੁਣ ਇਹ ਟੀਲੀ ਕੁਝ ਨਹੀਂ ਕਰ ਸਕਦਾ ਆਪਣਾ ਜਦ ਗੱਲਾਂ ਚ ਪੈ ਗਿਆ ਮੈਂ ਇਹ ਗੱਲ ਤਾਂ ਸੁਣਾਈ ਹੈ ਵੀ ਜਦ ਬੰਦਾ ਤੁਹਾਡਾ ਡਾਇਲੌਗ ਚ ਪੈ ਜਾਂਦਾ ਹੈ ਉਹ ਨੂੰ ਫਿਰ ਕੋਈ ਮਸਲਾ ਹੱਲ ਹੋ ਗਿਆ ਹੱਲ ਹੋ ਗਿਆ ਹੱਲ ਹੋ ਗਿਆ ਕਿ ਅਲਟੀਮੇਟ ਹੋ ਮੈਨੂੰ ਕਹਿੰਦਾ ਕਹਿੰਦਾ ਜੇ ਤੁਸੀਂ ਮੇਰੀ ਜਗ੍ਹਾ ਤੇ ਹੋਮ ਤੁਸੀਂ ਕੀ ਕਰੋਗੇ ਆਹੀ ਫੇ ਮੁੰਡਿਆਂ ਨੂੰ ਜਾਣ ਦਈਏ ਹਾਂ ਜੇ ਆਪਾਂ ਦੱਸਦਾ ਵੀ ਮੈਂ ਤਾਂ ਆ ਕਰਾ ਉਹ ਗਾਦੇ ਰਸਾਲ ਖੋਗੀ ਰਸਾਲ ਬੋਗੀ ਤਾਂ ਨੇ ਕਿਹਾ ਵੀ ਜਦ ਤੁਸੀਂ ਡਾਇਲੌਗ ਚ ਬੰਦੇ ਨੂੰ ਪਾ ਲਿਆ ਹਾਂ ਉਹਨੂੰ ਤੁਸੀਂ ਸਮਝੋ ਰੈਸ਼ਨਲ ਹੋ ਗਿਆ ਹੋ ਗਿਆ ਇਹ ਮੈਂ ਇੱਕ ਜਗ੍ਹਾ ਤੇ ਵੀ ਦੇਖਿਆ ਇੱਕ ਕਹਾਣੀ ਤੁਹਾਨੂੰ ਸੁਖਾਈ ਆ ਤਾਂ ਵੀ ਸਾਰੇ ਬੁੱਧੀ ਜੀਵੀ ਸੌਕਾਲ ਦੇ ਕੱਟੇ ਹੋਏ ਵਿੱਚ ਉੱਥੇ ਜੋ ਵਾਪਰਿਆ ਤੇ ਉੰਜ ਤਾਂ ਉਹ ਜੀ ਵਾਪਰਦਾ ਜੀਵਨ ਚ ਬਹੁਤ ਵਾਰੀ ਆਉਂਦਾ ਏਦਾਂ ਬਹੁਤ ਵਾਰੀ ਆਉਂਦਾ ਤੇ ਲੋਕਾਂ ਨੂੰ ਲੱਗਦਾ ਇਹ ਤਾਂ ਲੜੀ ਪੈਣਗੇ ਤੇ ਉਹ ਲੜਾਈ ਨਹੀਂ ਹੁੰਦੀ ਹੁੰਦੀ ਨਹੀਂ ਹੁੰਦੀ ਕਿਉਂਕਿ ਜਦ ਬੰਦਾ ਡਾਇਲੌਗ ਚ ਪੈਂਦਾ ਸੋ ਆਪਾਂ ਨੇ ਆਪਣੇ ਬੱਚਿਆਂ ਨੂੰ ਹਮ ਹਮ ਬਾਹਰ ਪੇਧਨ ਤੋਂ ਪੈਣਾ ਜੀ ਹੁਣ ਆਪਾਂ ਜਿਹੜਾ ਮੇਨ ਮੁੱਦਾ ਸੀ ਵੇ ਬਾਹਰ ਜਾਂਦੇ ਨੇ ਬੱਤੀ ਐਥੇ ਵੀ ਅਸੀਂ ਇਹੀ ਕੁਝ ਕਰਨਾ ਹੈ ਪਰ ਬਾਹਰ ਪੇ ਜੰਤੂ ਪੈਣਾ ਹੋਰ ਵਿਸ਼ੇਸ਼ਤਾ ਹੁੰਦੇ ਨੇ ਜੀ ਕਿਉਂਕਿ ਆਪਾਂ ਜੇ ਜਾਣੇ ਆ ਨਵੀਂ ਜਗ੍ਹਾ ਤੇ ਤਾਂ ਆਪਾਂ ਕਹਿਣਾ ਭਾਈ ਐ ਗੱਲਾਂ ਦੇ ਉੱਥੇ ਸਰਾਇ ਦੇਖ ਵੀ ਰਹਿਣ ਨੂੰ ਉਹਨੇ ਰਹਿਣ ਦਾ ਕੋਈ ਪ੍ਰਬੰਧ ਕਰਨਾ ਜੀ ਫਲਾਣਾ ਆਪਣਾ ਰਿਸ਼ਤੇਦਾਰ ਹੈ ਉਹਦੇ ਕੋਲ ਰੇ ਟੈਲੀਫੋਨ ਨੰਬਰ ਲੈ ਜਾ ਹਾਂ ਆ ਨੰਬਰ ਲੈ ਜਾ ਜਿੱਥੋਂ ਕੋਈ ਗੁਰਦੁਆਰਾ ਮੰਦਿਰ ਮਸੀਤਾ ਉੱਥੇ ਰਹਿਣੀ ਆਪਾਂ ਸੋ ਗੱਲਾਂ ਨੂੰ ਦੱਸਦੇ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਉਹਨੂੰ ਪਤਾ ਨਹੀਂ ਇਹ ਗੱਲਾਂ ਸੁਣਨੀ ਆ ਵੀ ਚਾਹੁੰਦਾ ਕਿਉਂਕਿ ਜਦੋਂ ਜਾ ਰਿਹਾ ਚਾਹੋ ਜਾਣ ਕੇ ਆਏ ਦਿਖਾਵਾ ਕਰੇ ਵੀ ਮੈਂ ਸੁਣਨੀ ਰ ਆਪਾਂ ਨੂੰ ਐ ਨਹੀਂ ਕਹਿੰਦਾ ਕਰਨ ਕੋੜ ਕੇ ਸੁਣਦਾ ਆਪਣੇ ਆਪਣੇ ਭਾਸ਼ਣ ਦੱਸ ਦੇਣਾ ਜੀ ਇੱਕ ਤਾਂ ਇਹ ਅਸੀਂ ਇਹ ਨਹੀਂ ਦੱਸਦੇ ਵੀ ਤੁਸੀਂ ਉੱਥੇ ਜਾ ਕੇ ਹੁਣ ਕਿਦਾਂ ਵਰਤਾ ਕਰ ਬਿਲਕੁਲ ਠੀਕ ਦੂਜਾ ਦੂਜਾ ਅਸੀਂ ਉੱਥੇ ਜਾ ਕੇ ਇਹ ਨਹੀਂ ਦੱਸਦੇ ਆਪਦੇ ਤਰੀਕੇ ਨਾਲ ਜਿਵੇਂ ਉਹ ਵੀ ਐ ਨਹੀਂ ਕਹਿੰਦਾ ਵੀ ਤੂੰ ਆਹ ਨਾ ਕਰ ਬੈਠੀ ਦੇਖੀਂ ਕਿ ਤੇ ਸਾਡਾ ਨੱਕ ਕੱਟਾ ਦੇ ਇਹ ਨਹੀਂ ਕਹਦਾ ਉਹ ਉੱਥੇ ਵੀ ਤਾਂ ਹਸਰਾਂ ਦੇ ਆਹ ਪਾਹੀ ਪਰਦੇਸ ਜਾਣੀਆਂ ਕੁ ਲਈ ਮੁੰਡੇ ਵੀ ਪਰਦੇਸ ਜਾ ਰਹੇ ਆਂ ਭਾਵੇਂ ਉੱਥੇ ਆਪਣੇ ਜਾਣਕਾਰ ਹੈਗੇ ਨੇ ਪਰ ਦੁਨੀਆ ਉਹ ਨਵੀਂ ਹੈ ਹੂੰ ਅਛਾ ਨਵੀਂ ਦੁਨੀਆ ਨਾ ਕਿਸੇ ਨੂੰ ਟਿਕਨ ਨਹੀਂ ਦਿੰਦੀ ਹੁੰਦੀ ਉਹਨੂੰ ਪਹਿਲਾਂ ਐਂ ਦੱਸਣਾ ਐਂ ਦੱਸਣਾ ਵੀ ਨਵੀਂ ਦੁਨੀਆ ਕਿਸੇ ਨੂੰ ਟਿਕਨ ਨਹੀਂ ਦਿੰਦੀ ਹੁੰਦੀ ਜੀ ਜਿਵੇਂ ਕਹਿੰਦੇ ਨਾ ਕੁੱਤਾ-ਕੁੱਤੇ ਦਾ ਵਈ ਹੂੰ ਹੂੰ ਉਸ ਦਾ ਨੀ ਗੱਲ ਹੈ ਵੀ ਤੁਸੀਂ ਉੱਥੇ ਜਾਓਗੇ ਫਿਰ ਕਈ ਬਗਿਆੜਾ ਅਲੱਗਲੇ ਹੁੰਦੇ ਨੇ ਉਹ ਕਹਿੰਦੇ ਚੰਗਾ ਮਾਲ ਆ ਗਿਆ ਇਹਨੂੰ ਛਕੋ ਜੀ ਵੀ ਆਪਾਂ ਨੇ ਆਪਦੇ ਆਪ ਨੂੰ ਬਚਾਉਣਾ ਵੀ ਹੁੰਦਾ ਆਪਾਂ ਨੇ ਹਰ ਜਗ੍ਹਾ ਤੇ ਬੜਾਈ ਵੀ ਨਹੀਂ ਲੈਣੀ ਹੁੰਦੀ ਆਪਣਾ ਉੱਥੇ ਜਿਹੜਾ ਉਦੇਸ਼ ਆ ਨਿਸ਼ਾਨਾ ਜੀ ਜਿਵੇਂ ਅਰਜਨ ਨੇ ਕਿਹਾ ਗੁਰੂ ਜੀ ਪਾਸੇ हट ਜਾਓ ਹੂੰ ਹੂੰ ਉਹ ਮੱਛੀ ਦੀ ਅੱਖ ਵੇ ਆਪਣਾ ਭਾਈ ਨਿਸ਼ਾਨਾ ਉੱਥੇ ਵਧੀਆ ਸੈਟਲ ਹੋਉਂਦਾ ਹੈ ਜੀ ਜਾਂ ਵਧੀਆ ਪੜ੍ਹਾਈ ਕਰੁੰਦਾ ਹੈ ਵੀ ਆਪਾਂ ਉਸ ਨਿਸ਼ਾਨੇ ਦੀ ਪੂਰਤੀ ਵਾਸਤੇ ਇੱਕ ਤਾਂ ਜਿੱਥੋਂ ਜਿੱਥੋਂ ਠੀਕ ਮਦਦ ਮਿਲ ਸਕਦੀ ਹੈ ਇੱਕ ਤਾਂ ਉਹ ਮਦਦ ਲੈਣੀ ਹੈ ਇੱਕ ਆਪਾਂ ਦਾ ਹੌਸਲਾ ਰੱਖਣਾ ਹੈ ਜੀ ਇੱਕ ਜੇ ਕੋਈ ਗਿਰਜ ਹੈ ਜੀ ਆਲੇ ਉਹਨਾਂ ਦੀ ਪਛਾਣ ਕਰਕੇ ਉਹ ਤੋਂ ਵੀ ਬਚਣਾ ਹੈ ਬਿਲਕੁਲ ਠੀਕ ਇਹ ਤਿੰਨੇ ਚੀਜ਼ਾਂ ਮੈਂ ਕਿਉਂ ਕਹਿ ਰਿਹਾ ਹਾਂ ਹੂੰ ਹੋਣ ਕਿਉਂ ਜ਼ਿਆਦਾ ਜ਼ਰੂਰੀ ਨੇ ਅੱਜ ਤੋਂ ਸ਼ਾਇਦ ਮੈਂ 10 ਸਾਲ ਪਹਿਲਾਂ ਇਹ ਨਾ ਕਹਾਂ ਠੀਕ ਹੈ ਹੌਣ ਜਿਆਦਾ ਜ਼ਰੂਰੀ ਉਹ ਉਦੋਂ ਜਾਂਦੇ ਸੀ ਬੀਏ ਪਾਸ ਕਰਕੇ ਉਹਨਾਂ ਚੋਂ ਕਈ ਬੰਦੇ ਬੱਚੇ ਨਾ ਹੌਸਟਲਾਂ 'ਚ ਰਹੇ ਹੁੰਦੇ ਜਿਵੇਂ ਡਾਕਟਰ ਇੰਜੀਨੀਅਰ ਕੋਈ ਤਾਂ ਉਹ ਵੀ ਚਲੋ ਜਾਂਦੇ ਜਿਹੜਾ ਹੌਸਟਲ ਚ ਰਹਿੰਦਾ ਨਾ ਉਹ ਬੰਦੇ ਪਤਰਾ ਤਾਲੂ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿਹੜਾ ਬੱਚਾ ਜਿਹੜਾ ਕਿਤਾਬ ਸਾਢੀ ਤੜਾ ਜਾਂਦਾ ਆਪਦੀ ਦੰਦਾ ਜੀ ਕਿਹੜਾ ਕਹਿੰਦਾ ਉਹ ਚੜ ਗਿਆ ਕੰਟੀਨ ਤੇ ਚਾਹ ਪੀ ਕੇ ਮੁੜ ਕੇ ਜਿਖਟ ਉਰ ਜਾਂਦਾ ਕਿਹੜਾ ਸਰਾਣਾ ਨਾ ਕੁੱਟਣ ਆਇਆ ਤੇ ਕਿਹੜਾ ਸਰਾਣਾ ਦੇਣਾ ਆ ਦੇਣਾ ਆ ਹੈ ਸੋ ਉਹ ਪਤਾ ਲੱਗ ਜਾਂਦਾ ਜੀ ਪਛਾਣ ਕਰਨੀ ਹੁੰਦੀ ਹੈ ਨਾ ਕਰਦਾ ਸੋ ਉਹਨੂੰ ਜਿਹੜੇ ਹੁਣ ਟੀਮੇ ਜਾ ਰਹੇ ਨੇ ਬਾਦਮੀ ਆ ਉਹਨਾਂ ਨੂੰ ਬੰਦੇ ਦੀ ਪਛਾਣ ਕਰਦੀ ਹੈ ਜਿਉਂਨਾਂ ਕੋਲ ਟੂਲ ਨਹੀਂ ਹੈ ਜੀ ਠੀਕ ਹੈ ਤੇ ਉਹਨਾਂ ਨੇ ਆਪਾਂ ਦੀ ਚੰਗੇ ਬੰਦੀ ਦੇਖੇ ਹੁੰਦੇ ਨੇ ਆਪਦੇ ਦੋਸਤ ਮਿੱਤਰੀ ਹੁੰਦੇ ਨੇ ਵੈਲਵਿਸ਼ਰ ਜਿਹੜੇ ਵੈਲਵਿਸ਼ਰੀ ਹੁੰਦੇ ਨੇ ਸੋ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਹੈ ਵੀ ਤੁਸੀਂ ਇਹ ਨਾ ਇੱਕ ਉਬਲਦੇ ਪਾਣੀ 'ਚ ਜਾ ਰਹੇ ਹੋ ਜੀ ਤੇ ਹੁਣ ਆਏ ਤਾਂ ਹੈ ਨਹੀਂ ਉਬਲਦੇ ਪਾਣੀ ਤੋਂ ਡਰ ਜਾਣਾ ਹਮਮ ਪਰ ਆਪਣੇ ਆਪ ਨੂੰ ਮੱਛਣ ਨਹੀਂ ਦੇਣਾ ਜੀ ਗਲਤ ਹੈ ਇਹ ਹੈ ਇਹ ਮੈਂ ਕਿਉਂ ਕਹਿਣਾ ਜੀ ਇੱਕ ਸਕੂਲ ਹੈ ਅ ਗੁਰਦਾਸਪੁਰ ਜਿਹਦੇ 'ਚ ਠੀਕ ਹੈ ਜੀ ਪਿੰਡ ਦਾ ਨਾਮ ਮੇਰੀ ਯਾਦ ਨਹੀਂ ਰਿਹਾ ਤੇ ਉਹ ਸਕੂਲ ਦਾ ਨਾਮ ਬੜੀਆ ਚੱਲਦਾ ਜੀ ਕੋਈ ਨਕਲ ਨਹੀਂ ਵੱਜਣੀ ਕੁਝ ਨਹੀਂ ਹੋਣਾ ਹੁਣ ਵੀ ਕੁਲਦੀਪ ਸਿੰਘ ਉਹ ਚਲਾ ਰਹੇ ਸੀਗੇ ਜੀ ਤੇ ਉਹਨਾਂ ਦਾ ਮੈਨੂੰ ਉੱਥੇ ਵੀ ਫੋਨ ਆਇਆ ਉਹ ਹੁਣ ਅੱਜਕੱਲ੍ਹ ਉੱਥੇ ਗਏ ਹੋਏ ਸੀ ਠੀਕ ਹੈ ਜੀ ਕਹਿੰਦੇ ਲਾ ਸਾਹਿਬ ਮੈਂ ਤੁਹਾਨੂੰ ਮਿਲਣਾ ਸੀ ਪਰ ਉਹ ਨਹੀਂ ਮਿਲਿਆ ਟਾਈਮ ਉਹ ਸਕੂਲ ਜਦ ਅਸੀਂ ਦੇਖਿਆ ਉਹਦੇ ਵਿੱਚ ਕੁੜੀਆਂ ਪੜ੍ਹਦੀਆਂ ਸੀ ਕੋਈ ਨਕਲ ਨਹੀਂ ਕਿਤਾਬਾਂ ਪੰਜਾਂ ਦੇ ਸਾਹਮਣੇ ਸਾਰਾ ਕੰਮ ਆਪ ਕਰਦੀਆਂ ਨੇ ਬੜੀਆਂ ਡਿਸਪੀਸਪਲਿਨਡ ਮੈਂ ਉੱਥੇ ਪਾਲਸ਼ਨ ਚ ਮਾ ਤੁਹਾਨੂੰ ਮੇਰੀ ਗੱਲ ਬੁਰੀ ਲੱਗੇਗੀ ਸਾਰੀ ਮੈਨੇਜਮੈਂਟ ਨੂੰ ਵੀ ਸਕੂਲ ਵਾਲਿਆਂ ਨੂੰ ਵੀ ਵੇਚਦਾ ਇੰਨਾ ਕਰ ਰਿਹਾ ਇਹ ਆ ਕੇ ਪਤਾ ਨਹੀਂ ਹੋਰੀ ਪੁੱਠੀ ਕਰਨ ਦਾ ਕਰ ਗਿਆ ਵੀ ਇਹ ਤਾਂ ਤੁਸੀਂ ਜਿਹੜੀਆਂ ਕੁਲੀਆਂ ਤਿਆਰ ਕਰ ਰਹੇ ਹੋ ਇਹ ਤਾਂ ਇੰਨੀਆਂ ਇਹਨਾਂ ਦੇ ਭਾਵੇਂ ਤਾਂ ਦੁਨੀਆ ਬੜੀ ਸੁਰਗ ਹੈ ਜੀ ਇਹ ਤਾਂ ਜਦ ਮੜਾ ਜਾਂ ਦੁਨੀਆ ਚ ਜਾਣ ਹੀ ਆਇਆ ਇਹ ਤਾਂ ਝੁੱਟੀਆਂ ਜਾਣੀਆਂ ਨੇ ਫੇਲ ਹੋ ਜਾਣੀਆਂ ਝੁੱਟੀਆਂ ਜਾਣੀਆਂ ਨੇ ਨੰਨ ਫੇਰ ਨਹੀਂ ਐ ਝੁੱਟੀਆਂ ਜਾਣੀਆਂ ਨੇ ਕਿਉਂਕਿ ਇਹਨਾਂ ਦੇ ਮਨ ਤੇ ਸ਼ਰੀਰ ਤੇ ਸੱਟਾਂ ਪੈਣੀਆਂ ਨੇ ਸਮਾਂ ਚ ਆ ਜਾ ਹੈ ਨਹੀਂ ਇੱਥੇ ਐਨੀ ਇਸ ਦੇ ਹਾਲ ਦੇ ਦਲੇ ਤਾਂ ਹੈਗਾ ਬਲ ਭਾਰਤ ਨਹੀਂ ਨਾ ਸੋ ਇਸ ਕਰਕੇ ਇਹਨਾਂ ਨੂੰ ਤੁਸੀਂ ਦੋਨੇ ਗੱਲਾਂ ਸਿਖਾਉਣੀਆਂ ਨੇ ਵੀ ਆਪਾਂ ਹੀ ਪੱਕੇ ਰਹਿਣਾ ਸਿੱਖੀ ਇਹ ਗੱਲ ਕਰੀ ਸੀ ਵੀ ਆਪਾਂ ਪੱਕੇ ਰਹਿਣਾ ਜੀ ਪਰ ਜ਼ਾਲਮ ਦੇ ਸਾਹਮਣੇ ਝੁਲੂ ਸਿਰ ਵੀ ਨਹੀਂ ਚੁਕਾਉਣਾ ਸਿਰ ਵੀ ਨਹੀਂ ਚੁਕਾਉਣਾ ਇਹ ਗੱਲ ਜਿਹੜੀ ਆ ਉਹਨੂੰ ਸਮਝਾਉਣੀ ਆ ਵੀ ਜ਼ਾਲਮ ਤੂੰ ਆਏ ਨਾ ਸੱਚੇ ਵੀ ਜ਼ਾਲਮ ਤੇਰੀ ਖੋਪਰੀ ਨਹੀਂ ਲਾ ਸਕਦਾ ਜੀ ਤੂੰ ਕਹਿੰਦਾ ਵੀ ਕੋਈ ਨਹੀਂ ਲਾੜਾ ਫਿਰ ਹੂੰ ਹੂੰ ਤੈਨੂੰ ਪਤਾ ਹੋਵੇ ਖੋਪਰੀ ਢਾ ਸਕਦਾ ਜਾਂਦਾ ਜੀ ਇਹ ਗੱਲ ਹੈ ਸੋ ਇਸ ਕਰਕੇ ਇਹਨਾਂ ਬੱਚੀਆਂ ਨੂੰ ਆਪਾਂ ਨੇ ਬੱਚਿਆਂ ਨੂੰ ਜਾਦੂਦੋ ਜਾਂਦੇ ਨੇ ਮਾਪਿਆਂ ਨੇ ਸਰਬੰਧ ਦੇ ਤੌਰ ਤੇ ਮੈਂ ਕਹਿੰਦਾ ਵੀ ਇਵਨ ਜਿਹੜੇ ਆਈਲਾਈਟਸ ਕਰਾਉਂਦੇ ਨੇ ਮੇਰਾ ਇਹ ਵੀ ਸੁਜੈਸ਼ਨ ਹੈ ਉਹਨਾਂ ਨੂੰ ਵੀ ਚਾਹੀਦਾ ਕੁਝ ਸਾਈਕੋਲੋਜੀ ਦਾ ਇੱਕ ਲੈਕਚਰ ਰੋਜ਼ ਦੇਣਾ ਹੂੰ ਉਹਦੇ ਚ ਸੁਜੈਸਟਿਵ ਵੀ ਉੱਥੇ ਆ ਡਿਫਿਕਲਟੀਜ਼ ਆਉਂਦੀਆਂ ਨੇ ਇਹਨੂੰ ਤਰੀਕੇਵੇਂ ਟੈਕਲ ਕਰਨਾ ਐਦਾਂ ਆਉਂਦੀਆਂ ਨੇ ਕਈ ਵਾਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਥੋੜੇ ਕੋਈ ਕਿਰਾਇਆ ਦੇਣ ਨੂੰ ਪੈਸੇ ਨਹੀਂ ਹੈਗੇ ਕੋਈ ਬੰਦਾ ਕਹਿੰਦਾ ਕੁੜੀ ਨੂੰ ਕਹਿੰਦਾ ਤੂੰ ਮੇਰੀ ਭੈਣ ਆ ਮੁੜ ਕੇ ਉਹ ਕਹਿੰਦਾ ਵੀ ਜੀ ਗਲਤ ਪਾਸੇ ਤੁਰਦਾ ਗਲਤ ਪਾਸੇ ਤੁਰਦਾ ਕੋਈ ਕੁੜੀ ਕਿਸੇ ਨੂੰ ਗਲਤ ਪਾਸੇ ਫਸਾ ਪਸੰਦੀ ਹੈ ਮਤਲਬ ਸੌ ਤਲਾ ਨਾ ਹੈਗਾ ਇਹ ਕਰਦਾ ਕੁੜੀਆਂ ਤੇ ਮੁੰਡਿਆਂ ਦਾ ਸਵਾਦ ਨਹੀਂ ਦੋਨੇ ਆਪਸੇ ਚ ਇਹ ਦੋਨਾਂ ਚੀ ਗਲਤੀ ਹੁੰਦੀ ਜਾਂਦੀ ਹੈ ਕਈ ਵਾਰ ਉਹ ਇਮੋਸ਼ਨ ਹੁੰਦੇ ਨੇ ਇਮੋਸ਼ਨ ਦੇ ਵਿੱਚ ਬੰਦਾ ਵਹਿ ਜਾਂਦਾ ਹੈ ਹੈ ਤੇ ਇਮੋਸ਼ਨ ਵਹਿ ਕੇ ਆਪ ਨੂੰ ਪਤਾ ਕੀ ਕੁਝ ਹੋ ਜਾਂਦਾ ਹੈ ਇਮੋਸ਼ਨ ਚੰਗੇ ਵੀ ਨੇ ਬਿਨਾਂ ਇਮੋਸ਼ਨ ਦੇ ਜੀਵਨ ਤਾਂ ਹੈ ਨਹੀਂ ਹਮ ਹਮ ਸੰਵੇਦਨਸ਼ੀਲ ਜੀਵਨ ਨਹੀਂ ਹੈ ਪਰ ਸੰਵੇਦਨਸ਼ੀਲ ਵਿੱਚ ਬਹਿ ਕੇ ਕਈ ਵਾਰ ਆਪਾਂ ਗਲਤੀਆਂ ਵੀ ਕਰ ਜਾਂਦੇ ਆ ਸੋ ਜਿਹੜੇ ਇਹ ਸਾਈਕੋਲੋਜੀ ਆ ਉਸ ਦੀ ਇਤੋਂ ਰਹੀ ਟ੍ਰੈਵਲ ਕਰਾਉਣੀ ਹੈ ਜੇ ਵੀ ਉਹਦੇ ਵਾਸਤੇ 4-5 ਮਹੀਨੇ ਬੱਚਿਆਂ ਨੂੰ ਥੋੜੀ ਜਿਹੀ ਗੱਲਾਂ-ਗੱਲਾਂ ਦੇ ਵਿੱਚ ਟ੍ਰੇਨਿੰਗ ਦੇਣੀ ਗੱਲਾਂ-ਗੱਲਾਂ ਦੇ ਵਿੱਚ ਉੱਥੋਂ ਦਾ ਥੋੜ੍ਹਾ ਜਿਹਾ ਇਤਿਹਾਸ ਦੱਸਣਾ ਵੀ ਕਿਹੋ ਜਿਹਾ ਹੈ ਉੱਥੋਂ ਦੇ ਲੋਕ ਕਿਹੋ ਜਿਹੇ ਨੇ ਉੱਥੇ ਕਿਹੋ ਜੀਆਂ ਗੱਲਾਂ ਵਾਪਰ ਸਕਦੀਆਂ ਨੇ ਨਾ ਤਾਂ ਉਹਨੂੰ ਡਰਾਉਣਾ ਹੈ ਵੀ ਉੱਥੇ ਤਾਂ ਜੀ ਬੜਾ ਕੰਮ ਖਰਾਬ ਹੋ ਜਾ ਹਾਂ ਉਹ ਤਾਂ ਜਿਵੇਂ ਡਰੋਂ ਨਾ ਵੀ ਕੋ ਨਰਕ ਹੈ ਉੱਥੇ ਤਾਂ ਕੜਾ ਹੋਉਂ ਬੋਲਦੇ ਨੇ ਉਹ ਤਾਂ ਤੁਸੀਂ ਰਸਤੇ 'ਚ ਉਹ ਵੈਸਟਰਨ ਹਿੰਦੀ ਨਦੀ ਆ ਫਲਾਣੀ ਨਦੀ ਆ ਇਹ ਤਾਂ ਤੁਸੀਂ ਤੈਅ ਵੀ ਨਹੀਂ ਸਕਦੇ ਉਹ ਬੰਦਾ ਸੋਚਦਾ ਯਾਰ ਮੈਂ ਕਿੱਥੇ ਬਸ ਗਿਆ ਪਿੱਛੇ ਮੇਰੇ ਕੋਈ ਨਹੀਂ ਕੰਮ ਹਾਂ ਨਾ ਤਉ ਨੂੰ ਆਇਆ ਡਰਾਉਣਾ ਵੀ ਤੇਤੋਂ ਨਹੀਂ ਹੋਣਾ ਇਹ ਜੀ ਸਾਡੇ ਕਈ ਵਾਰ ਹੁੰਦਾ ਇਹ ਸਾਇੰਸ ਜੀ ਤੁਸੀਂ ਨਹੀਂ ਪੜ ਸਕਦੇ ਉਹ ਬੱਚੇ ਨਹੀਂ ਜੇ ਤੁਸੀਂ ਪਹਿਨੇ ਕਹਿੰਦੇ ਸਾਇੰਸ ਨਹੀਂ ਪੜਦਾ ਉਹਨਾਂ ਨੂੰ ਵੀ ਚੰਨ ਕਿੱਥੋਂ ਪੜਨਾ ਸੋ ਡਰਾਉਣਾ ਨਹੀਂ ਪਰ ਉਹਨੂੰ ਐਵੇਂ ਨਹੀਂ ਕਹਿਣਾ ਵੀ ਐਨਾ ਸੌਖਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਇਹ ਨਹੀਂ ਕਹਿਣਾ ਕਿ ਤੇਰੇ ਦੁੱਖ ਕੱਟੇ ਗਏ ਹੁਣ ਤੂੰ ਇੱਕ ਅੜੀ ਜਹਾਜੇ ਚੜ ਗਿਆ ਹਾਂ ਐਗਜੈਕਟਲੀ ਜੀ ਇਹ ਗੱਲ ਜਿਹੜਾ ਇਹ ਕਹਿੰਦਾ ਵੀ ਤੇਰੇ ਦੁੱਖ ਕੱਟੇ ਗਏ ਵੀ ਗਲਤ ਹੈ ਜਿਹੜਾ ਕਹਿੰਦਾ ਵੀ ਹੁਣ ਤੂੰ ਚੜ੍ਹਦਾ ਗਿਆ ਉੱਥੇ ਜਾ ਕੇ ਤਾਂ ਫਸ ਜਾਣਾ ਪਤਾ ਤੈਨੂੰ ਜਾ ਕੇ ਲੱਗੂ ਜਾ ਕੇ ਲੱਗੂ ਉਹ ਵੀ ਗਲਤ ਹੈ ਆਪਾਂ ਕਹਿੰਦੇ ਤੂੰ ਇੱਕ ਨਵੇਂ ਰਸਤੇ ਤੇ ਜਾ ਰਹੇ ਹੈਂ ਨਵੀਂ ਦੁਨੀਆ ਚ ਜਾ ਰਹੇ ਹੈਂ ਨਵੀਂ ਦੁਨੀਆ ਦੇ ਆਪਣੇ ਤੌਰ ਤਰੀਕੇ ਹੁੰਦੇ ਜੀ ਜਿਹੜੇ ਉਹਨਾਂ ਦੇ ਤੌਰ ਤਰੀਕੇ ਨੂੰ ਉਹਨਾਂ ਨਾਲ ਫालतू ਲੜਾਈ ਨਹੀਂ ਕਰਨੀ ਹੁੰਦੀ ਪਰ ਉਹਨਾਂ ਦੇ ਥੱਲੇ ਵੀ ਨਹੀਂ ਲੱਗਦਾ ਹੁੰਦਾ ਫਿਰ ਉਹ ਨਵੇਂ ਤੌਰ ਤਰੀਕਿਆਂ ਦੇ ਵਿੱਚ ਵੀ ਜਿਵੇਂ ਉਰੇ ਵੀ ਕਈ ਝੋਰੀਆਂ ਠੱਗੀਆਂ ਹੁੰਦੀਆਂ ਨੇ ਤੇ ਉਹ ਸਮਾਜ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਫਰੋਣੇ ਬੜਾ ਅੱਛਾ ਜੀ ਉੱਤੇ ਕਾਨੂੰਨ ਬੜਾ ਹੈ ਫਲਾਣਾ ਬੜਾ ਹੈ ਸਮਾਜ ਬੰਦੇ ਦੀ ਮਾਨਸਿਕਤਾ ਸਾਰੇ ਪਾਸੇ ਵੋਈ ਜੋਈ ਹੁੰਦੀ ਹੈ ਕਿੱਤੇ ਥੋੜੀ ਘੱਟ ਕਿਤੇ ਥੋੜੀ ਵੱਧ ਸੋ ਇਸ ਕਰਕੇ ਉਹ ਜਿਹੜੀ ਮਾਨਸਿਕਤਾ ਉਹਦਾ ਧਿਆਨ ਰੱਖਣਾ ਤੇ ਉੱਥੇ ਜਾ ਕੇ ਨਾ ਤਾਂ ਉਹਨਾਂ ਦੇ ਚੰਗਲ 'ਚ ਫਸਣਾ ਹੈ ਨਾ ਹੀ ਹਰੇਕ ਤੋਂ ਆਦੰਬੋ ਆਦੰਬੋ ਕਰੀ ਜਾਣਾ ਹੈ ਠੀਕ ਹੈ ਸੋ ਉਹਦੇ ਵਿੱਚੋਂ ਫਿਰ ਬੰਦੇ ਬੱਚੇ ਦਾ ਉਸਦਾ ਇੱਕ ਬੈਲੈਂਸ ਬੈਲੈਂਸ ਫਿਰ ਜੇ ਕਦੇ ਮੁਸ਼ਕਲਾ ਜੇ ਫਿਰ ਕੀ ਕਰਨਾ ਅੱਗੇ ਬਚਪਨ ਤੋਂ ਹੁਣ ਹੈ ਨਹੀਂ ਅੱਗੇ ਬਚਪਨ ਤੋਂ ਤਾਂ ਮੈਨਿਆਂ ਦੀਆਂ ਕਹਾਣੀਆਂ ਜਾਨੀ ਚੋਰ ਦੀ ਕਹਾਣੀ ਬੜੀਆਂ ਕਹਾਣੀਆਂ ਐਸੀਆਂ ਸੁਣਦੇ ਸੀ ਅਸੀਂ ਕਿ تھیਸਿਸ ਹੁੰਦੇ ਸੀ ਜਿੱਦੇ ਚ ਜਦ ਬੰਦਾ ਮਸੀਦ ਚ ਫਸਦਾ ਸੀ ਉਹ ਨਿਕਲਦਾ ਕਿਵੇਂ ਨਿਕਲਦਾ ਕਿਵੇਂ ਐਚੂ ਹੁਣ ਆਏ ਨਹੀਂ ਉਹ ਅਲੀ ਬਾਬਾ ਚਾਲੀ ਚੋਰ ਦੀ ਕਹਾਣੀ ਵੀ ਮਸੀਦ ਚੋਂ ਨਿਕਲਦੀ ਤੇ ਫਸ ਜਾਂਦੀ ਆ ਬਿਲਕੁਲ ਛੋਟੀ ਜਿਹੀ ਕਹਾਣੀਆਂ ਢੰਗ ਜਣਾ ਸਿਖਾ ਦਿੰਦੇ ਹਾਂ ਜੀ ਸੋ ਇਸ ਕਰਕੇ ਜਿਹੜਾ ਅੱਜ ਸਾਨੂੰ ਇੰਨਾ ਬੱਚਿਆਂ ਤੇ ਜਿਹੜਾ ਆਪਾਂ ਇੰਨਾ ਟਾਈਮ ਲਾਇਆ ਤੁਸੀਂ ਤਾਂ ਫਿਰ ਸੁਣਦੇ ਇੰਟਰਵੈਨਸ਼ਨ ਕਰਦੇ ਹੁਣ ਵੀ ਆ ਇਹ ਟਾਈਮ ਆਪਾਂ ਇਸ ਕਰਕੇ ਲਾਇਆ ਹੈ ਮੈਂ ਨਗਰ ਤੁਸੀਂ ਵੀ ਇਸ ਕਰਕੇ ਸੁਣਿਆ ਇਹ ਬੁੜੇ ਦੀ ਗੱਲ ਸੁਣਦੀ ਥੋੜੀ ਹੈ ਤੇ ਨੌਜਾਲਾ ਮੈਂ ਵੀ ਲੋਕ ਕਹਿੰਗੇ ਯਾਰ ਇਹ ਸੁਣੀ ਜਾਂਦਾ ਆਪਾਂ ਵੀ ਸੁਣਦੀ ਮੈਨੂੰ ਇਹ ਵੀ ਆਹੀ ਸਾਰਾ ਸਾਲ ਸੁਣਾਉਣੀ ਤੁਹਾਡੇ ਸੁਣਾਈਏ ਸੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਬੈਲੈਂਸ ਦੇ ਨਾਲ ਬੱਚਿਆਂ ਨੂੰ ਦੱਸਣਾ ਜਿੱਥੇ ਮਾਪੇ ਵੀ ਦੱਸਣਾ ਹਮ ਹਮ ਜਿੱਥੇ ਜਿਹੜੇ ਸਕੂਲ ਨੇ ਮੈਥਾਵਾਲਕੇ ਹੁਣ ਕਹਾਂਗਾ ਸਕੂਲਾਂ ਦੇ ਵਿੱਚ ਵੀ ਇੰਨਾ ਕੋ ਕਾਉਂਸਲਰ ਰਹਿ ਗਏ ਨੇ ਸੀਨੀਅਰ ਸਕੰਡਰੀ ਸਕੂਲਾਂ ਚ ਕਿਉਂਕਿ ਉਹਨਾਂ ਪਤਾ ਲੱਗਿਆ ਵੀ ਬਾਅਦਮੀ ਕਰਕੇ ਬੱਚੇ ਜਾ ਰਹੇ ਨੇ ਜੀ ਤੇ ਉਹ ਕੌਂਸਲਰ ਜਿਹੜੇ ਨੇ ਜਿੱਚ ਅੱਗੇ ਪਹਿਲਾਂ ਐ ਸਮਾਜ ਦੀ ਗੱਲ ਦੱਸਦੇ ਸੀ ਹੁਣ ਥੋੜੀ ਜਿਹੀ ਬਾਅਦ ਲਈ ਦੀ ਗੱਲਾਂ ਗੱਲਾਂ ਚ ਦੱਸੋ ਵੀ ਬਾਦ ਦਾ ਸਮਾਜ ਕਿਹੋ ਜਿਹਾ ਹੈ ਉੱਥੇ ਕਿਹੋ ਜੀਆਂ ਗੱਲਾਂ ਹੁੰਦੀਆਂ ਨੇ ਇਹ ਇਹ ਨਹੀਂ ਕਹਿਣਾ ਵੀ ਚੰਗਾ ਜਾਂ ਮਾੜਾ ਇੱਕ ਡਾਕਟਰ ਸਾਹਿਬ ਮੈਂ ਵਿੱਚ ਜੇ ਗੱਲ ਮੈਨੂੰ ਇਹ ਲੱਗਦਾ ਸੀ ਕਿ ਇੱਕ ਚੀਜ਼ ਹੋਣੀ ਜ਼ਰੂਰੀ ਹੈ ਕਿ ਹੁਣ ਬਹੁਤੇ ਬੱਚੇ ਪਹਿਲੀ ਤੋਂ 10ਵੀਂ ਤੱਕ ਸਕੂਲ ਬੈਂਚ ਜਾਂਦੇ ਆ ਜੀ ਉਹਨਾਂ ਨੂੰ ਘਰ ਦੇ ਉੱਥੇ ਬੈਗ ਬੀਬੀ ਨੇ ਫੜਿਆ ਹੁੰਦਾ ਜੀ ਨਿਆਣਾ ਉੱਥੇ ਖੜਾ ਹੁੰਦਾ ਆਪਸ ਗੱਲਾਂ ਕਰਦੇ ਆ ਵੈਨ ਆਉਂਦੀ ਆ ਤੇ ਬੈਂਚ ਚੜ ਗਏ ਸਕੂਲ ਦੇ ਗੇਟ ਦੇ ਅੰਦਰ ਜਾ ਕੇ ਉਤਰ ਗਿਆ ਸਕੂਲ ਦੇ ਗੇਟ ਤੋਂ ਅੰਦਰ ਵੈਨ ਚੜ ਗਏ ਘਰ ਦੇ ਮੂਹਰੇ ਖੜੇ ਹੁੰਦੇ ਉਹਨਾਂ ਨੇ ਬਸਤਾ ਫੜ ਲਿਆ ਨਿਆਣਾ ਅੰਦਰ ਆ ਗਿਆ 11ਵੀਂ 12ਵੀਂ ਦੇ ਵਿੱਚ ਜੇ ਸਕੂਲ ਬਦਲ ਵੀ ਜਾਵੇ ਤਾਂ ਅਸੀਂ ਸਕੂਟਰ ਤੇ ਮੋਟਰਸਾਈਕਲ ਤੇ ਗੱਡੀਆਂ ਨੂੰ ਮੁੰਡਿਆਂ ਨੂੰ ਆਪ ਛੱਡਣ ਜਾਣੇ ਆਪ ਲੈਣ ਆਉਨੇ ਆ ਤੇ ਇੱਕੋ ਹੀ ਗੱਲ ਕਹੀ ਜਾਂਦੇ ਆ ਕਿ ਬਸ ਆਹ ਸਾਲ ਕਿਸੇ ਤਰ੍ਹਾਂ ਪਾਰ ਕਰ ਜਾ ਫਿਰ ਦੁਬਾਰਾ ਚਲੇ ਜਾਣਾ ਤੇਰਾ ਮਾਮਾ ਉੱਥੇ ਹੈਗਾ ਵਕੀਲ ਅਸੀਂ ਏਜੰਟ ਲੱਬਿਆ ਆ ਤਾਂ ਸਾਰਾ ਕੁਝ ਮੈਨੂੰ ਐ ਲੱਗਦਾ ਕਿ ਕਿਤੇ ਨਾ ਕਿਤੇ ਹੁਣ ਜਿਹੜੀਆਂ ਘਟਨਾਵਾਂ ਵਿਦੇਸ਼ਾਂ 'ਚ ਹੈ 100 'ਚ 1000 'ਚ ਇੱਕ ਘਟ ਨਹੀਂ ਆ। ਬਹੁਤ ਘੱਟ ਨੇ ਪਰ ਹੈਗੀਆਂ ਕਿ ਅਸੀਂ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਕਿ ਅਸੀਂ ਬੱਚੇ ਨੂੰ ਜਾਜੇ ਚੜਾਉਣਾ ਹੀ ਆ ਜਾਂ ਅਸੀਂ ਬੱਚੇ ਨੂੰ ਪੰਜਾਬ ਭਾਰਤ ਦੇ ਵਿੱਚ ਕਿਸੇ ਹੋਰ ਸ਼ਹਿਰ 'ਚ ਭੇਜਣਾ। ਕਿਉਂ ਨਾ ਅਸੀਂ ਬੱਚੇ ਨੂੰ ਸਾਲ 'ਚ ਇੱਕ ਦੁਆਰੀ ਕਿਤੇ ਹੋਰ ਪਾਸੇ ਲੈ ਕੇ ਜਾਈਏ ਬੱਚੇ ਨੂੰ ਕਹੀਏ ਕਿ ਭਾਈ ਇਹ ਹੋਟਲ ਬੁੱਕ ਕਰਨਾ ਅਸੀਂ ਤੇਰੇ ਨਾਲ ਖੜੇ ਹਾਂ ਗੱਲ ਤੋਂ ਕਰ। ਆਪਾਂ ਜਾ ਕੇ ਤੂੰ ਸਾਰਾ ਆਪਾਂ 3 ਦਿਨ ਦੇ ਲਈ ਜਾਣਾ ਬੰਗਲੌਰ ਜਾਣਾ ਦੇਰਾਦੂਨ ਜਾਣਾ ਹਜੂਰ ਸਾਹਿਬ ਹੀ ਜਾਣਾ। ਕਿੱਥੋਂ ਟ੍ਰੇਨ ਫੜਨੀ ਐ ਕਿੱਦਾਂ ਸਰਚ ਕਰਨੀ ਐ ਤੂੰ ਹੀ ਸਮਾਨ ਲੈ ਕੇ ਚੜਨਾ ਤੂੰ ਹੀ ਸੀਟ ਲੱਭਣੀ ਐ ਜੇ ਕਿਤੇ ਮੰਨ ਲਓ ਰਾਹ ਦੇ ਵਿੱਚ ਆ ਵੇਚਣ ਵਾਲਾ ਆਉਂਦਾ ਤੂੰ ਹੀ ਉਹਦੇ ਨਾਲ ਗੱਲ ਕਰਨੀ ਐ ਸ਼ਾਇਦ ਬੱਚੇ ਦਾ ਝਾਕਾ ਖੁੱਲੂਗਾ ਇਹ ਚੀਜ਼ ਹੋਣੀ ਚਾਹੀਦੀ ਕਿ ਨਹੀਂ ਜੀ ਬਿਲਕੁਲ ਇਹ ਤਾਂ ਇਹ ਤਾਂ ਵੈਸੇ ਵੀ ਹੋਣੀ ਜੇ ਉਹਨੇ ਨਹੀਂ ਵੀ ਜਾ ਕੇ ਚੜਨਾ ਨਾ ਤਾਂ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸਦਾ ਜੀ ਮੈਂ ਕੰਕਰੀਟ ਆਪਦੇ ਘਰ ਜੀ ਉਦਾਹਰਨ ਦਿੰਦਾ ਜੀ ਮੇਰੀਆਂ ਬੇਟੀਆਂ ਆਪਦੇ ਸਾਈਕਲ ਤੇ ਜਾਣਾ ਉਹਨਾਂ ਨੇ ਆਪੇ ਮੈਂ ਨਹੀਂ ਉਹਨਾਂ ਦਾ ਕਦੇ ਛੋੜਾ ਦੇਖਦੇ ਕੁਝ ਵੀ ਉਹ ਸਮਾਨ ਵੇਚਣੋਂ ਸਬਜ਼ੀ ਵਧੀਆ ਖਰੀਦਣ ਲੱਗੇ ਸੀ ਅੱਠ ਜਿਉਂਮੀ ਚ ਪੜਦੀ ਕਿਉਂਕਿ ਸਭ ਜਿਹਨਾਂ ਨੂੰ ਖਰੀਦਣੀ ਪੈਂਦੀ ਉਹਨਾਂ ਨੂੰ ਪਛਾਣ ਆਉਣ ਲੱਗ ਗਈ ਵੀ ਆਹ ਠੀਕ ਆ ਗਲਤ ਆ ਮੈਨੂੰ ਹੁਣ ਤੱਕ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਕਿਹੜਾ ਖਰੀਦਣਾ ਆ ਕੱਲ ਵੀ ਮੈਂ ਪਤਾ ਨਹੀਂ ਕੀ ਲਾਇਆ ਉਹ ਸਾਰਾ ਗਲਿਆ ਹੋਇਆ ਨਿਕਲਿਆ ਕੋਈ ਮਨ ਨੂੰ ਕਹ ਪਾਵੇ ਭਾਈ ਪਾਵੇ ਭਾਈ ਹਾਂ ਯਕੀਨ ਕੀਤਾ ਯਕੀਨ ਕਰਿਆ ਸੋ ਇਸ ਕਰਕੇ ਜਿਹੜਾ ਨਾ ਉਹ ਬੰਦੇ ਨੂੰ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਨਹੀਂ ਇਹ ਤਾਂ ਮੜਾ ਆਪਾਂ ਨੂੰ ਨਹੀਂ ਪਤਾ ਲੱਗਦਾ ਹੁਣ ਕੋਈ ਕਹੇ ਵੀ ਇਹ ਡਾਕਟਰ ਹੈ ਡਾਕਟਰੀ ਦਾ ਮੈਨੂੰ ਆਉਂਦਾ ਭਾਈ ਮੈਨੂੰ ਸਭ ਜੀ ਥੋੜਾ ਪਤਾ ਨਹੀਂ ਕਿਹ ਕੀ ਦੀ ਆ ਸੋ ਤਾਂ ਮੈਂ ਕਹਿਣਾ ਇਹ ਤੁਸੀਂ ਠੀਕ ਹੈ ਉਹਨਾਂ ਨੂੰ ਕੱਡਾ ਇਹੀ ਨਹੀਂ ਮੈਂ ਕਹਿੰਆਂ ਨੂੰ ਕਹਿਣਾ ਵੀ ਜਿਹੜੇ ਬੱਚੇ ਹੋਸਟਲ ਚ ਰਹਿੰਦੇ ਨੇ ਉਹ ਜ਼ਿਆਦਾ ਸੈਨਿਕ ਹੋ ਜਾਂਦੇ ਆਪਾਂ ਪਹਿਲਾਂ ਥੋੜੀ ਜਿਹੀ ਪਹਿਲਾਂ ਗੱਲ ਮੈਂ ਇਹੀ ਕਰਕੇ ਕਹਿੰਦੇ ਆ ਇਹ ਗੱਲ ਥੋੜੀ ਠੀਕ ਹੈ ਬੱਚੇ ਨੂੰ ਅਸੀਂ ਕਾਉਨਸਲਿੰਗ ਕਰਦੇ ਸੀ ਕੁੜੀਆਂ 12ਵੀਂ ਕਰਕੇ ਆਉਂਦੀਆਂ ਸੀ ਨਰਸਿੰਗੀਆਂ ਕੁੜੀਆਂ ਚ ਮੈਂ ਫੈਸਲਾ ਕਰਿਆ ਹੋਇਆ ਸੀ ਬਤੌਰ ਰਜਿਸਟਰਰ ਵੀ ਇਹਨਾਂ ਦੇ ਮਾਪੇ ਅੰਦਰ ਨਹੀਂ ਜਾਣਗੇ ਕਾਉਂਸਲਿੰਗ ਹਾਲ ਚ ਤੇ ਪਰ ਅਸੀਂ ਉਹਨਾਂ ਨੂੰ ਕਿਉਂਕਿ ਜਿੰਮੇ ਮੈਂ ਇੱਥੇ ਜੇ ਕਹਾਂ ਨਾ ਤੇ ਉੱਥੇ ਵੀ ਉਹਨਾਂ ਨੂੰ ਸਮਝਾਉਣਾ ਤਾਂ ਜ਼ਰੂਰੀ ਸੀ ਹੁਕਮ ਸੋਡੋ ਹੁਕਮ ਦਾ ਕਰਤਾ ਨਹੀਂ ਜਾਣਗੇ ਪਰ ਫਿਰ ਤਾਂ ਉਹਨਾਂ ਨੂੰ ਮਾਨੂੰ ਅਚਵੀ ਲੱਗੀ ਉਹਨਾਂ ਨੂੰ ਇੱਕ ਭਾਸ਼ਣ ਚ ਕਹਿੰਦਾ ਸੀ ਵੀ ਕੁੜੀਆਂ ਨੇ ਲੋਕਾਂ ਦੀ ਜ਼ਿੰਦਗੀਆਂ ਨੂੰ ਸਾਹਮਣਾ ਹੈ ਬਿਲਕੁਲ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਉਂਗਲ ਲਾ ਕੇ ਫੜਕੇ ਚੜਾਈ ਜਾਓਗੇ ਕਿਵੇਂ ਚੱਲਣਗੀਆਂ ਇਹਨਾਂ ਨੂੰ ਫੈਸਲਾ ਲੈਣ ਦਿਓ ਜੀ ਜੇ ਇਹਨਾਂ ਨੂੰ ਫੈਸਲਾ ਵਿੱਚ ਕੋਈ ਦਿੱਕਤ ਆਈ ਅਸੀਂ ਮਦਦ ਕਰਾਂਗੇ ਜੇ ਫੇਰ ਵੀ ਜਿਕਦਾਈ ਤੁਹਾਨੂੰ ਬੁਲਾਵਾਂਗੇ ਬਿਲਕੁਲ ਠੀਕ ਹੈ ਪਰ ਤੁਸੀਂ ਪਹਿਲਾਂ ਹੀ ਨਹੀਂ ਅੰਦਰ ਜਾ ਕੇ ਵਿਆਹ ਲੈਣਾ ਉਹ ਕੱਲ੍ਹ ਦੇ ਨਾਲ ਐ ਕਰ ਰਿਹਾ ਇਹਨਾਂ ਨੂੰ ਫੈਸਲਾ ਕਰਨ ਦੋ ਇਹ ਤੁਸੀਂ ਠੀਕ ਹੈ ਬੱਚੇ ਨੂੰ ਛੱਡ ਦੋ ਔਖਾ ਫਿਰ ਗਲਤ ਕਰ ਲਈ ਫੈਸਲਾ ਫਿਰ ਨੂੰ ਕੁਸਣਾ ਨਹੀਂ ਵਾਰ-ਵਾਰ ਕਿੰਨਾ ਕਾਟਾ ਖਾਓ ਨਹੀਂ ਨਹੀਂ ਹਾਂ ਜੋ ਮਰਜ਼ੀ ਹੋ ਜਾਏ ਕੁਸਣਾ ਨਹੀਂ ਮੜਾ ਕਮਰਾ ਲੈ ਲਿਆ ਇਹ ਨਹੀਂ ਕਿੱਥੇ ਤੈਨੂੰ ਕਮਰਾ ਵੀ ਨਹੀਂ ਲੈਣਾ ਆ ਜਾਊ ਉਹ ਨੂੰ ਨਹੀਂ ਕਹਿਣਾ ਬੜਾ ਮਾੜਾ ਕਮਰਾ ਹੈ ਬੜੀ ਪਰਦਾ ਜਿਮਾਰੀ ਜਾਂਦੀ ਹੈ ਕਿੱਥੇ ਬੈਠ ਗਏ ਕਿੱਥੇ ਫਸ ਗਏ ਕੁਝ ਨਹੀਂ ਕਹਿਣਾ ਜੇ ਤੁਸੀਂ 2 ਦਿਨ ਹੋਰ ਕੱਟ ਕੇ ਬੱਚੇ ਦੀ ਜ਼ਿੰਦਗੀ ਬਣਾ ਰਹੇ ਹੋ ਸੌਫ ਕਰਦੇ ਆਗੇ ਇਹ ਹੈ ਸੋ ਉਸ ਨੂੰ ਬੱਚੇ ਨੂੰ ਮੈਂ ਤਾਂ ਕਹਿੰਦਾ ਸਕੂਲ ਚ ਵੀ ਮੈਂ ਇੱਥੇ ਵੀ ਜਦ ਮੈਂ ਦੇਖਦਾ ਨਾ ਮਾਂ ਨੇ ਪਿੱਠੂ ਜਿਹਾ ਚੱਕਿਆ ਹੋਇਆ ਹੈ ਤੇ ਬੱਚਾ ਐਡਾ ਆਏ ਤੁਰਿਆ ਜਾ ਰਿਹਾ ਨਾਲ ਤੁਸੀਂ ਮੰਨੋਗੇ ਮੇਰੀ ਜੋਤੀ ਹੈ 3 ਸਾਲ ਦੀ ਉਹ 400 ਮੀਟਰ ਜਿੱਥੋਂ ਤੁਰ ਕੇ ਆਉਂਦੀ ਆ ਵਸ ਤੇ ਉੱਤਰ ਕੇ ਗੇਟ ਹੀ 400 ਮੀਟਰ ਦੀ ਦੂਰੀ ਤੇ ਹੈ ਉਹ ਗੇਟ ਤੇ ਵਸ ਉਤਾਰਦੀ ਆ ਠੀਕ ਹੈ ਮੇਰੀ ਵਾਈਫ ਲੈਣ ਜਾਂਦੀ ਆ ਉਹਨੂੰ ਮੇਰੀ ਵਾਈਫ ਕਦੀ ਉਹਦਾ ਚੋਲਾ ਨਹੀਂ ਚੁੱਕਦੀ ਉਹ ਬੇਟੀ 5-6 ਸਾਲ ਦੀ ਆਪ ਚੁੱਕੇ ਨਾਲ ਬਸ ਠੀਕ ਹੈ ਹੂੰ ਕਿਉਂ ਕਿਉਂਕਿ ਬੱਚੇ ਨੂੰ ਆਪੇ ਪਤਾ ਲੱਗੇ ਵੀ ਮੈਂ ਆਪਦਾ ਝੋਲਾ ਕਿਵੇਂ ਚੱਕਣਾ ਹੈ ਆਪਦੇ ਆ ਕੇ ਕੱਪੜੇ ਕਿਵੇਂ ਬਦਲਨੇ ਨੇ ਮੈਂ ਆਪਦੀਆਂ ਕਿਤਾਬਾਂ ਕਿਵੇਂ ਸਾਂਭਣੀਆਂ ਨੇ ਜੇ ਤੁਸੀਂ ਬੱਚੇ ਨੂੰ ਸਰਫ ਸਫੀਸ਼ੀਐਂਟ ਘਰ ਚ ਬਣਾਉਣਾ ਸ਼ੁਰੂ ਕਰ ਦਿਓ ਜੇ ਚਾਹੇ ਉਹ ਰਹੇ ਬੱਚਾ ਜਿਹੜੀ ਨਹੀਂ ਬਾਹਰ ਜਾਵੇ ਤੁਸੀਂ ਪਹਿਲੀ ਦੂਜੀ ਤੀਜੀ ਤੋਂ ਬਾਅਦ ਉਹਨਾਂ ਦੀਆਂ ਕਿਤਾਬਾਂ ਉਹਨਾਂ ਦਾ ਝੋਲਾ ਲਾਉਣਾ ਆਪਣਾ ਸ਼ੁਰੂ ਕਰੋ ਜੇ ਇੱਕ ਦਿਨੋਂ ਕਿਤਾਬ ਪੜ੍ਹ ਗਏ ਆਪੇ ਦੂਜੇ ਦਿਨਾਂ ਲੰਗੇ ਆਪੇ ਔਖੇ ਹੋਣਗੇ ਐ ਨਾ ਵੀ ਹਾ ਹੁਣ ਹੀ ਫੜਾਇਆ ਉਹਨਾਂ ਕਦੇ ਕਦੇ ਫੜਾ ਵੀ ਆਓ ਕਦੇ ਕਦੇ ਕੋ ਕੋਈ ਨਹੀਂ ਚੜਾ ਅੱਜ ਛੁੱਟ ਗਿਆ ਇਹਨੂੰ ਸਜ਼ਾ ਮਿਲੀ ਸਜ਼ਾ ਮਿਲੀ ਉਹਨੂੰ ਫਿਰ ਪਤਾ ਲੱਗਦਾ ਜੁਮੇਵਾਰੀ ਕਿਵੇਂ ਆਉਂਦੀ ਹੈ ਭਾਏ ਭਾਏ ਤੋਂ ਬਿਨਾ ਜੁਮੇਵਾਰੀ ਨਹੀਂ ਆਉਂਦੀ ਭਾਏ ਵਿੱਚ ਚੰਦ ਭਾਏ ਵਿੱਚ ਸੂਰਜ ਗੁਰੂ ਸਾਹਿਬ ਨੇ ਕਿਹਾ ਇਹ ਸਾਰੀ ਦੁਨੀਆ ਭੈ ਨਾਲ ਚੱਲਦੀ ਆ ਸੋ ਬੱਚੇ ਨੂੰ ਇਸ ਕਰਦਾ ਭੈ ਰਿਓ ਯਾਰ ਮੈਂ ਤਾਂ ਕਿਤਾਬ ਭੁੱਲ ਗਿਆ ਮੇਰੇ ਤਾਂ ਨੰਬਰ ਨਹੀਂ ਲੱਗਨੇ ਮੈਨੂੰ ਤਾਂ ਮੈਂ ਮਾਂ ਨਾ ਕਹ ਦੇ ਮੈਨੂੰ ਤਾਂ ਸਾਰਾ ਆ ਨਾ ਕਹ ਦੇਣਾ ਉਹ ਥੋੜਾ ਜਿਹਾ ਆਨਲਾਈਜ਼ ਕਰਨਾ ਸਿੱਖਦਾ ਇਹ ਇੱਕ ਜੀ ਜੀ ਤੁਸੀਂ ਜੋ ਕਿਹਾ ਹੈ ਜੀ ਬਾਲਮੀ ਦੇ ਬੱਚੇ ਨੂੰ ਤਾਂ ਪੱਕਾ ਹੀ ਲੈ ਕੇ ਜਾਓ ਲੈ ਕੇ ਜਾਣ ਦੀ ਬਜਾ ਮੈਂ ਤਾਂ ਕਹਾਂਗਾ ਉਹਨੂੰ ਜੇਕਰ ਤੁਸੀਂ ਸਕੂਟੀ ਤੇ ਨਾਲ ਛੱਡਣ ਜਾਂਦੇ ਹੋ ਨਾ ਉਹ ਨਾ ਛੱਡ ਕੇ ਆਓ ਉਹ ਕਦੇ ਜੇ ਛੱਡ ਕੇ ਵੀ ਆਉਣਾ ਹੈ ਇੱਕ ਦਿਨ ਉਹਨੂੰ ਕੱਢੇ ਤੋਂ ਹਫ਼ਤੇ ਚ ਵੀ ਅੱਜ ਤੂੰ ਚਲਾ ਜਾ ਕੋਈ ਐ ਨਹੀਂ ਕਹਿਣਾ ਵੀ ਅੱਜ ਨੂੰ ਜਾਣ ਕੇ ਭੇਜਣਾ ਉੱਦੇ ਕੋਈ ਨਾ ਕੋਈ ਕੰਮ ਕਰ ਲਓ ਆਪਦਾ ਬਹਾਨਾ ਬਣਾ। ਮੈਨੂੰ ਆਹ ਕੰਮ ਐ ਅੱਜ ਬੇਟਾ ਤੂੰ ਕੱਦੀ ਚਲੀ ਜਾ ਬਿਲਕੁਲ। ਹੈ। ਇੱਕ ਡਾਕਟਰ ਸਾਹਿਬ ਮੈਨੂੰ ਨਾ ਇੱਥੇ ਹੋਰ ਲੱਗਦਾ ਸੀ ਕਿ 9ਵੀਂ 10ਵੀਂ ਜਮਾਤ 'ਚ ਜੇ ਤੋ ਬੱਚਾ ਹੁੰਦਾ 12ਵੀਂ ਤੋਂ ਬਾਅਦ ਉਹਨੇ ਜਾਣਾ ਐ। ਜੀ। ਚਾਹੇ ਕੈਨੇਡਾ ਆਸਟ੍ਰੇਲੀਆ ਜਾਣਾ। ਜੀ। ਚਾਹੇ ਸਾਡੇ ਮੰਦਿਆ 'ਚ ਇਹਨੂੰ ਬੰਗਲੌਰ ਪੜਾਉਣਾ, ਇਹਨੂੰ ਗੁੜਗਾਓ ਪੜਾਉਣਾ, ਰੁਰਕੀ ਪੜਾਉਣਾ। ਬਿਲਕੁਲ ਠੀਕ ਐ। ਮੈਨੂੰ ਐ ਲੱਗਦਾ ਸੀ ਕਿ ਜਿਹੜੀ ਸਟੇਟ ਦੇ ਵਿੱਚ ਜਾਣਾ ਜਾਂ ਜਿਹੜੀ ਕੰਟਰੀ ਜਾਣਾ ਉਹਦਾ ਨਕਸ਼ਾ ਤੇ ਘਟਕੜ ਤੁਹਾਡੇ ਘ ਉਸ ਦੇਸ਼ ਦੇ ਵਿੱਚ ਮੰਨ ਲਓ ਪਾਰਲੀਮੈਂਟ ਨੇ ਕੋਈ ਮਤਾ ਪਾਸ ਕੀਤਾ ਤੁਸੀਂ ਉਧਰ ਰੋਟੀ ਖਾਂਦੇ 2-4 ਮਿੰਟ ਗੱਲ ਕਰਨ ਨੂੰ ਜਾਂ ਅੱਗੇ ਪਿੱਛੇ ਗੱਲ ਕਰਨ ਨੂੰ ਕਿ ਬੱਚੇ ਨੂੰ ਇੱਕਦਮ ਜਾ ਕੇ ਬਾਹਰਲੇ ਸੂਬੇ ਦੇ ਵਿੱਚ ਜਾਂ ਬਾਹਰਲੇ ਦੇਸ਼ 'ਚ ਇਹ ਨਾ ਲੱਗੇ ਕਿ ਮੈਂ ਆ ਕਿੱਥੇ ਗਿਆ ਉਹਨੂੰ ਥੋੜਾ ਜਿਹਾ ਵੈਸੇ ਪਹਿਲਾਂ ਹੀ ਜਾਣਕਾਰੀ ਥੋੜੀ ਥੋੜੀ ਹੋਵੇ ਤਾਂ ਸ਼ਾਇਦ ਉਹਨੂੰ ਸਟੈਂਡ ਕਰਨਾ ਸੌਖਾ ਹੋ ਜਾਊਗਾ ਬਿਲਕੁਲ ਠੀਕ ਹੈ ਮੈਂ ਇਸ ਇਸ ਪਾਸੇ ਨੂੰ ਆਉਣਾ ਸੀਗਾ ਵੀ ਪਹਿਲਾਂ ਤਾਂ ਉਹਦਾ ਦਿਮਾਗ ਦਾ ਤੇ ਸੋਸ਼ਲ ਇੱਥੇ ਉਸ ਤੋਂ ਅਗਲੀ ਜਾਣਕਾਰੀ ਦੋ ਤਿੰਨ ਗੱਲਾਂ ਇੱਕ ਤਾਂ ਬੱਚਾ ਜਿਹੜੀ ਸਬਜੈਕਟ ਪੜ੍ਹਨੇ ਇਨੋ ਨੇ ਜਿਹੜੇ ਪਾਸੇ ਨੂੰ ਜਾਣਾ ਮੋٹے ਜਿਹੇ ਤੌਰ ਤੇ ਜੀ ਦੋ ਤਿੰਨ ਚੋਂ ਦੋਨਾਂ ਚੋਂ ਇੱਕ ਚੁਣੇਗਾ ਐਂ ਤਾਂ ਹੈ ਨਹੀਂ ਵੀ ਥੋੜੀ 20 ਸਵਜਰ ਤੇ ਹੋ ਕੇ ਚੁਣਨਾ ਹੁੰਦਾ ਮੋٹے ਤਾਤੇ ਨੌਵੀਂ 10ਵੀਂ ਕੇ ਪੈਥਰਾ ਕਰ ਰਹੇ ਨੇ ਮੈਂ ਕੱਦੂਗਾ ਉਹ ਉਸ ਦੇ ਬਾਰੇ ਉਹਨੂੰ ਨਾਵਲ ਕਹਾਣੀਆਂ ਭਾਵੇਂ ਪੜੇ ਹੂੰ ਉਹਦੇ ਬਾਰੇ ਫਿਕਸ਼ਨ ਜਿਹੜੀ ਆ ਹਰ ਸਬਜੈਕਟ ਦੀ ਫਿਕਸ਼ਨ ਹੈਗੀ ਹੈ ਜਾਂ ਕੋਈ ਉਹੀ ਛੋਟੀ ਮੋਟੀ ਕਿਤਾਬ ਇੰਟਰਸਟਿੰਗ ਜੀ ਉਹ ਨੂੰ ਬੜਾ ਮਟਾਉ ਦਾ ਗਿਆਨ ਹੋ ਵੀ ਵਿਸ਼ਾ ਹੈ ਜਾਏ ਦੂਜਾ ਜਿਹੜੀ ਜਗ੍ਹਾ ਤੇ ਜਾਣਾ ਜਿੰਨਾਂ ਰਹਾਾਂ ਦੀ ਮੈਂ ਸਾਰ ਨਾ ਜਾਣਾ ਉਹਨਾਂ ਰਹਾਾਂ 'ਤੇ ਤੁਰਨਾ ਪਿਆ ਇਹ ਨਾ ਹੋਵੇ ਉਹਨੂੰ ਲੱਗੇ ਮੈਂ ਇਹਦੀ ਮਾੜੀ ਮੱਡੀ ਸਾਰ ਜਾਣਦਾ ਕੁਛ ਨਾ ਕੁਛ ਪਤਾ ਸੋ ਉਹਦੇ ਵਿੱਚ ਚਾਹੇ ਜਿਵੇਂ ਭਾਰਤ ਦੇ ਸਾਰੇ ਸੂਬਿਆਂ ਦਾ ਉੱਥੇ ਬੋਲੀ ਕਿਹੋ ਜੀ ਆ ਉੱਥੇ ਲੋਕਾਂ ਦਾ ਪਹਿਰਾਵਾ ਕਿਹੋ ਜਿਹਾ ਹੈ ਉੱਥੇ ਖਾਣਾ ਪੀਣਾ ਕੀ ਕੀ ਅਵੇਲੇਬਲ ਹੈ ਪੰਜਾਬੀ ਖਾਣਾ ਹੈ ਵੀ ਕਿ ਨਹੀਂ ਕਿ ਉੱਥੇ ਇਜ਼ਲੀ ਦੋਸੇ ਹੀ ਖਾਣਾ ਪਊ ਕਿ ਉੱਥੇ ਮੱਛੀ ਚਾਵਲ ਹੀ ਖਾਣੇ ਪੈਣਗੇ ਕਿ ਉੱਥੇ ਗੁਲਾਬ ਜਾਮੁਨਾਂ ਦੀ ਮਠਾਈਆ ਬੰਗਾਲਾ ਦੀ ਮਠਾਈ ਬਹੁਤ ਆਉਂਦੇ ਨੇ ਵੀ ਉੱਥੇ ਮਠਾਈ ਹੀ ਖਾਣੀ ਪਊ ਮਤਲਬ ਸਾਨੂੰ ਇਹ ਪਤਾ ਲੱਗ ਗਿਆ ਫਿਰ ਹਾਂ ਕਿਤੇ ਕਿਤੇ ਪਾਵਲ ਟ੍ਰਾਂਸਪੋਰਟ ਬਹੁਤ ਤਕੜੀ ਹੈ ਜਿਵੇਂ ਕਲਕੱਤੇ ਚ ਬਹੁਤ ਜ਼ਿਆਦਾ ਤਕੜੀ ਹੈ ਪਾਵਲ ਟ੍ਰਾਂਸਪੋਰਟ ਹੈ ਗੱਡੀਆਂ ਜਾਂਦੀਆਂ ਲੋਕਲ ਗੱਡੀਆਂ ਬੰਬੇ ਚ ਵੀ ਲੋਕਲ ਤੇਜ਼ ਨੇ ਜੀ ਦਿੱਲੀ ਦੀਆਂ ਲੋਕਲ ਗੱਡੀਆਂ ਦੇ ਚ ਫਸ ਜੋਗੇ ਫਸ ਜੋਗੇ ਉੱਥੇ ਲੋਕਲ ਗੱਡੀ ਠਾਲ ਜਾਂਦੀ ਹੈ ਕਿਉਂਕਿ ਦੂਰ ਦੂਰ ਆਉਂਦੇ ਨੇ ਸੋ ਉੱਥੇ ਦੀ ਟ੍ਰਾਂਸਪੋਰਟ ਕਿਹੋ ਜੀ ਆ ਕਿਉਂਕਿ ਉਸੇ ਜਾਣਾ ਹੋਣਾ ਪੈਣਾ ਉਹਦਾ ਇੱਕ ਤਾਂ ਥੋੜਾ ਜਿਹਾ ਉਹਨੂੰ ਪਤਾ ਹੋਵੇ ਜੀ ਐਮਰਜੈਂਸੀ ਨੰਬਰ ਦਾ ਹਾਂ ਜਵਾਨੇ ਐਮਰਜੈਂਸੀ ਨੰਬਰ ਰਿਟਾਇਰ ਹੋ ਐਮਰਜੈਂਸੀ ਨੰਬਰ ਦਾ ਆਪੇ ਆ ਜਾਂਦੇ ਨੇ ਯਾਨੀ ਕਿ ਤੁਹਾਡੇ ਉਹ ਕਿਤਾਬਾਂ ਜੀਆਂ ਜਿਹੜੇ ਮਿਲਦੇ ਨੇ ਜਿਵੇਂ ਟੂਰਿਜ਼ਮ ਆ ਲੈਦੇ ਮਿਲਦੇ ਨੇ ਉਹ ਪੰਜ ਸੱਤ ਉੰਜ ਹੀ ਘੱਲੇ ਢਾ ਕੇ ਛੱਡ ਦਿਓ ਉਹ ਬੱਚੇ ਨੇ ਜਿਹਨੇ ਜਾਣਾ ਹੈ ਨਾ ਉਹ ਆਪੇ ਵੀ ਇੰਟਰਸਟ ਹੁੰਦਾ ਉਹਦਾ ਹੈ ਤੇ ਕਦੇ ਕਦੇ ਕਹੋ ਵੀ ਤੇਰੇ ਵਾਸਤੇ ਨਹੀਂ ਹੁੰਦੀਆਂ ਨੇ ਮੈਂ ਜਦ ਵੀ ਜਾਣਾ ਕਿ ਤੇ ਛੋਟੇ ਬੱਚਮਾਸੇ ਛੋਟੀਆਂ ਕਿਤਾਬਾਂ ਲੈ ਆਉਣਾ ਵੱਡਿਆਂ ਵਾਸਤੇ ਵੱਡੀਆਂ ਲੈ ਆਉਣਾ ਤੇ ਉਹਨੂੰ ਕਹਣਾ ਵੀ ਆ ਕਿਤਾਬ ਤੇਰੇ ਵਾਸਤੇ ਲੈਂਦੀ ਆ ਜੇ ਤੇਰਾ ਦਿਲ ਕਰੇ ਤਾਂ ਦੇ ਨਹੀ ਤਾਂ ਕੋਈ ਨਹੀਂ ਕੁਛ ਨਹੀਂ ਕਹਣਾ ਵੀ ਤੈਨੂੰ ਮੈਂ ਗਿਫਟ ਦੇ ਰਿਹਾ ਜੇ ਤੇਰਾ ਦਿਲ ਕਰੇ ਆ ਵੀ ਤੀਜੇ ਦਿਨ ਉੱਠ ਕੇ ਨਹੀਂ ਕਹਣਾ ਇਹਦਾ ਇੱਕ ਵਰਕਾ ਵੀ ਨਹੀਂ ਥੱਲੇ ਆ ਵੀ ਤਾਂ ਕੀ ਕਰਿਆ ਹੈ ਗਲੋ ਇਸੇ ਮੈਂ ਤੁਹਾਨੂੰ ਇੱਕ ਛੋਟੀ ਜੁਧਾਨ ਦਿੰਦਾ ਜੀ ਵੱਡੇ ਬੱਚੇ ਤਾਂ ਕਿੰਨੇ ਹੋਣਗੇ ਆ ਹੁਣ ਜਦ ਮੈਂ ਤੁਸੀ ਗੱਲ ਕਰ ਦਉਂਗਾ ਆ ਸੀ ਜੀ ਕਿ ਜਿਨ੍ਹਾਂ ਦੇ ਘਰ ਮੈਂ ਜਾ ਕੇ ਰਹਿਣ ਲੱਗਿਆ ਫਰੈਜ਼ਨੋ ਚ ਜੀ ਉਹਨਾਂ ਦਾ ਬੱਚਾ ਇਥੋਂ ਸਾਡੇ ਨਾਲ ਹੀ ਗਿਆ ਉਹ ਆਏ ਹੋਏ ਸੀ ਉਰੇ ਉਸੇ ਜਹਾਤੀ ਗਏ ਨੇ ਉਹ ਤੇ ਉੱਥੇ ਪਹਿਲੇ ਦਿਨ ਤਾਂ ਉਹ ਆਪਣੀ ਉਹ ਕਿਹੜੇ ਦੂਰੋਂ ਉਸ ਨਾਲ ਦਬ ਕੇ ਜੇ ਨਾ ਐ ਉਠਾਲਾ ਮਾਰਦਾ ਗਿੱਡੀ ਰਾ ਜੀ ਸੀ ਉਹ ਚੱਲੀ ਆ ਉਹ ਸਾਰਾ ਦਿਨ ਇਹੀ ਚੱਲਦਾ ਬਸ ਸਸਤੀ ਗੱਲ ਬਣਾਉਂਦਾ ਜੀ ਗੁਰਸਿੱਖ ਨੇ ਹਮਮ ਬੱਚਾ ਵੀ ਉਹਨੇ ਉਹ ਕਰਿਆ ਹੋਇਆ ਸਾਰਾ ਦੂਜੇ ਦਿਨ ਉਹ ਮੇਰੇ ਕੋਲ ਆ ਗਿਆ ਕਿੰਨਾ ਅੰਕਲ ਮੈਂ ਆਹਾ ਮੈਨੂੰ ਦੱਸੋ ਜਰਾ ਜੀ ਉਹਦਾ ਉਹ ਇਲੈਕਟ੍ਰੋਨਿਕ ਬੁੱਕ ਸੀ ਉਹਦੇ ਕੋਲ ਪੰਜਾਬੀ ਦੀ ਜੀ ਉਹ ਦੇਖ ਕੇ ਮੈਂ ਉਹਨਾਂ ਆਖਿਆ ਅੱਛਾ ਤੂੰ ਐ ਕਰ ਆਪਾਂ ਨਾ ਇਹ ਅੱਖਰ ਬਣਾਉਣੀ ਸਿੱਖ ਲਿਆ ਜੀ ਹੈ ਇਹ ਉਹ ਕਹਿੰਦਾ ਵੀ ਮੈਂ ਆਇਆ ਮੈਂ ਕਿਹਾ ਦੇਖ ਤੈਨੂੰ ਮੈਂ ਨਾ ਇੱਕ ਤਰੀਕਾ ਆਪਾਂ ਖੇਡ ਖੇਡ ਲਿਆ ਜੀ ਮੈਂ ਬਿਲਕੁਲ ਨਹੀਂ ਕਹਿਆ ਤੈਨੂੰ ਪੜਾਉਣਾ ਮੈਂ ਕਿਹਾ ਆਪੇ ਗੇਮ ਖੇਡੀਏ ਕਹਾਂ ਹਾਂ ਕਿਉਂਕਿ ਬੱਚੇ ਖੇਡਣ ਤਾਂ ਮੈਂ ਲਾ ਵੀ ਆ ਮਿਤਰਾ ਆ ਇੱਕ ਲੈਨ ਆਹਾ 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 ਆਹ ਅਰਧ ਚੰਕਰ ਜੀ ਬੋਰਡ ਇਹਨਾਂ ਚੋਂ ਸਾਰੇ 35 ਅੱਖਰ ਬਣਾਈ ਆਪਾਂ ਹੂੰ ਹੂੰ ਉਹਨੇ ਟੈਸਟ ਬਣ ਗਿਆ ਬਣਾਉਣ ਲੱਗ ਗਿਆ ਸੱਚੀ ਮੱਚ ਉਹਨੇ ਕੱਢੇ ਨੇ ਆਪੀ ਹਾ ਹੇ ਤੋਂ ਰ ਰ ਰੇ ਤੋਂ ਗੱਗਾ ਤੇ ਉੱਤੇ ਸਸਾ ਕਹਿੰਦਾ ਇਹ ਬਣ ਗਏ ਤੇ ਉਹਨੇ ਆਪਣੀ ਕਿਤਾਬ ਚ ਲਿਖਿਆ ਵੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮੈਂ ਅਗਲ ਜਿਹੜੀ ਮੇਰੇ ਬਾਰੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮੈਂ ਆਪਣੀ ਵਰਕਸ਼ੀਟ ਚ ਲਿਖਿਆ ਸੋ ਇਹ ਜਿਹੜਾ ਦੂਜੇ ਨੇ ਫਿਰ ਫਿਰ ਮੇਰੇ ਨਾਲ ਹੀ ਆ ਕੇ ਸੌ ਗਿਆ ਕਿ ਦਿਨ ਜੀ ਉਹ ਬੱਚਾ ਜਿਹਦੇ ਬਾਰੇ ਕਹਿੰਦੇ ਸੀ ਵੀ ਇਹ ਪੜਦਾ ਪੜਦਾ ਥੋੜਾ ਘੱਟਾ ਹੈ ਉਹਨੇ ਮਤਲਬ ਕਿਉਂਕਿ ਮੈਂ ਉਹਨੂੰ ਕੁਝ ਨਹੀਂ ਕਿਹਾ ਇੱਕ ਆਪਾਂ ਖੇਡਦੇ ਆ ਖੇਡਦੇ ਖੇਡ ਦੋ ਮੇਰਾ ਘੜਾ ਇੰਚ ਫਰੇਜ਼ਨੋਂ ਤੋਂ ਸਾਨ ਫ੍ਰਾਂਸਿਸਕੋ ਜਦ ਮੈਨੂੰ ਉਹ ਛੱਡਣਾ ਆ ਰਿਹਾ ਸੀ ਉਹ ਥੱਕੇ ਨਾ ਘੜੀ ਚ ਵਹਿ ਗਿਆ ਕਿਆ ਬਾਤ ਵੀ ਮੈਂ ਤਾਂ ਨਾ ਜਾऊं ਉਹ ਕਹਿੰਦੀ ਸੀ ਰੀਤ ਨਹੀਂ ਕਰਨਾ ਸਾਰੇ ਰਾਤ ਤੱਕ ਉਹ ਜਾਗਦਾ ਗਿਆ ਉੱਤੇ ਜਾ ਕੇ ਸਾਡਾ ਏਡਾ ਸੱਤ ਕਿਡਾ ਲੱਗੇ ਜਣਾ ਰਕੀ ਜੇਬਨ ਬੈ ਗਿਆ ਉਹ ਸੱਚੀ ਮੁੱਚੀ ਆਪ ਰੋੜ ਕੇ ਰੱਖਿਆ ਹੋ ਅੰਦਰ ਤੱਕ ਇਮੀਗ੍ਰੇਸ਼ਨ ਤੱਕ ਸੋ ਤਾਂ ਮੈਂ ਕਹਿਣਾ ਵੀ ਬੱਚੇ ਦੇ ਵਿੱਚ ਇੰਟਰਸਟ ਪੈਦਾ ਕਰਨਾ ਆਪਾਂ ਨੇ ਛੋਟੇ ਬੱਚਾ ਚ ਵੀ ਪੈਦਾ ਕਰੋ ਆ ਜਿਹੜੇ ਤੁਸੀਂ 8 ਮਹੀਨਾ ਵੀ 9ਵੀਂ 10ਵੀਂ ਆਲੇ ਨੇ ਉਹਨਾਂ ਤੋਂ ਕਈ ਕਰਨਾ ਚਾਹੀਦਾ ਇੰਟਰਸਟ ਪੈਦਾ ਕਰੋ ਬਾਹਰ ਲੈ ਕੇ ਜਾਓ ਚਾਹੇ ਤੁਸੀਂ ਕਿਸੇ ਸਾਰਦੀ ਜਗ੍ਹਾ ਤੇ ਜਾਓ ਚਾਹੇ ਕਿਸੇ ਧਾਰਮਿਕ ਜਗ੍ਹਾ ਤੇ ਜਾਓ ਕਿ ਹੈ ਕਿ ਤੇ ਹੋਰ ਮਤਲਬ ਉਹ ਜਿਹੜੇ ਦੁਕਾਨ ਸਾਇੰਸ ਦੇ ਜਿਹੜੇ ਹੈਗੇ ਨੇ ਕਿੰਨੀਆਂ ਸਾਡੀਆਂ ਸਾਇੰਸੀਆਂ ਦਾਅਸ ਨੇ ਹੋਰ ਨੇ ਕੁਝ ਵੀ ਦਿਖਾਉਣ ਲਈ ਉਹ ਇੱਕ ਤਾਂ ਉਹਨੂੰ ਥੋੜਾ ਉਹਨੂੰ ਉਹ ਨਹੀਂ ਕਹੋ ਵੀ ਤੂੰ ਆਪੇ ਟਿਕਟ ਲੈ ਉਹਨੂੰ ਕਹੋ ਵੀ ਤੂੰ ਟਿਕਟ ਭੁੱਕ ਕਰਾ ਆਪਨਾ ਜੀ ਜੇ ਈਵਨ ਬਾਈਏਰ ਜਾਣਾ ਉਹ ਬੱਚੇ ਬਾਅਦਵੀ ਦੇ ਅੱਜਕੱਲ ਸਾਰੇ ਜਾਣਦੇ ਗੂਗਲ ਦੇ ਸੱਚਾ ਉਹ ਉੱਤੋਂ ਟਿਕਟੋਕ ਕਰਾ ਤੂੰ ਸਰਚ ਕਰਦੀ ਕਿ ਕਿਹੜੀ ਏਅਰਲਾਈਨ ਸਸਤੀ ਹੈ ਕਿਹੜਾ ਵੇਲਾ ਆਪਾਂ ਠੀਕ ਪਹੁੰਚ ਫਿਰ ਵੀ ਤੂੰ ਹੋਟਲ ਦੇਖਦਾ ਭੈਤੋ ਜਾ ਉਹਨੂੰ ਆਦਤ ਪਾਓ ਹੈ ਆਦਤ ਪਾਓ ਡਾਕਟਰ ਸਾਹਿਬ ਜੀ ਪਲੀਸ ਅੱਛਾ ਕੁਛ ਕਹਿਣ ਲੱਗੇ ਹਾਂ ਮੈਂ ਛੋਟੀ ਜਿਹੀ ਗੱਲ ਜਦ ਅਸੀਂ ਉਸ ਨੂੰ ਇਸ ਪਾਸੇ ਪਾਉਣੇ ਆ ਹੁਣ ਕਿਵੇਂ ਹੁੰਦਾ ਜੇ ਅਸੀਂ ਉਹ ਕਹ ਲਈਏ ਵੀ ਤੂੰ ਜਾਵੇ ਲਾਈਨ ਦੇਖ ਮੈਂ ਜਾਣਾ ਤੂੰ ਦੇਖ ਥੋੜਾ ਜਿਹਾ ਉਹਨੂੰ ਜਦ ਆਪਾਂ ਸਾਰੇ ਨਾ ਜਾਣਾ ਇੱਕ ਤੇ ਹੀ ਜੇ ਮੈਂ ਵੀ ਜਾਣ ਮੈਂ ਕੋ ਬੇਟਾ ਬੇਟੀਆਂ ਮੈਂ ਨਾ ਜਿਆਦਾ ਜਾਣਾ ਸੀ ਮੈਨੂੰ ਟਾਈਮ ਨਹੀਂ ਲੱਗ ਰਿਹਾ ਕੈਨ ਯੂ ਹੈਲਪ ਮੀ ਹੈ ਥੋੜਾ ਜਿਹਾ ਦੇਖਣ ਦੀ ਕੋਈ ਉਹ ਪਾਪਾ ਇਹ ਨਹੀਂ ਪਤਾ ਲੱਗਣਾ ਮੈਂ ਕਹਿੰਦਾ ਚਲ ਕੋਈ ਨਹੀਂ ਤੂੰ ਆਏ ਕਰੀ ਦੇਖ ਨਹੀਂ ਜੇ ਮੈਨੂੰ ਨਹੀਂ ਪਤਾ ਲੱਗੂ ਆਪਾਂ ਬਾਅਦ ਚ ਦੇਖ ਲਵਾਂਗੇ ਜੀ ਉਹਨੂੰ 언 ਕਰਜ ਕਰ ਨੂੰ ਕਿਉਂ ਨਹੀਂ ਪਤਾ ਲੱਗੂ ਫਿਰ ਤੂੰ ਕਾਦੀ ਪੜਾਈ ਕਰੀਆ ਹੈ ਉਹ ਤਾਂ ਸਭ ਜਨ ਕੰਪਿਊਟਰ ਤੇ ਲੱਗੇ ਰਿਆ ਹੈ ਆਈ ਨਹੀਂ ਕਣਾ ਇਹਦੇ ਨਾਲ ਜਦੋਂ ਦੇਖੇਗਾ ਜਦੋਂ ਤੁਹਾਡੇ ਘਰ ਦੀ ਕੰਮ ਦੀ ਉਹ ਤਾਂ ਸਰਚ ਕਰਦਾ ਰੋਜ਼ ਜੀ ਜਦੋਂ ਘਰ ਦੇ ਕੰਮ ਦੀ ਕੋਈ ਗੱਲ ਸਰਚ ਕਰਨਾ ਸਿੱਖੇਗਾ ਕੋਈ ਸਮਾਜ ਦੀ ਗੱਲ ਕਰਨਾ ਸਿੱਖੇਗਾ ਜਿਵੇਂ ਹੁਣ ਪੰਜਾਬ ਚੜ ਆਗੇ ਮਾਫ ਕਰਨਾ ਬੱਚੇ ਨੂੰ ਤੁਸੀਂ ਕਹੋ ਇਹ ਹੜਾ ਨਿਸਚ ਬੇਟਾ ਬੇਟੀ ਐਂ ਕਹ ਮੈਨੂੰ ਐ ਦੇਖ ਕੇ ਦੱਸ ਵੀ ਪਾਖਲਾ ਦੇ ਪਾਣੀ ਦੀ ਕਪੈਸਿਟੀ ਕਿੰਨੀ ਕ ਉਹ ਦੱਬੀ ਜੋ ਨਾਲ ਉਹਦਾ ਗੱਲ ਕਰ ਬਦੂ। ਸੋ ਉਹਨੂੰ ਕੋਈ ਉਹ ਜੀ ਛੋਟੀ ਜੀ ਸਮੱਸਿਆ ਦੱਸ ਦੋ। ਜੀ। ਗੀਚ ਉਹਨੂੰ ਆਦਤ ਪੈ ਜੇ ਵੀ ਹਾਂ ਮੈਂ ਸਮਾਜ ਨਾਲ ਕਨੈਕਟ ਹੋਣਾ ਹੈ। ਜੀ। ਸਮਾਜ ਨਾਲ ਜੁੜਨਾ ਬੀ ਉਹ ਜਿਹੜੇ ਹਰ ਚ ਕਿਰ ਗਏ ਉਹ ਤਾਂ ਵਿਚਾਨ ਦਾ ਬੜਾ ਬਗਾ ਹਾਲ ਹੋ। ਅੱਛਾ ਇਹ ਦੇਖੋ ਕਿ ਕੋਈ ਖਬਰ ਆਈ ਹੈ ਵੀ ਕਿੰਨਾਂ ਨੇ ਉਹਨਾਂ ਦੀ ਮਦਦ ਕਰੀਆ? ਮਦਦ ਕਰੀਆ। ਠੀਕ ਹੈ ਨਾ? ਜੇ ਉਹਨਾਂ ਨੇ ਆਪਦੇ ਆਪਣੇ ਕਿਵੇਂ ਵਿਚਾਇਆ? ਕਿਉਂਕਿ ਇੱਕ ਸਿਚੁਏਸ਼ਨ 'ਚ ਫਸ ਰਹੇ ਨੇ ਉਹ। ਜੀ। ਸੋ ਇਹ ਜੀ ਗੱਲਾਂ ਨਾਲ ਹੁਣ ਤੁਸੀਂ ਸਵਾਲ ਕਰੋ। ਮੈਂ ਸਿਰਫ ਲਾਸਟ ਦੇ ਵਿੱਚ ਇਹ ਜਾਨਣਾ ਚਾਹੁੰਦਾ ਸੀ ਡਾਕਟਰ ਸਾਹਿਬ ਕਿ ਜੇ ਅਸੀਂ ਬੱਚਿਆਂ ਦਾ ਏਜ ਫੈਕਟਰ ਜਿਹੜਾ ਤੁਸੀਂ 13 ਤੋਂ 18 ਸਾਲ ਦੱਸਿਆ ਕਿ ਇੱਥੋਂ ਸੋਚ ਹੁੰਦੀ ਹੈ ਇੱਥੇ ਤੱਕ ਲਿਆਉਣੀ ਹੈ ਉਹਦੇ ਵਿੱਚ ਬੱਚਾ ਥੋੜਾ ਜਿਹਾ ਨਹੀਂ ਹੁ ਲਿੱਥਦਾ ਵੀ ਹੈ ਲੀ ਤੇ ਆ ਵੀ ਸਕਦਾ ਜੇ ਲਿੱਥ ਵੀ ਜਾਵੇ ਤਾਂ ਵੀ ਲਿਆਂਦਾ ਜਾ ਸਕਦਾ ਕਿ ਜੇ ਮਾਪੇ ਉਸ ਸਮੇਂ 'ਚ ਧਿਆਨ ਦੇ ਦੇਣ ਬੱਚੇ ਨੇ ਆਖਰਕਾਰ ਕੰਮ ਕਰਦੇ ਸਿਲਸਿਲੇ ਦੇ ਵਿੱਚ ਘਰੋਂ ਬਾਹਰ ਜਾਣਾ ਚਾਹੀਏ ਵਿਦੇਸ਼ ਜਾਵੇ ਚਾਹੇ ਸੂਬੇ ਹੋਰ 'ਚ ਜਾਵੇ ਅਸੀਂ ਉਹਨਾਂ ਨੂੰ ਪਹਿਲੇ ਭਲੇ-bure ਦੀ ਪਛਾਣ ਕਰਨ ਦੇ ਲਈ ਜਾਂ ਪਹਿਲੇ ਉਥੋਂ ਦੇ ਵਾਤਾਵਰਣ ਦੇ ਨਾਲ ਥੋੜਾ ਜਿਹਾ ਫੈਮਿਲੀਅਰ ਕਰਕੇ ਭੇਜੀਏ ਤਾਂ ਫਿਰ ਜਿਹੜੀਆਂ ਆ ਖਬਰਾਂ ਸਾਡੇ ਤੱਕ ਆਉਂਦੀਆਂ ਕੇ ਬੱਚੇ ਤਣਾਅ ਦੇ ਸ਼ਿਕਾਰ ਹੋ ਗਏ ਬੱਚੇ ਡਿਪਰੈਸ਼ਨ ਜਾਣ ਲੱਗ ਪਏ ਬੱਚੇ ਸ਼ੋਸ਼ਣ ਦਾ ਸ਼ਿਕਾਰ ਹੋ ਗਏ ਬੱਚਿਆਂ ਨੂੰ ਕਿਸੇ ਗੈਂਗ ਨੇ ਆਪਣੇ ਚ ਫਸਾ ਲਿਆ ਬੱਚੇ ਨਸ਼ਾ ਕਰਨ ਲੱਗ ਪਏ ਸ਼ਾਇਦ ਉਹਨਾਂ ਖਬਰਾਂ ਦੇ ਵਿੱਚ ਘਾਟ ਆ ਸਕਦੀ ਹੈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇਹਦੇ ਦੋ ਤਿੰਨ ਧਾਰਨਾ ਦੇ ਦੇਣਾ ਜੀ ਮੈਂ ਜਦ ਮੈਡੀਕਲ ਕਾਲ ਚ ਆਇਆ ਫਿਰ ਤਾਂ ਪਿੰਡ 'ਚ ਪੜ੍ਹੇ ਸੀ ਤਪੜ ਸਕੂਲ 'ਚ ਉਹ ਮੈਡੀਕਲ ਕਾਲ ਚ ਆਏ ਤਾਂ ਮੇਰੇ ਬ੍ਰਦਰ ਮੈਨੂੰ ਕਹਿਣ ਲੱਗੇ ਕਾਕਾ ਅਜੇ ਆਉਣਾ ਸੀ ਜਾਣਾ ਕਿਸੇ ਨਵੇਂ ਸ਼ਹਿਰ ਚ ਜਾਓ ਜੀ ਜਾਣ ਸਾਰ ਪਹਿਲਾਂ ਦੋ ਗੱਲਾਂ ਕਰ ਲਈਆਂ ਹੁੰਦੀਆਂ ਨੇ ਇੱਕ ਤਾਂ ਰਾਤ ਦਾ ਠਿਕਾਣਾ ਹੜਾ ਵੜੀਦਾ ਜਾਂਦੇ ਹਾਂ ਜਾਂਦੇ ਪਹਿਲਾਂ ਠਿਕਾਣਾ ਪੱਕਾ ਕਰ ਲਓ ਜੀ ਦੂਜਾ ਰੋਟੀ ਕਿੱਥੇ ਖਾਣੀ ਹੈ ਇਹ ਦੋ ਗੱਲਾਂ ਦਾ ਪਤਾ ਕਰ ਲਓ ਫਿਰ ਜਿੱਥੇ ਮਰਜ਼ੀ ਕਰੀ ਜਾਓ ਆਪਣੇ ਕੰਮ ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਜਾ ਕੇ ਮੈਂ ਆ ਕਰ ਲੈਣਾ ਉਹਦਾ ਟਾਈਮ ਦੇਖ ਲਓ ਜੀ ਇਹ ਵੀ ਸਾਨੂੰ ਬੜਾ ਕੰਮ ਆਈ ਗੱਲ ਹੂੰ ਹੂੰ ਤੇ ਇੱਕ ਵਾਰੀ ਅਸੀਂ ਇਹ ਗੱਲਤੀ ਕੀਤੀ ਅਸੀਂ ਸਾਰਾ ਪਰਿਵਾਰ ਚਲੇ ਗਏ ਸ਼ਿਮਲੇ ਉਹ ਉੱਥੇ ਰਹਿਣ ਦਾ ਠਿਕਾਣਾ ਲੈਂਦਿਆ ਨਾ ਜੀ 1986 ਦੇ ਵਿੱਚ ਅਕ 85 ਚ ਸਾਨੂੰ ਇੱਕ ਕਮਰੇ ਜਿੱਥੇ ਇੱਕ ਪਾਣੀ ਦੀ ਬਾਲਟੀ ਮਿਲਣੀ ਸੀ ਜੀ ਤੇ 400 ਰੁਪਏ ਦੇਣਾ ਪਿਆ ਜਦ ਕੋ 40 ਰੁਪਏ ਦਾ ਕੰਮ 40 ਰੁਪਏ ਦਾ ਕੰਮ ਚੁੱਕ ਦੇਣਾ ਲੱਦਿਆ ਨਹੀਂ ਸੋ ਮੈਂ ਤਾਂ ਕਹਿਣਾ ਵੀ ਇਹ ਦੋ ਤਿੰਨ ਗੱਲਾਂ ਬੱਚਿਆਂ ਨੂੰ ਵੀ ਭਾਈ ਆ ਕਰ ਸਕਦਾ ਇੱਥੇ ਤੈ ਹੀ ਸਿੱਖਿਆ ਜੀ ਦੂਜਾ ਮੈਂ ਦੇਖਿਆ ਜਿਹੜਾ ਗਲਤੀ ਕਰਦਾ ਬੱਚਾ ਕਿਵੇਂ ਉਹ ਫਸਦਾ ਹੈ ਜਿਹੜਾ ਤੁਸੀਂ ਚੰਗਲ ਚ ਫਸਣ ਦੀ ਗੱਲ ਕਰਦੇ ਹੋ ਜੀ ਮੈਂ ਜੀ ਪਟਿਆਲੇ ਪੜਦਾ ਸੀ ਕਿ ਬਾਹਰ ਰੰਦਾ ਸੀ ਹਸਪਤਲ ਚਿੰਨ੍ਹਦਾ ਸੀ ਮੈਂ ਸਾਈਕਮ ਤੇ ਜਾ ਰਿਹਾ ਸੀ ਉਥੇ ਬੰਦੇ ਖੜੇ ਨੇ ਉਹ 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 ਨਾਲੇ ਕੋਲ ਕਰਕੇ ਉਹਨੇ ਉਹ ਬੱਤੀ ਜੀ ਬਣਾਈ ہوئی ਉਹ ਚੋ ਪੈਨਸਲ ਵੀ ਪਾਈ ਜਾਣਾ ਉਹ ਮੈਨੂੰ ਇਹੋ ਜਿਹਾ ਕਨਫਿਊਜ਼ ਕਰਕੇ ਉਹਨਾਂ ਨੇ ਜੀ ਮੇਰਾ ਤੂੰ ਵੀ ਪਾ ਕੇ ਦੇਖ ਅੱਛਾ ਇੱਕ ਦੋ ਵਾਲੀ ਉੱਧੇ ਪਈ ਗਈ ਇੱਕ ਵਾਲੀ ਫਿਰ ਮੇਰੀ ਜੇਬ 'ਚ 10 ਰੁਪਏ ਸੀ ਉਹਨਾਂ ਨੇ ਉਹ 10 ਰੁਪਏ ਉਹ ਤੋਂ 10 ਰੁਪਏ ਦੀ ਬਹੁਤ ਲੱਗਦੀ ਸੀ ਅੱਛਾ ਲੈ ਗਏ ਉਹ 10 ਰੁਪਏ ਲੈ ਗਏ ਮੈਂ ਜਾ ਕੇ ਮੇਰੇ ਬ੍ਰਦਰਨ ਬੱਸਿਆ ਵੀ ਇਨਾ 10 ਰੁਪਏ ਚਲੇ ਗਏ ਕੋਣ ਕੋਈ ਕਰਲੀ ਆਪਣ ਸਿੱਖਿਆ ਤਾਂ ਮਿਲ ਗਈ ਨਾ ਇਹ ਜਿਆ ਕੋਲ ਖੜੀ ਤਾਂ ਨਹੀਂ ਮਤਲਬ ਉਹਨੇ ਇਹ ਕਹਿੰਦੀ ਬਈ ਕੱਕਾ ਤੂੰ ਚਾਹ ਨਹੀਂ ਕਰ ਕਹਿੰਦੇ ਕੋਈ ਨਹੀਂ 10 ਰੁਪਏ ਸਿੱਖਿਆ ਮਿਲ ਗਈ ਹੈ ਲੋਕ ਗੁਣ ਵੇਚਦੇ ਹੁੰਦੇ ਉਹ ਵੀ ਮੈਨੂੰ ਇੱਕ ਕਿਤਾਬ ਫੜਾਤੀ ਸੱਚੀ ਮੁੱਚੀ ਉਹ ਕਿਤਾਬ ਦੇ ਵਿੱਚ ਲਿਖਿਆ ਹੋਇਆ ਵੀ ਕੋਈ ਬੰਦਾ ਗੱਲਾਂ ਵੇਚਦਾ ਸੀ ਵੀ ਆਨੇ ਆਨੇ ਦੀ ਗੱਲਾਂ ਲੈ ਲਓ ਤੂੰ ਖਰੀਦੋ ਸੋ ਤਾਂ ਮੈਂ ਕਹਿਣਾ ਵੀ ਇਹ ਠੀਕ ਹੈ ਤੁਸੀਂ ਵੀ ਬੱਚਿਆਂ ਨੂੰ ਅਸੀਂ ਅਕੈਡਮਟਾਈਜ਼ ਕਰਨਾ ਹੈ ਇਹਨੂੰ ਅਕੈਡਮਟਾਈਜ਼ੇਸ਼ਨ ਕਹਿੰਦੇ ਆ ਅਸੀਂ ਉਹਨੂੰ ਮਤਲਬ ਢਾਲਣਾ ਹੁੰਦੇ ਨਾਲ ਤੇ ਹਰ ਇੱਕ ਚੀਜ਼ ਨੂੰ ਢਾਲਣਾ ਪੈਂਦਾ ਜੀ ਆਪੇ ਤਾਂ ਸਭ ਕੁਝ ਨਹੀਂ ਹੋ ਜਾਂਦਾ ਤੁਸੀਂ ਠੀਕ ਤਰੀਕੇ ਨਾਲ ਢਾੜੋਂਗੇ ਤਾਂ ਸਖਤ ਬਾਸ ਨੂੰ ਉਹ ਗਰਮ ਕਰ ਕਰਕੇ ਉਹਨੂੰ ਲਚਕਦਾਰ ਬਣਾ ਦਿੰਦੇ ਨੇ ਲੋਹਾ ਲੋਹੇ ਨੂੰ ਢਾਲ ਕੇ ਐ ਤਰ ਤਰਲਾ ਬਣਾ ਦਿੰਦੇ ਨੇ ਪਰ ਇੱਕ ਲਚਕਦਾਰ ਨਹੀਂ ਨਾ ਬੰਦਾ ਉਤਲ ਸੋ ਇਸੇ ਕਰਕੇ ਤੁਸੀਂ ਜਦ ਵੀ ਕਿਸੇ ਚੀਜ਼ ਨੂੰ ਢਾਲਨਾ ਹੈ ਫਿਰ ਉਹਦੀ ਨਵੀਂ ਸ਼ੇਪ ਬਣਾਉਣੀ ਆ ਰੋਜ਼ ਹੀ ਬਣਾਉਨੇ ਆਪਾਂ ਇਹ ਹੀ ਬੰਦਿਆਂ ਚ ਸੋ ਇਸ ਕਰਕੇ ਉਹ ਜਿਹੜਾ ਤੁਸੀਂ ਇੱਥੋਂ ਤੋਂ ਇੱਥੇ ਦਾ ਸਫਰ ਕਿ ਹੈ ਉਹਦੇ ਚ ਸਾਰਾ ਕੁਝ ਸ਼ਾਮਲ ਹੈ ਉਹਦੇ ਚ ਅੱਗੇ ਤਾਂ ਲੋਕ ਰਿਸ਼ਤੇਦਾਰੀਆਂ ਜਾ ਰਹੇ ਸੀ ਹੁਣ ਉੱਥੇ ਵੀ ਨਹੀਂ ਜਾਂਦੇ ਸੋ ਇਸ ਕਰਕੇ ਉਹਨੂੰ ਬਾਹਰ ਜਾਣਾ ਜ਼ਰੂਰੀ ਬਲਕਿ ਮੈਂ ਚਾਹੀ ਵੀ ਕਹੂੰਗਾ ਵੀ ਜਿਹੜੇ ਮਾਪਿਆਂ ਨੂੰ ਇਹ ਪਤਾ ਹੀ ਹੈ ਚਲ ਬੱਚੇ ਨੂੰ ਚਾਹੇ ਬਾਹਰ ਵੀ ਜਾਣਾ ਹੈ ਨਹੀਂ ਨਹੀਂ ਇਹ ਇਮਤਿਹਾਨ ਨੇ ਹੁਣ ਨਹੀਂ ਇਹ ਜਾ ਸਕਦਾ ਜੇ ਕੋਈ ਮਾਮੇ ਮਾਸੀਆ ਚਾਚੇ ਤਾਏ ਭੂਗਾ ਕੋਲ ਜਾਣਾ ਚਾਹੁੰਦਾ ਹੈ ਨਾ ਜਾਂ ਉਹ ਬਣਾਉਣ ਨੂੰ ਤਿਆਰ ਨਹੀਂ ਉਹਨੂੰ ਪੇਜਾ ਕਰੋ ਛੁੱਟੀਆਂ ਕੇ 2-4 ਦਿਨ ਉੱਥੇ ਜਾ ਕੇ ਕੁਝ ਸਿੱਖ ਕੇ ਆਏਗਾ ਉਹਦਾ ਨੈਗੇਟਿਵ ਨਹੀਂ ਹੋਣਾ ਕਿਉਂਕਿ ਉਹਨੂੰ ਪਤਾ ਲੱਗ ਵੀ ਇੱਥੇ ਮੈਂ ਕਿਹੋ ਜਿਹਾ ਰਹਿਣਾ ਜਾ ਕੇ ਸ਼ਿਕਾਇਤ ਕਰੂਗਾ ਵੀ ਉਸੇ ਤੇ ਮੇਰਾ ਨਾਂਇਆ ਹੋਇਆ ਫਲਾਣਾ ਹੋਇਆ ਆਪਾਂ ਵੱਡੇ ਵੀ ਕਰਦੇ ਆ ਕਈ ਵਾਰ ਹੋਰ ਨਹੀਂ ਕੁਛ ਤਾਂ ਨਵੇਂ ਬਿਸਤਰੇ ਤੇ ਸੌਣਾ ਹੀ ਆ ਜੂ ਹਾਂ ਫੇਰ ਇਹ ਕਹਿੰਦਾ ਮੈਨੂੰ ਹੋਰ ਕਿਤੇ ਨੀਂਦ ਨਹੀਂ ਆਉਂਦੀ ਸੋ ਇਸ ਕਰਕੇ ਮੇਰਾ ਜਿਹੜਾ ਇਹ ਸਮਝ ਆਏ ਮੋਤੀ ਜੀ ਜੀ ਇਹ ਡਾਕਟਰੀ ਸਮਝ ਚੁੱਕਾ ਹੈ ਬਿਲਕੁਲ ਠੀਕ ਹੈ ਇੱਕ ਕਿ ਉਹਦਾ ਮਾਨਸਿਕ ਵਿਕਾਸ ਰੋਕਣਾ ਨਹੀਂ ਠੀਕ ਹੈ ਜੇ ਤੁਸੀਂ ਉਹਦੇ ਤੇ ਬੰਦਸ਼ਾ ਲਾਓਗੇ ਤਾਂ ਉਹਦਾ ਮਾਨਸਿਕ ਵਿਕਾਸ ਰੁਕੇਗਾ ਜੀ ਕਿੰਨ ਨੂੰ ਲੱਗਦਾ ਵੀ ਮਾਨਸਿਕ ਵਿਕਾਸ ਹੀ ਰੁਕਦਾ ਹੈ ਕਿਉਂਕਿ ਜਿੰਨੇ ਸਾਈਕੋਲੋਜਿਸਟ ਨੇ ਉਹ ਨਰੋਲਜੀ ਨਹੀਂ ਜਾਂਦੇ ਜੀ ਉਹ ਸਾਈਕੋਲੋਜੀ ਦੀ ਗੱਲ ਕਰਦੇ ਨੇ ਉਹਦੀ ਨਰੋਲਜੀ ਵਿਗੜਦੀ ਆ ਕਿਉਂਕਿ ਜਦ ਇੱਥੋਂ ਤੋਂ ਇੱਥੇ ਆਉਣਾ ਹੈ ਐ ਨਹੀਂ ਵੀ ਇਹ ਕਮਰਾ ਬਣਿਆ ਬਣਾਇਆ ਤੇ ਆਏ ਇੱਥੋਂ ਚੱਲ ਕੇ ਇਹਦੇ ਚਾਕੇ ਬਹਿ ਜਾਣਾ ਇਹ ਵੀ ਉਦੋਂ ਵਿਕਸਿਤ ਹੋ ਰਿਹਾ ਹੈ ਜੀ ਇਹਨੇ ਉਸ ਨੂੰ ਰਿਸੀਵ ਕਰਨ ਵਾਸਤੇ ਤਿਆਰ ਹੋਣਾ ਹੈ ਤਿਆਰ ਹੋਣਾ ਸੋ ਉਹ ਵੀਰ ਲੱਗਣਾ ਹੀ ਲੱਗਣਾ ਹੈ ਲੱਗਣਾ ਹੀ ਲੱਗਣਾ ਸੋ ਇਹ ਜਿਆਦਾ ਜੇ ਆਪਾਂ ਇੱਥੇ ਉਹਨੂੰ ਰੋਕਤਾ ਕਿ ਫਿਰ ਆ ਵੀ ਨਹੀਂ ਚੱਲ ਹਾਂ ਵੀ ਨਹੀਂ ਚੱਲ ਹੁਣ ਸਾਰਾ ਕੁਝ ਵੱਡਾ ਹੋ ਕੇ 25 ਸਾਲ ਦਾ ਵੀ ਹੋਈ ਕੁਝ ਕਰੇਗਾ ਬਿਲਕੁਲ ਠੀਕ ਸੋ ਇਸ ਕਰਕੇ ਆਪਾਂ ਨੇ ਜਿਹੜੇ ਇਹ ਟੀਨੇਜਰ ਨੇ ਜਿਨ੍ਹਾਂ ਨੂੰ ਆਪਾਂ ਨੇ ਬਾਹਰ ਤੇਜਣਾ ਆਪਾਂ ਇਹ ਗੱਲ ਨੂੰ ਖਤਮ ਕਰਦੇ ਹੋਏ ਦੋ ਤਿੰਨ ਚਾਰ ਗੱਲਾਂ 1 2 3 4 ਜਿਹੀ ਕਹੀਏ ਜੀ ਪਹਿਲੀ ਗੱਲ ਵੀ ਬੱਚਿਆਂ ਨੂੰ ਇੰਡੀਪੈਂਡੈਂਟ ਕੁਝ ਕਰਨਾ ਸਿਖਾਓ ਠੀਕ ਆਪ ਤਾਂ ਕਿਨਾਂ ਨਹੀਂ ਸਿਖਾਉਣਾ ਸਿਚੁਏਸ਼ਨ ਇਹੀ ਪੈਦਾ ਕਰੋ ਜੀਨੇ ਵਿੱਚ ਉਹਨੂੰ ਕਰਨਾ ਪਵੇ ਚਾਹੇ ਉਹ ਬਸ ਚੱਲਣਾ ਹੈ ਚਾਹੇ ਉਹ ਬਾਹਰ ਜਾਣਾ ਹੈ ਚਾਹੇ ਹੋਟਲ ਬੁੱਕ ਕਰਾਣਾ ਹੈ ਚਾਹੇ ਕਿਤਾਬ ਖਰੀਦਣੀ ਹੈ ਚਾਹੇ ਕੋਈ ਖਡਾਉਣਾ ਖਰੀਦਣਾ ਹੈ ਚਾਹੇ ਘਰ ਵਾਸਤੇ ਸਬਜ਼ੀ ਜਾਂ ਦੁੱਧ ਖਰੀਦ ਕੇ ਲਿਆਉਣਾ ਹੈ ਚਾਹੇ ਕੋਈ ਕਿਰਾਏ ਤੇ ਮਕਾਨ ਰੱਬਣਾ ਹੈ ਜੋ ਵੀ ਕਰਨਾ ਹੈ ਉਹ ਕਰਨਾ ਸਿੱਖਿਆ ਆਪੇ ਠੀਕ ਹੈ ਉਹਦੇ 'ਚ ਉਹ ਗਲਤੀਆਂ ਕਰ ਲੈ ਕੋਈ ਗੱਲ ਨਹੀਂ ਉਹਦੇ 'ਚ ਬਹੁਤਾ ਜ਼ਿਆਦਾ ਉਹਦੇ ਕਚੀਰਾ ਨਾ ਕਰੋ ਅਸੀਂ ਪੰਜਾਬੀ ਜਣ ਨੂੰ ਕਚੀਰਾ ਕਹਿੰਦੇ ਆ ਬਈ ਕ੍ਰਿਟਿਸਿਜ਼ਮ ਵੀ ਉਹਨੂੰ ਕਹਿੰਦੇ ਆ ਇੱਕ ਪਾਈ ਵੀ ਗੱਲ ਦੂਜੀ ਗੱਲ ਉਸ ਦੇ ਉੱਤੇ ਹੀ ਚੱਲਦਾ ਧਿਆਨ ਰੱਖੋ ਜੀ ਉਹਦਾ ਵਰਤਾਓ ਹੈ ਜਿਹੜਾ ਥੋੜਾ ਜਿਹਾ ਤਾਂ ਆਮ ਬੰਦਿਆਂ ਨਾਲੋਂ ਵੱਖਰਾ ਹੋਏਗਾ ਜੀ ਸਾਡੇ ਵੱਡਿਆਂ ਨਾਲੋਂ ਤਾਂ ਨੌਜਾਨਾਂ ਨਾਲੋਂ ਵੱਖਰਾ ਹੋਏਗਾ ਉਨੇ ਤੇ ਉਹਨੂੰ ਟੋਕਣਾ ਨਹੀਂ ਠੀਕ ਹੈ ਜੇ ਉਹ ਵਖਰੇ ਤੋਂ ਵੱਧ ਇੱਕ ਪਾਸੇ ਨੂੰ ਜਾਂ ਇਧਰ ਨੂੰ ਜਾਂ ਇਧਰ ਨੂੰ ਜਾਦਾ ਜਾਂਦਾ ਲੋੜੋਂ ਵੱਧੋਲਾ ਲੋੜੋਂ ਵੱਧੋ ਲਾਰ ਹੁੰਦਾ ਹੈ ਜੀ ਤਾਂ ਉਹਨੂੰ ਉਸੇ ਵਕਤ ਆਪਾਂ ਰੋਕਣਾ ਹੈ ਰੋਕਣ ਵਾਸਤੇ ਇਹ ਕਹਿਣਾ ਨਹੀਂ ਵੀ ਰੋਕ ਰਿਹਾ ਉਹਦੇ ਵਿੱਚ ਵੀ ਇੱਕ ਸਚਿਤਿਤੀ ਐਸੀ ਪੈਦਾ ਕਰਨੀ ਹੈ ਜੇ ਇਕੱਲਾ ਰਹਿਣ ਲੱਗਾ ਜਿਵੇਂ ਆਪਾਂ ਗੱਲ ਕਰੀਏ ਉਦਾਂ ਜੇ ਜਿਆਦਾ ਅਗਰੈਸਿਵ ਹੋਣ ਲੱਗਾ ਤਾਂ ਉਦਾਂ ਉਹ ਜੋ ਬੈਠ ਕੇ ਰੋਟੀ ਵੇਲੇ ਬੈਠ ਕੇ ਗੱਲਬਾਤ ਹੀ ਕਰੀ ਗਾਇ ਉਹਦੇ ਇੰਟਰਸਟ ਦੀ ਗੱਲ ਕਰ ਲਈ ਹੌਲੀ ਹੌਲੀ ਉਹ ਤੁਹਾਨੂੰ ਯਾਨੀ ਕਿ ਉਹਨੂੰ ਸ਼ਾਮਲ ਕਰਨਾ ਹੈ ਜੀ ਘਰ ਦੇ ਕੰਮਾਂ 'ਚ ਘਰ ਦੀ ਗੱਲਬਾਤ ਇਹ ਦੂਜਾ ਤੀਜਾ ਤੀਜੋਂ ਨੂੰ ਅਗਾ ਕਰਨ ਹਮਮ ਅਗਾ ਕਰਨ ਵੇਲੇ ਵੀ ਐ ਨਹੀਂ ਕਹਿੰਦਾ ਵੀ ਦੇਖ ਉੱਥੇ ਐ ਹੋ ਜਾਂਦਾ ਤੂੰ ਐ ਨਾ ਸੀ ਤੂੰ ਫਲਾਣਾ ਬੰਗਲੌਰ ਚ ਐ ਹੁੰਦਾ ਤੂੰ ਐ ਨਾ ਦਿੱਕੀ ਜਾਂ ਤਾਂ ਉਹਨੂੰ ਕਹਾਣੀਆਂ ਸੁਣਾਈਏ ਜਾਂ ਉਹਨੂੰ ਕੋਈ ਹੋਈਆਂ ਕਿਤਾਬਾਂ ਦੇਈਏ ਬਲਕਿ ਮੈਂ ਤਾਂ ਕਹਾਂਗਾ ਕਹਾਣੀਆਂ ਵੀ ਸੁਣਾਈਏ ਲਿਟਰੇਚਰ ਵੀ ਦੇਈਏ ਤੇ ਉਹਦਾ ਜੀਓਗ੍ਰਾਫੀਕਲ ਮੈਪ ਵਗੈਰਾ ਵੀ ਦੇਈਏ ਉੱਥੋਂ ਦਾ ਕਲਚਰ ਦੇ ਬਾਰੇ ਹਿਸਟਰੀ ਵਾਲੇ ਕੁਝ ਨਾ ਕੁਝ ਲੈਂਗੁਏਜ ਬਾਰੇ ਜੇ ਘਰ ਚ ਉਹ ਨਹੀਂ ਹੱਕ ਕਿਤਾਬਾਂ ਲਾਇਆ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਇਹਨੂੰ ਜਦੋਂ ਉੱਥੇ ਜਾਣਾ ਪੈਣਾ ਇਹਨੂੰ ਪਤਾ ਲੱਗ ਜੀ ਸੋ ਉਹ ਦੂਜੀ ਗੱਲ ਹੈ ਫਿਰ ਉਹਦੇ ਕਦੇ ਕਦੇ ਚਰਚਾ ਕਰੋ ਅੱਜ ਕੰ ਤਾਂ ਜਿਹੜੇ ਮਾਪਿਆਂ ਨੇ ਬਾਹਰ ਭੇਜਣਾ ਈਵਨ ਪਿੰਨਾ ਵਾਲਿਆਂ ਨੂੰ ਇਹ ਕਈ ਵਾਰ अवेलेबल ਹੁੰਦਾ ਜਿਵੇਂ ਹੁਣ ਜੇ ਬੰਦੇ ਨੇ ਬੰਗਲੌਰ ਜਾਣਾ ਹੈ ਤਾਂ ਉੱਧਰ ਇਡਲੀ ਦੋਸਾ ਵਗੈਰਾ ਹੀ ਮਿਲਦੇ ਨੇ ਜ਼ਿਆਦਾ ਇੱਥੇ ਇਡਲੀ ਦੋਸਾ ਦੋ ਚਾਰ ਵਾਰੀ ਖਲਾ ਕੇ ਦਿਖਾ ਦੋ ਵੀ ਪਾਈ ਆ ਜਾਂਦਾ ਉੱਥੇ ਸੂਤਿਆ ਹੋ ਜਾਊਗਾ ਸੂਤਿਆ ਹੋਈ ਸੋ ਉਹਨੂੰ ਐਕਲਮਟਾਈਜ਼ ਕਰਨਾ ਹੈ ਜੀ ਇਸ ਤੋਂ ਅੱਗੇ ਉੱਥੋਂ ਦਾ ਵੀ ਰਾਗ ਰੰਗ ਕਿਹੋ ਜਿਹੇ ਨੇ ਮਨੋਰੰਜਨ ਹਰ ਬੰਦੇ ਨੂੰ ਚਾਹੀਦਾ ਹੈ ਵੀ ਉੱਥੇ ਕਿਹੋ ਜਿਹਾ ਮਨੋਰੰਜਨ ਆਪਣੇ ਉਹਨੂੰ ਉਸ ਮਨੋਰੰਜਨ ਨਾਲ ਥੋੜਾ ਵਾਸਤਾ ਕਰ ਦੋ ਉਹ ਚੋਣਨਾ ਸਿੱਖ ਜੀ ਵੀ ਮੈਂ ਆਹ ਕਰਾਂਗਾ ਆਹ ਨਹੀਂ ਕਰਾਂਗਾ ਉੱਥੋਂ ਦੇ ਭੋਜਨ ਨਾਲ ਉੱਥੋਂ ਦੇ ਕੱਪੜਿਆਂ ਨਾਲ ਉੱਥੋਂ ਦੇ ਮਨੋਰੰਜਨ ਨਾਲ ਉੱਥੋਂ ਦੇ ਵਿੱਚ ਰਹਿਣ ਦੀਆਂ ਜਗਾਵਾਂ ਨਾਲ ਵੀ ਕਿਹੜੀ ਕਿਹੜੀ ਸਥਾਨ ਹੈ ਜਿਹੜਾ ਲੋਕਾਂ ਦੀ ਸੇਵਾ ਕਰਦਾ ਕਿਹੜਾ ਕਿਹੜਾ ਜਿਹਨੂੰ ਕਿਰਾਏ ਤੇ ਮਿਲ ਸਕਦਾ ਕਿਹਦੇ 'ਚ ਕਿੰਨਾ ਕੁ ਘੱਟ ਪੈਸੇ ਨਾਲ ਛੱਡ ਸਕਦਾ ਕਿੰਨਾ ਕੁ ਯਾਨੀ ਕਿ ਜੀਬ ਚਾਦਰ ਦੇਖ ਕੇ ਪੈਰ ਪਸਾਰਨੇ ਜਦ ਆਪਾਂ ਉਹਨੂੰ ਇਹ ਦਿਖਦਾ ਛੇ ਦਾਸਤ ਗੱਲ ਉਹਨੂੰ ਹੌਲੀ ਹੌਲੀ ਸਮਝਾਉਣਾ ਹੈ ਵੀ ਭਾਈ ਆਪ ਦਾ ਸਿਰ ਆਪ ਹੀ ਗੁੰਦਰਾ ਪਹਿਣਾ ਬਿਲਕੁਲ ਠੀਕ ਹੈ ਸੋ ਇਹ ਜਿਹੜਾ ਹੈਗਾ ਤੇ ਉਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਇਹ ਗੱਲ ਉਹਦੇ 'ਚ ਪੈਦਾ ਕਰ ਦੋ ਮਨ ਤੂੰ ਜੋ ਤਸਰੂਪ ਹੈ ਆਪਣਾ ਮੂੜ ਪਛਾਨ ਬਿਲਕੁਲ ਆਪਣੇ ਆਪ ਨੂੰ ਉਹ ਬੱਚੇ ਨੂੰ ਪਛਾਣ ਕਰਨ ਲਾ ਦੋ ਫਿਰ ਜਿਹੜੇ ਆ ਇਕਾ ਦੁੱਕਾ ਘਟਨਾ ਵੀ ਹੋ ਰਹੀਆਂ ਨੇ ਇਹ ਵੀ ਆਲਮੋਸਟ ਬੰਦ ਹੋ ਜਾਂਦੀਆਂ ਹੋ ਜਾਂਦੀਆਂ ਹੋ ਜਾਂਦੀਆਂ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸ਼ੁਕਰੀਆ ਸੋ ਡਾਕਟਰ ਪਿਆਰੇ لال ਗਰਗ ਸਾਹਿਬ ਦੇ ਨਾਲ ਬੜੇ ਵਿਸਾਰ ਦੇ ਵਿੱਚ ਗੱਲਾਂ ਹੋਈਆਂ ਮੈਂ ਤਾਂ ਬਹੁਤ ਕੁਝ ਅੱਜ ਸਿੱਖਿਆ ਇਸੇ ਕਰਕੇ ਮੈਂ ਬਹੁਤੀਆਂ ਚੀਜ਼ਾਂ ਜਿਹੜੀਆਂ ਉਹ ਸੁਣੀਆਂ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਜੇ ਆਪਾਂ ਬ੍ਰੇਕ ਲਾਉਨੇ ਆ ਤਾਂ ਫਿਰ ਉਹ ਟੁੱਟ ਜਾਂਦਾ ਉਹਨਾਂ ਦਾ ਜਿਹੜਾ ਲਗਾਤਾਰਤਾ ਰابطਾ ਨਿਰੰਤਰਤਾ ਜਿਹੜੀ ਹੈ ਉਹਦੇ ਵਿੱਚੋਂ ਕਈਰ ਖਤਮ ਹੋ ਜਾਂ ਕੇਵਲ ਪ੍ਰਵਾਸ ਦੇ ਨਾਲ ਸੰਬੰਧ ਨਹੀਂ ਰੱਖਦਾ ਜੇ ਪ੍ਰਵਾਸ ਕਰ ਰਿਹਾ ਜਿਹੜੇ ਬੱਚੇ ਉਹਨਾਂ ਦੇ ਮਾਪੇ ਉਹ ਬੱਚੇ ਦੋਨੇ ਹੀ ਧਿਆਨ ਦੇਣ ਜਿਹੜੇ ਇੱਥੇ ਵੀ ਕਿਉਂਕਿ ਹੁਣ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜਿਹੜਾ ਬੱਚਾ ਪੈਦਾ ਹੋ ਗਿਆ ਜੇ ਉਹ ਵਿਦੇਸ਼ ਨਹੀਂ ਵੀ ਜਾਂਦਾ ਉਹ ਰੋਜ਼ਗਾਰ ਦੇ ਲਈ ਹੁਣ ਘਰ ਛੱਡਦਾ ਹੀ ਆ ਉਹ ਪੜ੍ਹਾਈ ਦੇ ਲਈ ਘਰ ਛੱਡਦਾ ਹੀ ਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਆਪ ਦੀ ਟਿੱਪਣੀ ਵੀ ਦੇ ਸਕਦੇ ਹੋ ਕੋਈ ਤੁਹਾਡਾ ਸਵਾਲ ਹੋਵੇ ਤੁਸੀਂ ਉਹ ਵੀ ਸਹੀ ਚੰਗੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਉਹ ਆਪਣਾ ਸਵਾਲ ਵੀ ਕਰ ਸਕਦੇ ਹੋ ਤੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਥੋੜੇ ਜਿਹਾ ਛੋਟੇ ਬੱਚਿਆਂ ਦੀ ਗੱਲ ਕਰਾਂਗੇ ਕਿਉਂਕਿ ਡਾਕਟਰ ਸਾਹਿਬ ਬੱਚਿਆਂ ਦੇ ਨਾਲ ਸੰਬੰਧਿਤ ਹੀ ਡਾਕਟਰੀ ਪੇਸ਼ੇ ਦੇ ਵਿੱਚ ਰਹੇ ਨੇ ਸਰਜਨ ਰਹੇ ਨੇ ਬੱਚੇ ਜ਼ਿੱਦ ਕਿਉਂ ਕਰਦੇ ਆ ਕਈ ਵਾਰੀ ਬੱਚੇ ਮੋਹਰੇੋਂ ਤੁਹਾਨੂੰ ਮਾਰਨ ਲੱਗ ਪੈਂਦੇ ਕੋਈ ਚੀਜ਼ ਚੱਕ ਕੇ ਬੱਚੇ ਬਹੁਤ ਜ਼ਿਆਦਾ ਹੀ ਜ਼ਿੱਦ ਕਰਦੇ ਇੱਕ ਵਾਰੀ ਸਿਰ ਜਿਹੜਾ ਕੰਧ 'ਚ ਮਾਰਨ ਲੱਗ ਪੈਂਦੇ ਜੇ ਤੁਹਾਡੀ ਗੱਲ ਜਿਹੜੀ ਉਹਨਾਂ ਨੂੰ ਨਾ ਚੰਗੀ ਲੱਗੇ ਜਾਂ ਤੁਸੀਂ ਉਹਨਾਂ ਦੀ ਗੱਲ ਨਾ ਮੰਨੋ ਇਹ ਛੋਟੇ ਛੋਟੇ ਆ ਚੀਜ਼ਾਂ ਘਰਾਂ ਦੇ ਵਿੱਚ ਕਈ ਵਾਰੀ ਵੱਡੀਆਂ ਲੜਾਈਆਂ ਦਾ ਸਬਬ ਬਣ ਜਾਂਦੀਆਂ ਕਿਵੇਂ ਰੋਕਿਆ ਜਾ ਸਕਦਾ ਰੋਕਿਆ ਜਾ ਸਕ ਉਹ ਸਾਰੀਆਂ ਚੀਜ਼ਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਦੇ ਪ੍ਰੋਗਰਾਮ ਦੇ ਲਈ ਤੁਹਾਡੀਆਂ ਟਿੱਪਣੀਆਂ ਦੀ ਯੋਦਿਕ ਮੈਨੂੰ ਪਰਮਿਸ਼ਨ ਬਾਤ ਨੂੰ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ